ਪੰਜਾਬ ਦੀਆਂ ਵੱਖ ਵੱਖ ਸੀਟਾਂ ਤੋਂ ਹੁੰਦਾ ਹੋਇਆ ਧਾਕੜ ਵਰਸਿਸ ਧਾਕੜ ਦਾ ਕਾਫਿਲਾ ਉਸ ਸੀਟ ਦੇ ਉੱਤੇ ਪਹੁੰਚ ਚੁੱਕਿਆ ਹੈ ਜਿਸ ਸੀਟ ਦੇ ਇੱਕ ਪਾਸੇ ਸਤਲੁਜ ਵਗਦਾ ਹੈ ਤਾਂ ਦੂਜੇ ਪਾਸੇ ਬਿਆਸ। ਜੀ ਹਾਂ, ਅਸੀਂ ਦੁਆਬੇ ਦੀ ਧਰਤੀ ਦੇ ਉੱਤੇ ਮੌਜੂਦ ਹਾਂ ਤੇ ਸੀਟ ਹੈ ਜਲੰਧਰ ਦੀ। ਹੁਣ ਪੰਜਾਬ 1 ਜੂਨ ਨੂੰ ਜਦੋਂ ਵੋਟ ਕਰੇਗਾ ਤਾਂ ਵੋਟ ਕਰਨ ਤੋਂ ਪਹਿਲਾਂ ਕੁਝ ਹੀ ਸਮਾਂ ਬਾਕੀ ਹੈ ਤੇ ਉਸ ਤੋਂ ਪਹਿਲਾਂ ਕਿਸ ਤਰੀਕੇ ਨਾਲ ਪੰਜਾਬ ਦੀ ਸਿਆਸੀ ਫਿਜ਼ਾ ਬਦਲ ਰਹੀ ਹੈ ਅੱਜ ਜ਼ਿਕਰ ਉਸਦਾ ਕਰਾਂਗੇ। ਸਤਿ ਸ੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਜਲੰਧਰ ਦੀ ਸੀਟ ਤੇ ਅਸੀਂ ਪਹੁੰਚੇ ਆ ਅੱਜ ਜਲੰਧਰ ਦੀ ਸਿਆਸੀ ਨਬਜ਼ ਟਟੋਲਣ ਦੇ ਲਈ, ਔਰ ਬੜਾ ਦਿਲਚਸਪ ਮੁਕਾਬਲਾ ਹੈ ਕਿਉਂਕਿ ਜਿਹੜਾ ਆਮ ਆਦਮੀ ਪਾਰਟੀ ਦਾ MP ਸੀ ਉਹ BJP ਦਾ ਕੈਂਡੀਡੇਟ ਬਣ ਚੁੱਕਿਆ ਹੈ, ਜਿਹੜਾ ਅਕਾਲੀ ਦਲ ਦਾ ਕੈਂਡੀਡੇਟ ਸੀ ਉਹ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਬਣ ਚੁੱਕਿਆ ਹੈ, ਜੋ ਕਾਂਗਰਸ ਦੇ ਇੱਥੋਂ MP ਰਹਿ ਚੁੱਕੇ ਨੇ ਉਹ ਅਕਾਲੀ ਦਲ ਦੇ MP ਦੀ ਟਿਕਟ ਤੇ ਚੋਣ ਲੜ ਰਹੇ ਨੇ। ਸੋ ਬੜਾ ਦਿਲਚਸਪ ਹੈ, ਕਾਂਗਰਸ ਨੂੰ ਉਮੀਦਵਾਰ ਬਾਹਰੋਂ ਲਿਆਉਣਾ ਪਿਆ ਚਰਨਜੀਤ ਚੰਨੀ ਦੇ ਰੂਪ ਦੇ ਵਿੱਚ। ਸੋ ਕੀ ਕਹਿੰਦੇ ਨੇ ਜਲੰਧਰ ਦੇ ਸਿਆਸੀ ਸਮੀਕਰਨ? ਅੱਜ ਜਲੰਧਰ ਦੀ ਜਨਤਾ ਸਾਡੇ ਨਾਲ ਹੈ, ਬੁਲਾਰੇ ਨੇ ਸਾਰੀਆਂ ਪਾਰਟੀਆਂ ਦੇ ਕਿਉਂਕਿ BSP ਵੀ ਇੱਥੇ ਤਗੜੇ ਮੁਕਾਬਲੇ ਦੇ ਵਿੱਚ ਹੈ। ਸੋ ਇਸ ਸੀਟ ਤੇ ਮੁਕਾਬਲਾ 5 ਕੋਨੀ ਦੇਖਿਆ ਜਾ ਰਿਹਾ। ਸੋ ਅੱਜ ਸਵਾਲ ਜਵਾਬ ਔਰ ਇਹ ਸਿਲਸਿਲਾ ਅਸੀਂ ਸ਼ੁਰੂ ਕਰਾਂਗੇ। ਮੁੱਦੇ ਕੀ ਨੇ ਜਲੰਧਰ ਦੇ ਔਰ ਕਿਹੜੇ ਮੁੱਦਿਆਂ ਤੇ ਇਹ ਚੋਣ ਲੜੀ ਜਾਣੀ ਹੈ, ਜਨਤਾ ਦੇ ਵੀ ਸਵਾਲ ਲਵਾਂਗੇ ਔਰ ਬੁਲਾਰਿਆਂ ਤੋਂ ਜਵਾਬ ਲਵਾਂਗੇ। ਸੋ ਸ਼ੁਰੂਆਤ ਕਰਦੇ ਹਾਂ ਧਾਕੜ ਵਰਸਿਸ ਧਾਕੜ ਦੀ, ਜਲੰਧਰ ਦੀ ਸੀਟ। ਔਰ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਜਲੰਧਰ ਦੇ ਵਿੱਚ ਪਹੁੰਚੇ ਹੋਏ ਹਾਂ, ਜਲੰਧਰ ਦੇ ਲੋਕ ਸਾਡੇ ਨਾਲ ਮੌਜੂਦ ਨੇ, ਇੱਕ ਵਾਰੀ ਜਲੰਧਰ ਦੇ ਲੋਕਾਂ ਦੇ ਲਈ, ਜਲੰਧਰ ਦੀ ਧਰਤੀ ਦੇ ਲਈ ਤਾੜੀਆਂ ਜ਼ਰੂਰ ਮਾਰ ਦਿਓ, ਆਵਾਜ਼ ਪਹੁੰਚੇ ਦੂਰ ਤੱਕ ਸਭ ਦੀ। ਔਰ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤਾਰੀਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਗੁਰਿੰਦਰ ਸਿੰਘ ਸ਼ੇਰਗਿੱਲ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪ੍ਰੈਜ਼ੈਂਟ ਕਰਨਗੇ। ਜ਼ੋਰਦਾਰ ਤਾੜੀਆਂ ਦੇ ਨਾਲ ਇੱਕ ਵਾਰ ਸਵਾਗਤ ਸਾਰਿਆਂ ਦੇ ਲਈ, ਤਾੜੀਆਂ ਮਾਰ ਦਿਓ ਕੋਈ ਵੀ ਪੋਲੀਟੀਕਲ ਪਾਰਟੀ ਨੂੰ ਤੁਸੀਂ ਰਿਪ੍ਰੈਜ਼ੈਂਟ ਕਰਦੇ ਹੋਵੋ। ਜਸਪ੍ਰੀਤ ਸਿੰਘ ਨਰਵਾਲ ਜੀ ਜੁੜ ਰਹੇ ਨੇ, ਕਾਂਗਰਸ ਪਾਰਟੀ ਨੂੰ ਰਿਪ੍ਰੈਜ਼ੈਂਟ ਕਰਨਗੇ, ਸਵਾਗਤ ਇੱਕ ਵਾਰ ਫਿਰ ਤੋਂ। ਸੁਖਵਿੰਦਰ ਸਿੰਘ ਰਾਜਪਾਲ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪ੍ਰੈਜ਼ੈਂਟ ਕਰਨਗੇ, ਬਹੁਤ ਬਹੁਤ ਸਵਾਗਤ ਹੈ। ਅਮਿਤ ਤਨੇਜਾ ਜੀ ਜੁੜ ਰਹੇ ਨੇ, ਭਾਰਤੀ ਜਨਤਾ ਪਾਰਟੀ ਨੂੰ ਰਿਪ੍ਰੈਜ਼ੈਂਟ ਕਰਨਗੇ, ਤਨੇਜਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਦਵਿੰਦਰ ਗੋਗਾ ਜੀ ਜੁੜ ਰਹੇ ਨੇ, ਬਹੁਜਨ ਸਮਾਜ ਪਾਰਟੀ BSP ਨੂੰ ਰਿਪ੍ਰੈਜ਼ੈਂਟ ਕਰਨਗੇ। ਗੋਗਾ ਜੀ ਬਹੁਤ ਬਹੁਤ ਸਵਾਗਤ ਹੈ, ਬਹੁਤ ਇੰਟਰਸਟਿੰਗ ਸੀਟ ਹੈ ਇਸ ਸੀਟ ਤੋਂ। ਇਸ ਵਾਰ ਲੋਕ ਸਭਾ ਦੀ ਚੋਣ ਦੇ ਵਿੱਚ ਉਮੀਦਵਾਰ ਉਹ ਨੇ ਜੋ ਪੰਜਾਬ ਦੀ ਸਿਆਸਤ ਦੀ ਸਭ ਤੋਂ ਵੱਡੀ ਕੁਰਸੀ ਤੱਕ ਪਹੁੰਚ ਗਏ, ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਨੂੰ ਕਾਂਗਰਸ ਨੇ ਉਮੀਦਵਾਰ ਬਣਾਇਆ, ਮਾਲਵੇ ਤੋਂ ਦੁਆਬੇ ਦੇ ਵਿੱਚ ਭੇਜ ਦਿੱਤਾ ਤੇ ਲੋਕ ਸਭਾ ਦੀ ਚੋਣ ਲੜਨਾ ਉਹਨਾਂ ਨੇ ਐਲਾਨ ਕਰ ਦਿੱਤਾ ਸੀ। ਚਰਨਜੀਤ ਸਿੰਘ ਚੰਨੀ ਦਾ ਜ਼ਿਕਰ ਕਰ ਰਹੇ ਹਾਂ, ਸਾਰੇ ਉਮੀਦਵਾਰਾਂ ਤੇ ਪਾਰਟੀਆਂ ਤੇ ਨਾਲ ਨਾਲ ਜਲੰਧਰ ਦੇ ਮੁੱਦਿਆਂ ਦਾ ਜ਼ਿਕਰ ਹੋਏਗਾ। ਵਿਜੇ, ਬਿਲਕੁਲ ਸ਼ੁਰੂਆਤ ਉਮੀਦਵਾਰਾਂ ਤੋਂ ਹੀ ਕਰਨੀ ਬਣਦੀ ਹੈ। ਮਹਿਮਾਨ ਸਾਡੇ ਨਾਲ ਨੇ, ਇੱਕ ਇੱਕ ਕਰਕੇ ਰਿਐਕਸ਼ਨ ਲਵਾਂਗੇ। ਸ਼ੁਰੂ ਮੈਂ BJP ਤੋਂ ਕਰਨਾ ਚਾਹੂੰਗਾ ਕਿਉਂਕਿ ਤੁਸੀਂ ਉਮੀਦਵਾਰ ਪਹਿਲਾਂ ਜਿਹੜੇ ਸੀ ਉਹ ਕਾਂਗਰਸ ਪਾਰਟੀ ਸੀ, ਕਾਂਗਰਸ ਪਾਰਟੀ ਤੋਂ ਆਮ ਆਦਮੀ ਪਾਰਟੀ ਲੈ ਗਈ, ਉਹਨਾਂ ਨੇ ਬਾਈ ਇਲੈਕਸ਼ਨ ਲੜਾਇਆ, MP ਬਣਾਤਾ, ਟਿਕਟ ਵੀ ਦੇਤੀ ਦੂਜੀ ਵਾਰ, ਫਿਰ BJP ਉਹਨਾਂ ਨੂੰ ਲੈ ਆਈ। ਐਸੇ ਕੀ ਸਮੀਕਰਨ ਬਣੇ ਕਿ ਜਲੰਧਰ ਦੇ ਵਿੱਚ BJP ਦੇ ਕੋਲ ਬਹੁਤ ਚਿਹਰੇ ਸੀ ਪੁਰਾਣੇ ਸਮੇਂ ਦੇ ਵਿੱਚ, ਮੰਤਰੀ ਤੱਕ ਰਹਿ ਚੁੱਕੇ ਨੇ, ਕਿ ਉਹਨਾਂ ਨੂੰ ਦੂਜੀ ਪਾਰਟੀ ਤੋਂ ਲੈ ਕੇ ਉਮੀਦਵਾਰ ਖੜਾ ਕਰਨਾ ਪਿਆ? ਦੇਖੋ ਗੱਲ ਇਸ ਤਰ੍ਹਾਂ, ਇਸ ਗੱਲ ਦਾ ਜਵਾਬ ਸੁਸ਼ੀਲ ਰਿੰਕੂ ਜੀ ਨੇ ਪਹਿਲੇ ਹੀ ਕਈ ਇੰਟਰਵਿਊਜ਼ ਦੇ ਵਿੱਚ ਦੇ ਦਿੱਤਾ ਕਿ ਜਿਹੜੀ ਗੱਲ ਨੂੰ ਲੈ ਕੇ ਉਹ ਤੇ ਸ਼ੀਤਲ ਅੰਗਰਾਲ, ਇੱਕ MLA ਵੀ ਨਾਲ ਆਏ ਆ, ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੀਗਾ, ਉਹ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਨਾਲ ਨਾਲ ਆਪਣੇ ਚੁਣੇ ਹੋਏ ਨੁਮਾਇੰਦਿਆਂ ਨਾਲ ਵੀ ਧੋਖਾ ਕੀਤਾ। ਉਹਨਾਂ ਨੇ ਜਿਹੜੇ ਵਾਅਦੇ ਕਰਕੇ ਆਮ ਆਦਮੀ ਪਾਰਟੀ ਪੰਜਾਬ 'ਚ ਸੱਤਾ 'ਚ ਆਈ ਹੈ, ਉਹਨਾਂ ਨੇ ਉਹ ਪੂਰੇ ਨਹੀਂ ਕੀਤੇ। ਰਿੰਕੂ ਜੀ ਦੀ ਪਰਫੋਰਮੈਂਸ ਵਧੀਆ ਸੀ ਲੋਕ ਸਭਾ ਦੇ ਵਿੱਚ, ਇਸ ਕਰਕੇ ਉਹਨਾਂ ਨੇ ਦੇਖਿਆ ਕਿ ਜਿਹੜੇ ਦੇਸ਼ ਦੇ ਹਾਲਾਤ ਹੈ ਇਹਨੂੰ ਦੇਖਦੇ ਹੋਏ ਮੋਦੀ ਸਾਹਿਬ ਹੀ ਆ ਜਿਹੜੇ ਇੱਕ ਨਾਲੇ। ਦੂਸਰੀ ਗੱਲ ਸੀਗੀ ਕਿ ਦੇਸ਼ ਦੇ ਵਿੱਚ ਇਹ ਤਾਂ ਕੰਧ ਤੇ ਲਿਖਿਆ ਹੋਇਆ ਪੰਜਾਬ 'ਚ ਜੋ ਮਰਜ਼ੀ ਗੱਲਾਂ ਆਪਾਂ ਬੈਠ ਕੇ ਕਰੀ ਜਾਈਏ ਕਿ ਤੀਸਰੀ ਵਾਰ ਮੋਦੀ ਸਰਕਾਰ ਬਣਨ ਜਾ ਰਹੀ ਹੈ, ਤੇ ਰਿੰਕੂ ਜੀ ਦੇ ਮਨ 'ਚ ਸੀਗਾ ਕਿ ਜੇ ਮੈਂ ਸਰਕਾਰ 'ਚ ਹੋਵਾਂਗਾ, ਸਰਕਾਰ ਦਾ ਨੁਮਾਇੰਦਾ ਹੋਵਾਂਗਾ ਤੇ ਜਲੰਧਰ ਦੀ ਸੇਵਾ ਕਰ ਸਕਾਂਗਾ। ਇਹ ਤਾਂ ਰਿੰਕੂ ਜੀ ਦੀ ਇੱਛਾ ਹੋ ਗਈ ਨਾ,
ਬੀਜੇਪੀ ਦੀ ਕੀ ਇੱਛਾ ਸੀਗੀ ਕਿ ਬੀਜੇਪੀ ਦੇ ਕੋਲ ਮਜਬੂਰੀ ਸੀ ਰਿੰਕੂ ਨੂੰ ਲੈ ਕੇ? ਨਹੀਂ, ਬੀਜੇਪੀ ਕੋਲ ਕੋਈ ਮਜਬੂਰੀ ਨਹੀਂ ਸੀ। ਬੀਜੇਪੀ ਕੋਲ ਬੜੇ ਬੜੇ ਸਖਸ਼ਮ ਕੈਂਡੀਡੇਟ ਸੀਗੇ, ਲੇਕਿਨ ਰਿੰਕੂ ਜੀ ਵੀ ਜਿਹੜੀ ਹੈ ਬੀਜੇਪੀ ਦੀ ਇੱਕ ਬੈਸਟ ਚੋਇਸ ਹੈ। ਚਲੋ, ਆਮ ਆਦਮੀ ਪਾਰਟੀ ਤੋਂ ਇਸਦਾ ਜਵਾਬ ਲੈਣਾ ਬੰਦ ਜੀ। ਮੇਰੇ ਵੀਰ ਜੀ ਨੇ ਕਿਹਾ ਕਿ ਰਿੰਕੂ ਜੀ ਦੀ ਲੋਕ ਸਭਾ ਦੇ ਵਿੱਚ ਪਰਫਾਰਮੈਂਸ ਬਹੁਤ ਵਧੀਆ ਸੀ। ਮੈਂ ਵੀਰ ਜੀ ਨੂੰ ਪੁੱਛਣਾ ਚਾਹੁੰਦਾ, ਜੇ ਉਹਨਾਂ ਦੀ ਪਰਫਾਰਮੈਂਸ ਵਧੀਆ ਸੀ, ਤੁਸੀਂ ਉਹਨਾਂ ਨੂੰ ਨਿਲੰਬਿਤ ਕਿਉਂ ਕੀਤਾ ਲੋਕ ਸਭਾ ਤੋਂ ਜੀ? ਉਹ ਪੰਜਾਬ ਦੇ ਮੁੱਦਿਆਂ ਦੀ ਜਦੋਂ ਗੱਲ ਕਰ ਰਿਹਾ ਸੀ, ਤੁਸੀਂ ਉਹਨਾਂ ਨੂੰ ਚੱਕ ਕੇ ਬਾਹਰ ਕੱਢ ਦਿੱਤਾ, ਕਿਉਂ ਕੀਤਾ? ਇਹਦਾ ਜਵਾਬ ਦਿਓ। ਚਲੋ, ਤੁਸੀਂ ਇਹਦਾ ਜਵਾਬ ਲੈ ਲੈਂਦੇ ਹੋ। ਤੁਸੀਂ ਇਹਦੇ ਨਾਲ ਨਾਲ ਇਹ ਦੱਸੋ ਕਿ ਤੁਹਾਡੇ ਤੋਂ ਵੀ ਸੇਮ ਸਵਾਲ ਹੈ ਕਿ ਆਮ ਆਦਮੀ ਪਾਰਟੀ ਦੇ ਕੋਲ ਕੋਈ ਚਿਹਰਾ ਨਹੀਂ ਸੀ ਕਿ ਉਹਨਾਂ ਨੂੰ ਅਕਾਲੀ ਦਲ ਦੇ ਵਿੱਚੋਂ ਲੈ ਕੇ ਆਉਣਾ ਪਿਆ? ਸਾਡੇ ਕੋਲ ਚਿਹਰਾ ਸੀ ਸੁਸ਼ੀਲ ਰਿੰਕੂ ਜੀ, ਅਸੀਂ ਟਿਕਟ ਦੇ ਚੁੱਕੇ ਸੀ। ਇਹ ਤਾਂ ਬਲੈਕਮੇਲ ਕਰਦੇ ਨੇ ਜੀ, ਧੌਣ ਤੇ ਗੋਡਾ ਰੱਖ ਕੇ ਲੈ ਚਲੋ। ਉਹ ਤੇ ਛੱਡ ਕੇ ਚਲੇ ਗਏ, ਉਹ ਤੇ ਛੱਡ ਕੇ ਚਲੇ ਗਏ ਕਿ ਉਸ ਤੋਂ ਬਾਅਦ ਕੋਈ ਤੁਹਾਡੇ ਕੋਲ ਬੰਦਾ ਨਹੀਂ ਸੀ? ਉਹ ਵੀ ਤੇ ਤੁਸੀਂ ਉਹਨਾਂ ਨੂੰ ਵੀ ਤੇ ਤੁਸੀਂ ਕਾਂਗਰਸ ਚੋਂ ਹੀ ਲੈ ਕੇ ਆਏ ਸੀ ਨਾ, ਕੁਝ ਮਹੀਨੇ ਪਹਿਲਾਂ। ਕੁਝ ਮਹੀਨਿਆਂ ਬਾਅਦ ਉਹ ਚਲੇ ਗਏ। ਸਾਡੇ ਕੋਲ ਸਾਰਾ ਕੁਝ ਹੈਗਾ। ਇਹ ਜੇ ਤੁਸੀਂ ਗੱਲ ਕਰੋ ਵਰਕਰਾਂ ਦੀ, ਇਹ ਵਰਕਰਾਂ ਦੀ ਪਾਰਟੀ ਆ। ਸਾਡੇ ਮਨ ਦੇ ਵਿੱਚ ਕੋਈ ਵਲਵਲਾ ਕੋਈ ਇੱਛਾ ਨਹੀਂ ਹੈਗੀ। ਅਸੀਂ ਵਰਕਰਾਂ ਦੀ, ਆਮ ਲੋਕਾਂ ਦੀ ਪਾਰਟੀ ਆ। ਸਾਨੂੰ ਜੋ ਸਾਡੀ ਪਾਰਟੀ ਨੇ ਦਿੱਤਾ ਸਾਡੇ ਸਿਰ ਮੱਥੇ ਆ, ਔਰ ਅਸੀਂ ਇਹ ਟਿਕਟ ਜਿਹੜੀ ਜਿੱਤ ਕੇ ਨਾ, ਜਿੱਦਾਂ ਪਹਿਲਾਂ ਕਾਂਗਰਸ ਦਾ ਕਿਲਾ ਤੋੜਿਆ, ਏਦਾਂ ਹੀ ਅਸੀਂ ਜਿੱਤ ਕੇ ਹੁਣ ਦੁਬਾਰਾ ਪਾਰਟੀ ਝੋਲੀ ਪਾਵਾਂਗੇ। ਅਕਾਲੀ ਦਲ ਤੋਂ ਵੀ ਇੱਕ ਰਿਐਕਸ਼ਨ ਲੈ ਲਾਂ, ਕਿਉਂਕਿ ਸੇਮ ਸਿਚੁਏਸ਼ਨ ਅਕਾਲੀ ਦਲ ਦੀ ਵੀ ਜਲੰਧਰ ਦੇ ਵਿੱਚ ਹੈ ਕਿ ਤੁਹਾਨੂੰ ਵੀ ਕਾਂਗਰਸ ਪਾਰਟੀ ਤੋਂ ਮਹਿੰਦਰ ਸਿੰਘ ਕੇਪੀ ਨੂੰ ਜੁਆਇਨ ਕਰਾਉਣਾ ਪਿਆ, ਔਰ ਜੁਆਇਨ ਕਰਦੇ ਹੀ ਟਿਕਟ ਅਨਾਊਂਸ ਕਰ ਦਿੱਤੀ? ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਨਾ ਬਹੁਤ ਪਹਿਲਾਂ ਹੀ ਕਲੀਅਰ ਕਰਤਾ ਸੀ ਕਿ ਪੰਜਾਬ ਦੀ ਲੜਾਈ ਲੜਨੀ ਹੈ, ਪੰਜਾਬ ਦੇ ਨਾਲ ਖੜਨਾ। ਤੇ ਸਰਦਾਰ ਮਹਿੰਦਰ ਸਿੰਘ ਕੇਪੀ ਜੀ ਨੇ ਇਹ ਗੱਲ ਕਲੀਅਰ ਕੀਤੀ ਪਹਿਲਾਂ ਕਿ ਮੈਂ ਪੰਜਾਬ ਨਾਲ ਖੜਨਾ, ਮੈਂ ਦਿੱਲੀ ਨਾਲ ਨਹੀਂ ਖੜਨਾ। ਇਸ ਕਰਕੇ ਉਹਨਾਂ ਨੇ ਪਾਰਟੀ ਜੁਆਇਨ ਕੀਤੀ। ਪਾਰਟੀ ਜੁਆਇਨ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਦਿੱਤੀ। ਜਿੰਨੇ ਕੈਂਡੀਡੇਟ ਖੜੇ ਨੇ ਮੈਂ ਕਹਿੰਦਾ ਸਾਰਿਆਂ ਵਿੱਚ ਦਾਗ ਹੈਗਾ, ਲੇਕਿਨ ਇੱਕ ਬਹੁਤ ਹੀ ਸ਼ਰੀਫ, ਇਮਾਨਦਾਰ, ਮਿਹਨਤੀ ਸਰਦਾਰ ਮਹਿੰਦਰ ਸਿੰਘ ਕੇਪੀ ਹੈ, ਜਿਹੜੇ MP ਵੀ ਰਹੇ ਨੇ, ਮਿਨਿਸਟਰ ਵੀ ਰਹੇ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਔਰ MLA ਵੀ ਰਹੇ ਨੇ। ਲੇਕਿਨ ਮੈਂ ਕਹਿੰਦਾ ਇੱਕ ਨਿੱਕਾ ਜਿਹਾ ਵੀ ਕੋਈ ਦਾਗ ਨਹੀਂ ਹੈ, ਬਿਲਕੁਲ ਸਲੇਟ ਉਹਨਾਂ ਦੀ ਸਾਫ਼ ਹੈ ਔਰ ਇਮਾਨਦਾਰ ਛਵੀ ਦੇ ਔਰ ਨੇਕ ਇਨਸਾਨ ਨੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਬਿਲਕੁਲ ਕਲੀਅਰ ਹੈ, ਭਾਈਚਾਰਕ ਸਾਂਝ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਗੱਲ ਕਿ ਪੰਜਾਬ ਵਾਸਤੇ ਅੱਜ ਪੰਜਾਬ ਦੀ ਲੜਾਈ ਹੈ। ਜੇ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਨਾਤਾ ਤੋੜਿਆ ਸੀ, ਉਹ ਇੱਕੋ ਹੀ ਗੱਲ ਸੀ ਕਿ ਕਿਸਾਨਾਂ ਦੀ ਗੱਲ, ਸਿੱਖ ਕੌਮ ਦੀ ਗੱਲ ਤੇ ਬੰਦੀ ਸਿੰਘਾਂ ਦੀ ਗੱਲ, ਔਰ ਅੱਜ ਵੀ ਅਸੀਂ ਪੂਰੇ ਸਟੈਂਡ ਤੇ ਖੜੇ ਹਾਂ। ਨਤੀਜੇ ਕੁਛ ਵੀ ਆਉਣ ਪਰ ਅਸੀਂ ਆਪਣੇ ਸਟੈਂਡ ਤੇ ਕਲੀਅਰ ਰੱਖਾਂਗੇ, ਕਿਉਂਕਿ ਪੰਜਾਬ ਦੇ ਨਾਲ ਖੜਨਾ ਹੈ, ਪੰਜਾਬ ਦੇ ਨਾਲ ਖੜਾਂਗੇ। ਦੋ ਪਾਰਟੀਆਂ ਦੇ ਨੁਮਾਇੰਦੇ ਹੋ ਰਹੇ ਨੇ, ਕਾਂਗਰਸ ਔਰ ਬੀਜੇਪੀ। ਕਾਂਗਰਸ ਦਾ ਰੁਖ ਕਰਦਾ, ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਦੇਖੋ ਕਾਂਗਰਸ ਦਾ ਕੈਂਡੀਡੇਟ ਇਸ ਤਰੀਕੇ ਨਾਲ ਜਿਸ ਨੂੰ ਹੈਵੀ ਵੇਟ ਕੈਂਡੀਡੇਟ ਕਿਹਾ ਜਾ ਰਿਹਾ। ਨਿਰਵਾਲ ਸਾਹਿਬ, ਮੈਂ ਸ਼ੁਰੂਆਤ ਕਰਦਾ, ਜਲੰਧਰ ਚ ਬੜੀ ਚਰਚਾ ਹੋ ਰਹੀ ਹੈ, ਕੋਈ ਇਧਰੋਂ ਆਇਆ ਕੋਈ ਉਧਰੋਂ ਆਇਆ, ਕਹਿੰਦੇ ਜਿਹੜਾ ਕਾਂਗਰਸ ਦਾ ਕੈਂਡੀਡੇਟ ਆ ਉਹ ਮਾਲਵੇ ਤੋਂ ਆਇਆ। ਨਹੀਂ, ਦੇਖੋ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਲੰਧਰ ਦੇ ਵਿੱਚ ਆਏ ਹੋ, ਔਰ ਉਸ ਤੋਂ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਜੀ ਦੀ ਗੱਲ, ਪੰਜਾਬ ਦੇ CM ਰਹੇ ਨੇ, ਉਹਨਾਂ ਨੇ ਪੂਰੇ ਪੰਜਾਬ ਨੂੰ ਰਿਪ੍ਰੈਜ਼ੈਂਟ ਕੀਤਾ ਹੈ ਔਰ ਉਸ ਤੋਂ ਬਾਅਦ ਵਿੱਚ ਜੇ ਉਹ ਜਲੰਧਰ ਦੇ ਵਿੱਚ ਆਏ ਨੇ ਔਰ ਜਲੰਧਰ ਦੇ ਨਾਲ ਅਥਾਹ ਪਿਆਰ ਸੀ ਉਹਨਾਂ ਦਾ, ਤੁਸੀਂ ਦੇਖਿਆ ਜਿਸ ਵੇਲੇ CM ਸੀਗੇ ਤਾਂ ਜਲੰਧਰ ਨੂੰ ਬਹੁਤ ਸੌਗਾਤਾਂ ਦਿੱਤੀਆਂ ਉਹਨਾਂ ਨੇ ਔਰ ਨਾਲ ਦੀ ਨਾਲ ਉਹਨਾਂ ਦੇ ਨਾਨਕੇ, ਉਹਨਾਂ ਦੀਆਂ ਰਿਸ਼ਤੇਦਾਰੀਆਂ ਇੱਥੇ ਨੇ। ਸੋ ਤੁਸੀਂ ਕਿਸ ਤਰੀਕੇ ਨਾਲ ਕਹਿ ਸਕਦੇ ਹੋ ਉਹਨਾਂ ਨੂੰ ਬਾਹਰਲੇ? ਜਿਹੜਾ ਬੰਦਾ ਪੰਜਾਬ ਦਾ CM ਰਿਹਾ ਹੋਵੇ, ਪੰਜਾਬ ਦੀ ਇਕੱਲੀ ਇਕੱਲੀ ਉਹਨੇ ਨਾਲ ਟਟੋ ਕੇ ਦੇਖੀ ਹੋਵੇ, ਉਹ ਜਲੰਧਰ ਲਈ ਬਾਹਰਲਾ ਕਿਸ ਤਰੀਕੇ ਨਾਲ ਹੋ ਸਕਦਾ? ਉਹਨਾਂ ਦੇ ਇੱਥੇ ਆਉਣ ਨਾਲ ਕਈ ਰੁੱਸ ਗਏ ਤੁਹਾਡੇ ਕਾਂਗਰਸੀ, ਕੌਣ ਛੱਡ ਕੇ ਚਲੇ ਗਏ? ਕੌਣ ਰੁੱਸੇ ਜੀ? ਕੌਣ? ਚੌਧਰੀ ਪਰਿਵਾਰ। ਦੇਖੋ, ਚੌਧਰੀ KP ਜੀ,
ਚੌਧਰੀ ਪਰਿਵਾਰ ਦੇ ਕੋਲ ਐਮ ਐਲ ਏ ਸ਼ਿਪ ਹੈ, ਜੇ ਐਮ ਐਲ ਏ ਸ਼ਿਪ ਨਹੀਂ ਹੈ ਤਾਂ ਕਹਿ ਦਿਓ। ਔਰ ਪਿਛਲੀ ਵਾਰੀ ਅਸੀਂ ਉਹਨਾਂ ਨੂੰ ਬਾਈ ਇਲੈਕਸ਼ਨ ਲੜਾਈ, ਉਹ ਨਹੀਂ ਕਾਮਯਾਬ ਹੋ ਪਾਏ। ਹੁਣ ਇਸ ਟਾਈਮ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਜਾਂ ਜਲੰਧਰ ਦੇ ਵਿੱਚ ਕਹਿ ਦਈਏ, ਚਰਨਜੀਤ ਸਿੰਘ ਚੰਨੀ ਵਿਨਿੰਗ ਕੈਂਡੀਡੇਟ ਹੈ ਔਰ ਪੂਰਾ ਪੰਜਾਬ ਜਾਣਦਾ ਉਹਨਾਂ ਨੇ ਜਲੰਧਰ ਲਈ ਕੀ ਕੁਛ ਕੀਤਾ ਔਰ ਜਲੰਧਰ ਲਈ ਬੇਹਤਾ ਇਹ ਬੇਇੰਤਹਾ ਗ੍ਰਾਂਟਾਂ ਲੈ ਕੇ ਆਏ ਨੇ। ਠੀਕ ਹੈ, ਚਲੋ ਮੇਰਾ ਛੋਟਾ ਜਿਹਾ ਸਵਾਲ, ਤੁਹਾਨੂੰ ਲੱਗਦਾ ਕਿ ਬਤੌਰ ਸੀਐਮ 111 ਦਿਨ ਉਹਨਾਂ ਨੇ ਜਲੰਧਰ ਲਈ ਇਹ ਕੁਝ ਕਰ ਦਿੱਤਾ ਕਿ ਅਗਲੇ 5 ਸਾਲ ਜਲੰਧਰ ਦੇ ਲੋਕ ਉਹਨਾਂ ਨੂੰ MP ਚੁਣ ਲੈਣਗੇ? ਬਿਲਕੁਲ, ਦੇਖੋ ਇਹ ਤਾਂ ਪੂਰਾ ਜਲੰਧਰ ਦੱਸ ਰਿਹਾ, ਇਕੱਲੀ ਇਕੱਲੀ ਕੰਸਟੀਟੂਐਂਸੀ ਦੱਸ ਰਹੀ ਹੈ ਤੇ 9 ਦੇ 9 ਹਲਕਿਆਂ ਦੇ ਵਿੱਚ ਜਾ ਕੇ ਉਹਨਾਂ ਨੇ ਹਰ ਇੱਕ ਹਲਕੇ ਨੂੰ ਬਣਦਾ ਮਾਣ ਸਤਿਕਾਰ ਆਪਣੇ ਸੀਐਮ ਸ਼ਿਪ ਵੇਲੇ ਦਿੱਤਾ। ਔਰ ਜਿੱਥੇ ਜਿੱਥੇ ਜਿਹੜੀਆਂ ਜਿਹੜੀਆਂ ਪ੍ਰੋਬਲਮਾਂ ਸੀ, ਚਾਹੇ ਤੁਸੀਂ ਜਲੰਧਰ ਦੀਆਂ ਲਾ ਲਓ, ਚਾਹੇ ਤੁਸੀਂ ਆਦਮਪੁਰ ਦੀਆਂ ਲਾ ਲਓ, ਕਰਤਾਰਪੁਰ ਦੀਆਂ ਲਾ ਲਓ, ਫਲੌਰ ਦੀਆਂ ਲਾ ਲਓ, ਜਿੱਥੇ ਦੇ ਚੌਧਰੀ ਸਾਹਿਬ MLA ਵੀ ਹੈਗੇ ਨੇ, ਉਸ ਤੋਂ ਇਲਾਵਾ ਨਕੋਦਰ, ਸ਼ਾਹਕੋਟ, ਸਾਰੀ ਜਗ੍ਹਾ ਉਹਨਾਂ ਨੇ ਆਪਣੇ ਜਿਹੜਾ ਯੋਗਦਾਨ ਆਪਣਾ ਜਦੋਂ MLA ਜਦੋਂ ਪੰਜਾਬ ਦੇ ਸੀਐਮ ਸੀ ਉਸ ਵੇਲੇ ਉਹਨਾਂ ਨੇ ਪਾਏ ਨੇ ਔਰ ਇਹਨਾਂ MLA ਨੂੰ ਸਪੋਰਟ ਕੀਤੀ ਔਰ ਉਹਨਾਂ ਦੇ ਬਦੌਲਤ ਹੀ ਜਲੰਧਰ ਦੇ ਵਿੱਚੋਂ ਯਾਨੀ ਕਿ ਦੁਆਬੇ ਦੇ ਵਿੱਚੋਂ ਕਾਂਗਰਸ ਨੇ ਵਧੀਆ ਪ੍ਰਦਰਸ਼ਨ ਕੀਤਾ ਸੀ ਔਰ ਦੁਆਬੇ ਦੇ ਵਿੱਚੋਂ ਮੈਕਸੀਮਮ MLA ਨਿਕਲ ਗਏ। ਠੀਕ ਹੈ, ਚਲੋ ਲੱਗ ਰਿਹਾ ਕਿ ਸੇਫ ਸੀਟ ਤੋਂ ਲੱਗ ਰਹੀ ਸੀ, ਮੈਂ BSP ਦਾ ਰੁਖ ਕਰਦਾ। BSP ਪੰਜਾਬ ਦੇ ਵਿੱਚ ਜਿਹੜੀਆਂ ਸੀਟਾਂ ਦੇ ਉੱਤੇ ਸਟਰੋਂਗ ਨਜ਼ਰ ਆਉਂਦੀ ਹੈ ਜਾਂ ਜਿੱਥੇ BJP ਦਾ ਵਜੂਦ ਨਜ਼ਰ ਆਉਂਦਾ ਹੈ, ਉਹ ਜਲੰਧਰ ਇੱਕ ਹੈ। ਮੈਂ ਸ਼ੁਰੂਆਤ ਇੱਥੋਂ ਹੀ ਕਰਦਾ ਕਿ BSP ਖੁਦ ਨੂੰ ਬਸਪਾ ਕਿੱਥੇ ਖੁਦ ਨੂੰ ਰੇਸ ਦੇ ਵਿੱਚ ਦੇਖ ਰਹੀ ਹੈ ਜਲੰਧਰ ਦੀ ਇਸ ਚੋਣ ਦੇ ਵਿੱਚ? ਦੇਖੋ, ਲਾਸਟ ਟਾਈਮ ਜਦੋਂ ਐਡਵੋਕੇਟ ਬਲਵਿੰਦਰ ਕੁਮਾਰ ਜੀ ਜਲੰਧਰ ਤੋਂ ਲੋਕ ਸਭਾ ਇਲੈਕਸ਼ਨ ਲੜਦੇ ਨੇ ਔਰ ਕਰੀਬ ਜਦੋਂ ਕਿਸੇ ਨੂੰ ਵੀ ਬਸਪਾ ਨੂੰ ਗਿਣਿਆ ਵੀ ਨਹੀਂ ਜਾਂਦਾ ਸੀਗਾ ਕਿਸੇ ਰੇਸ ਦੇ ਵਿੱਚ ਔਰ ਇਹ ਉਮੀਦ ਕੀਤੀ ਜਾਂਦੀ ਸੀਗੀ ਕਿ ਵੱਧ ਤੋਂ ਵੱਧ 80,000 ਤੇ ਚਲੇ ਜਾਣਗੇ, ਕਿਉਂਕਿ ਲਾਸਟ ਟਾਈਮ ਜਿਹੜਾ ਉਸ ਤੋਂ ਪਿਛਲਾ ਇਲੈਕਸ਼ਨ ਸੀਗਾ ਤਕਰੀਬਨ 45,000 ਦੇ ਕਰੀਬ ਜਿਹੜੀ ਵੋਟ ਸੀਗੀ ਉਹ ਬਸਪਾ ਦੇ ਕੈਂਡੀਡੇਟ ਨੂੰ ਪਈ ਸੀਗੀ ਔਰ ਗਿਣਿਆ ਇਹ ਜਾਂਦਾ ਸੀਗਾ ਕਿ ਵੱਧ ਤੋਂ ਵੱਧ 90,000 ਤੇ ਚਲੇ ਜਾਣਗੇ ਔਰ ਇਦਾਂ ਦੇ ਹਾਲਾਤਾਂ ਦੇ ਵਿੱਚ ਐਡਵੋਕੇਟ ਬਲਵਿੰਦਰ ਕੁਮਾਰ ਜੀ ਨੇ ਬੜੀ ਮਿਹਨਤ ਦੇ ਨਾਲ, ਬੜੀ ਸ਼ਿੱਦਤ ਦੇ ਨਾਲ ਔਰ ਬੜੇ ਪੋਜ਼ਿਟਿਵ ਹੋ ਕੇ ਜਿਹੜਾ ਪਿਛਲਾ ਇਲੈਕਸ਼ਨ ਜਿਹੜਾ ਸੀਗਾ 2019 ਦਾ ਲੋਕ ਸਭਾ ਦਾ ਉਹਨਾਂ ਨੇ ਲੜਿਆ ਔਰ ਜਲੰਧਰ ਵਾਸੀਆਂ ਨੇ ਉਹਨਾਂ ਦੀ ਪੋਜ਼ਿਟਿਵਿਟੀ ਨੂੰ ਰਿਸਪੌਂਸ ਦਿੰਦੇ ਹੋਏ ਬਹੁਤ ਹੀ ਪਿਆਰ ਦਿੱਤਾ, ਬਹੁਤ ਹੀ ਸਤਿਕਾਰ ਦਿੱਤਾ ਔਰ ਲਗਭਗ 2,04,779 ਵੋਟਾਂ ਜਿਹੜੀਆਂ ਸੀਗੀਆਂ ਬਹੁਜਨ ਸਮਾਜ ਪਾਰਟੀ। ਤਾਂ ਹੀ ਇਸ ਵਾਰ ਪੁੱਛਿਆ ਕਿ ਇਸ ਵਾਰੀ ਰੇਸ 'ਚ ਖੁਦ ਨੂੰ ਕਿੱਥੇ ਦੇਖਦੇ ਹੋ? ਦੇਖੋ ਗੋਗਾ ਜੀ, ਗੱਲ ਇੱਕ ਇਹ ਹੈ ਕਿ ਜਦੋਂ 1.5-2 ਲੱਖ ਕਿਸੇ ਨੂੰ ਵੋਟਾਂ ਮਿਲ ਜਾਂਦੀਆਂ ਨਾ ਜਿੱਤੇ ਨਾ, ਤਾਂ ਫਿਰ ਉਸ ਦੇ ਨਾਲ ਇੱਕ ਇਹ ਗੱਲ ਜਾ ਕੇ ਜੁੜ ਜਾਂਦੀ ਹੈ ਕਿ ਇਹਨਾਂ ਦੀ ਵੋਟ, ਇਹਨਾਂ ਨੇ ਵੋਟ ਕੱਟ ਦਿੱਤੀ ਤੇ ਪੁਰਾਣੀ ਪਾਰਟੀ ਨੂੰ ਫਾਇਦਾ ਹੋ ਗਿਆ। BSP ਇਸ ਵਾਰੀ ਵੀ ਆਪਣੇ ਆਪ ਨੂੰ ਉਸੀ ਕੰਡੀਸ਼ਨ 'ਚ ਤਾਂ ਨਹੀਂ ਦੇਖ ਰਹੀ? ਨਹੀਂ, ਬਿਲਕੁਲ, ਇਹ ਇੱਕ ਇੰਟਰਪ੍ਰਟ। 2 ਲੱਖ ਤੋਂ 4 ਲੱਖ ਪਹੁੰਚੋਗੇ ਜਿੱਤਣ ਵਾਲੀ ਪੋਜੀਸ਼ਨ 'ਚ ਚੰਨੀ ਨੂੰ ਹਰਾ ਕੇ? ਜੀ ਬਿਲਕੁਲ, ਚੰਨੀ ਸਾਹਿਬ ਦਰਅਸਲ ਮੇਰੇ ਸਾਥੀ ਰਿਪੋਰਟਰ ਨੇ ਪਹਿਲਾਂ ਹੀ ਉਹਨਾਂ ਨੇ ਦੱਸ ਦਿੱਤਾ ਕਿ ਜਿਹੜੇ ਜਲੰਧਰ ਵਾਸੀ ਆ ਉਹ ਦਲ ਬਦਲੂਆਂ ਦੀ ਔਰ ਜਿਹੜੇ ਜ਼ਿਲ੍ਹਾ ਬਦਲੀ ਆ ਇਹਨੂੰ ਬਿਲਕੁਲ ਨਕਾਰ ਚੁੱਕੇ ਆ ਔਰ ਬਲਵਿੰਦਰ ਕੁਮਾਰ ਜੀ ਨੂੰ ਲੋਕਾਂ ਦੇ ਵਿੱਚ ਜਿਹੜੀ ਉਹਨਾਂ ਦੀ ਅਸੈਪਟੈਂਸ ਆ ਲਗਾਤਾਰ ਦਿਨ ਬ ਦਿਨ ਵੱਧ ਰਹੀ ਆ। ਹਰ ਪਾਸੇ ਜਿੱਧਰ ਵੀ ਉਹ ਜਾਂਦੇ ਆ ਵਰਕਰ, ਬਸਪਾ ਦਾ ਵਰਕਰ ਤਾਂ ਆਪ ਮੁਹਾਰੇ ਜਿਹੜਾ ਆ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਵਿੱਚ ਲੱਗਾ ਹੋਇਆ ਆ। ਉੱਥੇ ਦੂਸਰੀਆਂ ਜਿਹੜੇ ਸਾਥੀ ਸਾਡੀ ਆ ਜਿਹੜੇ ਜਿਹਨਾਂ ਨੂੰ ਸਾਨੂੰ ਇੱਕ ਪਾਰਟੀਕੁਲਰ ਕਮਿਊਨਿਟੀ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਆ, ਪਰ ਇਸ ਵਾਰੀ ਬਸਪਾ ਜਿਹੜੀ ਆ ਔਰ ਬਾਕੀ ਕਮਿਊਨਿਟੀਆਂ ਜਿਹੜੀਆਂ ਜਲੰਧਰ ਦੀਆਂ ਜਿਹੜੀਆਂ ਆਮ ਜਿੱਦਾਂ ਕਹਿ ਲਓ ਕਿ ਮਿਡਲ ਕਲਾਸ ਆ, ਹੋਰ ਅਪਰ ਕਲਾਸ ਆ, ਉਹ ਸਾਰੀ ਦੀ ਸਾਰੀ ਕਲਾਸ ਜਿਹੜੀ ਆ ਉਹ ਬਲਵਿੰਦਰ ਕੁਮਾਰ ਜੀ ਦੇ ਵਿਚਾਰ ਤੋਂ, ਬਲਵਿੰਦਰ ਕੁਮਾਰ ਜੀ ਦੀ ਸੋਚ ਜਿਹੜੀ ਆ ਉਸ ਤੋਂ ਬਿਲਕੁਲ ਪ੍ਰਭਾਵਿਤ ਆ ਔਰ ਕੋਸ਼ਿਸ਼ ਕਰ ਔਰ ਇਹ ਯਕੀਨੀ ਬਣਾਉਣ ਦੇ ਵਿੱਚ ਲੱਗੀ ਹੋਈ ਹੈ ਕਿ ਸਾਨੂੰ ਜਿਹੜਾ ਆਉਣ ਵਾਲੇ 5 ਸਾਲਾਂ ਦੇ ਲਈ ਇੱਕ ਸੁਲਝਿਆ ਹੋਇਆ ਲੀਡਰ ਮਿਲੇ ਜੋ ਜਲੰਧਰ ਦੇ ਲਈ
ਚੰਗੀ ਜਿਹੜੀ ਸੋਚ ਰੱਖੇ ਔਰ ਡਿਵੈਲਪਮੈਂਟ ਤੇ ਕੰਮ ਕਰੇ। ਠੀਕ ਹੈ, ਮੈਨੂੰ ਲੱਗਦਾ ਕਿ ਆਪਾਂ ਹੁਣ ਚੱਲੀਏ ਜਲੰਧਰ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਬਹੁਤ ਸਾਰੇ ਇਸ਼ੂਜ਼ ਜਲੰਧਰ ਦੇ ਹੋਣਗੇ, ਅਸੀਂ ਉਸਦੇ ਬਾਰੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਆਪਣਾ ਹੱਥ ਖੜਾ ਕਰ ਲਿਓ ਪਲੀਜ਼। ਮੈਂ ਮੁਕੇਸ਼ ਚੰਦਰ ਸ਼ਰਮਾ, ਸੀਨੀਅਰ ਵਾਈਸੀ ਪ੍ਰੈਜ਼ੀਡੈਂਟ ਬੀਕੇਯੂ ਰਾਜੇਵਾਲ। ਮੇਰਾ ਬੀਜੇਪੀ ਵਾਲੇ ਸਾਥੀਆਂ ਨੂੰ ਸਵਾਲ ਆ, ਮੋਦੀ ਸਾਹਿਬ ਜਦੋਂ ਪਹਿਲਾਂ ਆਏ ਸੀਗੇ ਉਹਨੇ ਵਾਅਦਾ ਕੀਤਾ ਸੀ, ਜਦੋਂ ਸੀਐਮ ਪੀਐਮ ਤਾਂ ਬਾਅਦ ਚ ਬਣੇ ਸੀਐਮ ਸੀ ਗੁਜਰਾਤ ਦੇ, ਉਹ ਕੇਂਦਰ ਸਰਕਾਰ ਨੂੰ ਚਿੱਠੀ ਲਿਖਦੇ ਆ ਬਈ ਸਵਾਮੀਨਾਥ ਰਿਪੋਰਟ ਜਿਹੜੀ ਲਾਗੂ ਕਰਨੀ ਬਹੁਤ ਜ਼ਰੂਰੀ ਆ। ਜਿੱਦਣ ਉਹ ਸੱਤਾ 'ਚ ਆਉਣ ਲਈ ਪੀਐਮ ਬਣ ਲਈ ਆਏ, ਕਹਿੰਦੇ ਸਾਨੂੰ ਸੱਤਾ 'ਚ ਲਿਆਓ, ਅਸੀਂ ਆਉਂਦੇ ਹੀ ਪੀਐਮ ਜਿਹੜੇ ਆ ਉਹ ਸਵਾਮੀਨਾਥ ਰਿਪੋਰਟ ਲਾਗੂ ਕਰਾਂਗੇ। ਫਿਰ 2022 ਦੇ ਤੱਕ ਉਹਨੇ ਕਿਹਾ ਵੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ। ਅੱਜ ਕਿਹੜੇ ਵਾਅਦੇ ਤੁਸੀਂ ਪੂਰੇ ਕੀਤੇ ਆ? ਕਿਸਾਨ ਤੁਹਾਨੂੰ ਕਿਉਂ ਵੋਟਾਂ ਪਾਉਣ? ਕਿੱਦਾਂ ਦਾ ਤੁਸੀਂ ਕਾਂਡ ਜਿਹੜਾ ਉੱਤੇ? ਠੀਕ ਹੈ, ਚਲੋ ਕਿਸਾਨਾਂ ਦੇ ਨਾਲ ਜੁੜਿਆ ਇੱਕ ਮੁੱਦਾ ਆ ਗਿਆ, ਹੋਰ ਸਵਾਲ ਲਵਾਂਗੇ ਅਸੀਂ, ਹੋਰ ਸਵਾਲ ਲਵਾਂਗੇ। ਅੱਗੇ ਅੱਗੇ ਥੋੜਾ ਜਿਹਾ ਸਵਾਲ ਪੁੱਛਣਾ ਚਾਹੁੰਦੇ ਆ। ਮੈਂ ਸਾਰੀਆਂ ਪਾਰਟੀਆਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਤਾਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਅਲੱਗ ਅਲੱਗ ਹੋ ਕੇ, ਤੇ ਸਟੇਟ ਤੋਂ ਬਾਹਰ ਤੁਸੀਂ ਸਾਰੇ ਇਕੱਠੇ ਹੋ ਕੇ ਇਲੈਕਸ਼ਨ ਲੜਦੇ ਪਏ ਹੋ, ਤੁਹਾਡਾ ਸਟੈਂਡ ਕੀ ਹੈ ਸਾਰਿਆਂ ਦਾ? ਚਲੋ, ਮੈਨੂੰ ਲੱਗਦਾ ਕਿ ਤੁਸੀਂ ਪਾਰਟੀਕੁਲਰਲੀ ਆਮ ਆਦਮੀ ਪਾਰਟੀ ਔਰ ਕਾਂਗਰਸ ਤੋਂ ਸਵਾਲ ਲੈਣਾ ਚਾਹੁੰਦੇ ਹੋ? ਇੱਕ ਦੋ ਹੋਰ ਸਵਾਲ ਅਸੀਂ ਲੈ ਲਈਏ। ਨਮਸਕਾਰ ਜੀ, ਮੈਂ ਸਰ ਕਨਫਿਊਜ਼, ਮੈਂ ਹੀ ਨਹੀਂ ਸਾਰਾ ਜਲੰਧਰ ਹੀ ਕਨਫਿਊਜ਼ ਆ। ਇਹ ਨਹੀਂ ਪਤਾ ਲੱਗਦਾ ਕਿਹੜੇ ਕੈਂਡੀਡੇਟ ਨੇ ਕਿੱਧਰ ਚੱਲ ਜਾਣਾ, ਕਿਹੜੇ ਨੇ ਕਿੱਧਰ ਚੱਲਣਾ, ਲੋਕੀ ਕਿੱਥੇ ਜਾਣਗੇ। ਇਸ ਕਰਕੇ ਅਸੀਂ ਬੜੇ ਕਨਫਿਊਜ਼ ਆ। ਜਲੰਧਰ ਦੀ ਜਿਹੜੀ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਪੰਜਾਬ ਦੀ ਰਾਜਨੀਤੀ ਦੇ ਵਿੱਚ, ਤੇ ਜਲੰਧਰ ਦੇ ਲੋਕ ਵੀ ਬਹੁਤ ਹੌਟ ਨੇ, ਇਹ ਹੌਟ ਲੋਕ ਕਿੱਥੇ ਜਾਣਗੇ? ਮੈਂ ਕਹਿਣਾ ਚਾਹੁੰਦਾ ਸਾਰੇ ਨੁਮਾਇੰਦੇ ਸਦਕੋ ਆਈ, ਸਾਰਿਆਂ ਦੀ ਰਿਸਪੈਕਟ ਕਰਦੇ ਕੋਈ ਵੀ ਬੰਦਾ ਵੀ ਹੋਵੇ, ਲੇਕਿਨ ਜਲੰਧਰ ਦੇ ਲੋਕ ਕਿਹੜੇ ਖੂਹ ਚ ਪੈ ਜਾਣਗੇ? ਉਹਨਾਂ ਦਾ ਕੀ ਕਸੂਰ ਹੈ? ਇੱਕ ਸਵਾਲ ਹੋਰ ਲੈ ਲਈਏ, ਮੌਸਮ ਵੀ ਬੜਾ ਹੌਟ ਹੈ ਜੀ। ਮੈਂ ਵੀਰ ਜੀ ਆਪਣੇ ਅਕਾਲੀ ਦਲ ਵੀਰ ਜੀ ਨੂੰ ਸਵਾਲ ਕਰੂੰਗਾ। ਇਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਬਾਰੇ, ਬੰਦੀ ਸਿੰਘ ਅੱਜ ਦੇ ਨਹੀਂ, ਉਹ 78 ਤੋਂ ਲੈ ਕੇ 81 84 ਔਰ 91 92 ਬੰਦੀ ਸਿੰਘ ਆ। ਇਹਨਾਂ ਦਾ ਰਾਜ 10 ਸਾਲ ਰਿਹਾ ਔਰ 13 MP ਵੀ ਇਹਨਾਂ ਦੇ ਬਣੇ। ਇਹ ਮੈਨੂੰ ਕਹਿਣ ਕਦੋਂ ਇਹਨਾਂ ਨੇ ਕੇਂਦਰ ਦੀ ਸਰਕਾਰ ਨੂੰ ਘੇਰਿਆ? ਠੀਕ ਹੈ, ਚਲੋ ਆਪਾਂ ਜਵਾਬ ਲੈ ਲੈਂਦੇ ਹੁਣ ਇੱਕ ਵਾਰੀ, ਕਾਫੀ ਚੀਜ਼ਾਂ ਇਕੱਠੀਆਂ ਹੋ ਗਈਆਂ। ਪਹਿਲਾਂ ਗੱਲ ਕਿਸਾਨਾਂ ਦੀ, ਦੇਖੋ ਕਿਸਾਨਾਂ ਦੇ ਇਸ਼ੂ ਤੇ ਤੁਹਾਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ, ਤਨੀਜਾ ਸਾਹਿਬ ਕਿਵੇਂ ਦੇਖਦੇ ਹੋ ਇਸ ਨੂੰ, ਜਵਾਬ ਕਿਵੇਂ ਜਨਤਾ ਨੂੰ ਦੇ ਰਹੇ ਹੋ? ਦੇਖੋ ਜਿਹੜਾ ਭਾਈ ਸਾਹਿਬ ਨੇ ਪ੍ਰਸ਼ਨ ਕੀਤਾ, ਮੈਂ ਤਾਂ ਇੰਨਾ ਕਹਿੰਦਾ ਆਜ਼ਾਦੀ ਤੋਂ ਬਾਅਦ ਜਿੰਨਾ ਕੰਮ ਕਿਸਾਨ ਹਿੱਤ ਦੇ ਵਿੱਚ ਮੋਦੀ ਸਰਕਾਰ 'ਚ ਹੋਇਆ, ਚਾਹੇ ਉਹ ਸੋਇਲ ਹੈਲਥ ਕਾਰਡ ਹੋਵੇ, ਚਾਹੇ ਉਹ ਕਿਸਾਨ ਕ੍ਰੈਡਿਟ ਕਾਰਡ ਹੋਵੇ, ਚਾਹੇ ਉਹ ਕਿਸਾਨ ਸਨਮਾਨ ਨਿਧੀ ਹੋਵੇ, ਮੈਨੂੰ ਦੱਸੋ ਅੱਜ ਤੱਕ ਆਜ਼ਾਦੀ ਤੋਂ ਬਾਅਦ ਲਗਾਤਾਰ MSP ਦੇ ਵਿੱਚ ਵਾਧਾ ਹੋ ਰਿਹਾ, ਮਤਲਬ 200% ਵਾਧਾ ਜਿਹੜਾ MSP ਤੇ ਫਸਲ। ਇਹ ਪੰਜਾਬ ਦੇ ਜਿਹੜੇ ਕਿਸਾਨ ਹੈ ਉਹ ਕਿਉਂ ਸਮਝ ਨਹੀਂ ਪਾਉਂਦੇ ਜਾਂ ਤੁਸੀਂ ਸਮਝਾ ਨਹੀਂ ਪਾਉਂਦੇ? 2020 ਚ ਅਸੀਂ ਇੱਕ ਪੂਰਾ ਅੰਦੋਲਨ ਦੇਖ ਲਿਆ, 2019 ਤੋਂ 24 ਤੱਕ ਦੇ ਵਿੱਚ ਬਦਲਿਆ ਇਹ ਹੈ ਕਿ ਇਨਫੈਕਟ ਪੰਜਾਬ ਨੇ ਦੋ ਅੰਦੋਲਨ ਦੇਖ ਲਏ, ਇੱਕ ਤਾਂ ਹੁਣ ਵੀ ਚੱਲ ਰਿਹਾ। ਦੇਖੋ ਗੱਲ ਇਸ ਤਰ੍ਹਾਂ ਹੈ, ਜਿਹੜਾ ਬੰਦਾ ਸੁੱਤਾ ਹੁੰਦਾ ਉਹਨੂੰ ਜਗਾਇਆ ਜਾ ਸਕਦਾ, ਜਿਹੜਾ ਮਚਲਾ ਹੁੰਦਾ ਉਹਨੂੰ ਜਗਾਇਆ ਨਹੀਂ ਜਾ ਸਕਦਾ। ਤੁਸੀਂ ਕਿਸਾਨਾਂ ਬਾਰੇ ਕਹਿ ਰਹੇ? ਕਿਸਾਨਾਂ ਬਾਰੇ ਨਹੀਂ ਮੈਂ ਕਹਿ ਰਿਹਾ, ਇਹਨੂੰ ਮਿਸਇੰਟਰਪ੍ਰੇਟ ਨਾ ਕਰੋ। ਜਿਹੜੇ ਕਿਸਾਨ ਹੈ ਉਹ ਮੋਦੀ ਸਰਕਾਰ ਦੇ ਨਾਲ ਹੈ, ਪੂਰੇ ਦੇਸ਼ ਦੇ ਕਿਸਾਨ, ਜਦੋਂ ਅੰਦੋਲਨ ਚੱਲ ਰਿਹਾ ਸੀਗਾ ਪੂਰੇ ਦੇਸ਼ ਦੇ ਕਿਸਾਨ ਵਿੱਚੋਂ ਪੰਜਾਬ ਦੀਆਂ ਵੀ ਕੁਝ ਜਥੇਬੰਦੀਆਂ, ਹੁਣ ਮੈਨੂੰ ਦੱਸੋ ਪੰਜਾਬ ਇਹਨਾਂ ਨੇ ਦੁਬਾਰਾ ਅੰਦੋਲਨ ਸ਼ੁਰੂ ਹੋਇਆ, ਕਿੰਨੀਆਂ ਜਥੇਬੰਦੀਆਂ ਜਿਨ੍ਹਾਂ ਨੇ ਪਹਿਲੇ ਦਿੱਲੀ ਜਾ ਕੇ ਅੰਦੋਲਨ ਕੀਤਾ ਸੀ ਉਹ ਸਾਰੀਆਂ ਕਿੱਥੇ ਆ? ਠੀਕ ਹੈ, ਚਲੋ ਆਪਾਂ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਮੈਨੂੰ ਲੱਗਦਾ ਕਿ ਜਿਹੜਾ ਇੱਕ ਸਵਾਲ ਸੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਗੱਠਜੋੜ ਉਸ ਨੂੰ ਲੈ ਕੇ ਰਿਐਕਸ਼ਨ ਜ਼ਰੂਰ ਲੈ, ਉਸ ਬਾਰੇ ਜ਼ਰੂਰ ਤੁਸੀਂ, ਕਾਂਗਰਸ ਕਿਸ ਤਰੀਕੇ ਨਾਲ ਜਸਟੀਫਾਈ ਕਰੂਗੀ ਇਸ ਚੀਜ਼ ਨੂੰ ਕਿ ਤੁਸੀਂ ਚੰਡੀਗੜ੍ਹ ਦੇ ਵਿੱਚ ਇਕੱਠੇ ਹੋ ਤੇ ਉਰਲੇ ਪਾਸੇ ਮੁਹਾਲੀ ਚ ਤੁਸੀਂ ਵੱਖੋ ਵੱਖਰੇ ਚੋਣ ਲੜ ਰਹੇ ਹੋ? ਦੇਖੋ ਪੰਜਾਬ ਪ੍ਰਦੇਸ਼ ਕਾਂਗਰਸ ਹੈ, ਪੰਜਾਬ ਦੇ ਫੈਸਲੇ ਲੈਣ ਲਈ ਪੰਜਾਬ ਦੀ ਕਾਂਗਰਸ ਜਿਹੜੀ ਹੈ ਉਹਦੇ ਕੋਲ ਅਧਿਕਾਰ ਨੇ, ਔਰ ਪੰਜਾਬ ਦੀ ਕਾਂਗਰਸ ਰਾਜਾ ਵੜਿੰਗੀ ਨੇ
ਤੇ ਬਾਜਵਾ ਸਾਹਿਬ ਨੇ ਇਹ ਫੈਸਲਾ ਲਿਆ ਕਿ ਅਸੀਂ ਉਹ ਤਿਰਨਾ ਨਹੀਂ ਖੜਨਾ ਜਿਹੜੀ ਪੰਜਾਬ ਦੇ ਹਿੱਤ ਵਿੱਚ ਨਹੀਂ ਖੜਦੀ ਪਈ। ਔਰ ਪੰਜਾਬ ਦੇ ਵਿੱਚ ਜੋ ਇਹਨਾਂ 2 ਸਾਲਾਂ ਦੇ ਵਿੱਚ ਕਾਂਡ ਕੀਤਾ, ਜੋ ਇਹਨਾਂ ਨੇ 2-2.5 ਸਾਲ ਦੇ ਵਿੱਚ ਪੰਜਾਬ ਦੇ ਲੋਕ ਸੜਕਾਂ 'ਤੇ ਲਿਆਉਂਦੇ ਨੇ, ਤੁਸੀਂ ਕਿਸਾਨ ਸੜਕਾਂ 'ਤੇ, ਜਿਹੜੇ ਅਧਿਆਪਕ ਆ ਸੜਕਾਂ 'ਤੇ, ਬਾਕੀ ਹੋਰ ਕਰਮਚਾਰੀ ਸੜਕਾਂ 'ਤੇ, ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਹਿੱਤ ਦੇ ਵਿੱਚ ਜਿਹੜਾ ਇਹ ਫੈਸਲਾ ਲਿਆ ਗਿਆ ਕਿ ਅਸੀਂ ਪੰਜਾਬ ਦੀ ਜਿਹੜੀ ਲੜਾਈ ਹੈ, ਪੰਜਾਬੀਆਂ ਦੀ ਲੜਾਈ ਆਪਣੇ ਤੌਰ 'ਤੇ ਲੜਾਂਗੇ, ਪੰਜਾਬ ਦੀ ਰਾਜਧਾਨੀ 'ਚ ਖੜਦੇ ਆ ਇਕੱਠੇ। ਨਹੀਂ ਦੇਖੋ 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 ਜਿਹੜੀ ਇਸ ਵੇਲੇ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ, ਜਿਹੜੀ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ ਹੈ, ਉਹ ਪੰਜਾਬ ਦੇ ਪਿੰਡਾਂ 'ਚੋਂ ਬਣੀ ਹੈ, ਪੰਜਾਬ ਦੀ ਹੈ ਉੱਥੇ ਦੀ। ਪਰ ਜਿਹੜੇ ਜਿਹੜੀ ਇਸ ਵੇਲੇ ਇਲੈਕਸ਼ਨ ਚੱਲਦੀ ਹੈ ਜਾਂ ਜਿਸ ਵੇਲੇ ਉਹਨਾਂ ਦੀ ਜਿਹੜੀ ਇਸ ਟਾਈਮ ਦੇ ਉੱਤੇ ਕੰਟਰੋਲ ਹੈ ਉਹ ਸੈਂਟਰ ਦੇ ਵਿੱਚ ਹੈ, ਇਸ ਕਰਕੇ ਉਹਨਾਂ ਦੀ ਇੱਕ ਅਲੱਗ ਸਥਿਤੀ ਹੋ ਸਕਦੀ ਹੈ ਜਿਹੜੇ ਪੰਜਾਬ ਦੀਆਂ। ਮੈਂ ਆਮ ਆਦਮੀ ਪਾਰਟੀ ਤੋਂ ਵੀ ਜਵਾਬ ਲੈਣਾ, ਤੁਸੀਂ ਕਿਵੇਂ ਜਸਟੀਫਾਈ ਕਰੋਗੇ ਇਸ ਚੀਜ਼ ਨੂੰ ਜੇ ਸਾਹਮਣੇ ਬੰਦਾ ਬੈਠਾ ਇਹ ਸੋਚ ਰਿਹਾ ਕਿ ਇਹ ਦੂਜੇ ਸੂਬੇ ਦੇ ਵਿੱਚ ਇਕੱਠੇ ਨੇ, ਇੱਥੇ ਅਲੱਗ ਅਲੱਗ ਨੇ, ਜੇ ਤੁਹਾਡੀ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਵੋਟ ਪੈਂਦੀ ਹੈ, ਉਹ ਵੋਟ ਜਾਣੀ ਤੇ ਕਾਂਗਰਸ ਨੂੰ ਹੈ ਅਲਟੀਮੇਟਲੀ, ਮੈਂ ਜਵਾਬ ਦਿੰਦਾ, ਇੰਡੀਆ ਗਠਜੋੜ ਨੂੰ ਜਾਣੀ ਹੈ ਤਾਂ ਫਿਰ ਬੰਦਾ ਕਹਿੰਦਾ ਮੈਂ ਸਿੱਧੀ ਕਾਂਗਰਸ ਨੂੰ ਪਾ ਦਿੰਦਾ, ਮੈਂ ਵਾਇਆ ਆਮ ਆਦਮੀ ਪਾਰਟੀ ਕਿਉਂ ਜਾਵਾਂ। ਦੇਖੋ ਕਾਂਗਰਸ ਨੂੰ ਵੋਟ ਨਹੀਂ ਜਾ ਰਹੀ ਹੈ, ਪਤਾ ਨਹੀਂ ਤੁਸੀਂ ਕਿਹੜੇ ਤਰੀਕੇ ਨਾਲ ਕਹਿ ਰਹੇ, ਕਿਉਂਕਿ ਸਾਡਾ ਗੱਠਬੰਧਨ ਕਾਂਗਰਸ ਨਾਲ ਨਹੀਂ ਹੈਗਾ, ਸਾਡਾ ਗੱਠਬੰਧਨ 24-25 ਪਾਰਟੀਆਂ ਦਾ ਆ, 24-25 ਪਾਰਟੀਆਂ ਦਾ ਗੱਠਬੰਧਨ। ਪ੍ਰਧਾਨ ਮੰਤਰੀ ਕਿਹੜੀ ਪਾਰਟੀ ਦਾ ਬਣਨਾ? ਇਹ ਦੇਖੋ ਇਹ ਵੱਡੀ ਗੱਲ ਹੈ, ਇਹ ਜਿਹੜੀ ਨੈਸ਼ਨਲ ਪਾਰਟੀਆਂ, ਕੇਜਰੀਵਾਲ ਸਾਹਿਬ ਨੇ ਮਲਿਕਾ ਅਰਜੁਨ ਖੜਗੇ ਦੇ ਨਾਮ ਦੀ ਸਪੋਰਟ ਕੀਤੀ ਔਰ ਕਿਹਾ ਵੀ ਇਹਨਾਂ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ। ਦੇਖੋ ਇਹ ਤਾਂ ਜਿਹੜੇ ਰਾਜਨੀਤਿਕ ਸਮੀਕਰਨ ਬਣ ਗਏ ਇਲੈਕਸ਼ਨ ਤੋਂ ਬਾਅਦ, ਰਿਜ਼ਲਟ ਤੋਂ ਬਾਅਦ ਫਿਰ ਤੈਅ ਹੋਏਗਾ ਕਿ ਕੌਣ ਪ੍ਰਧਾਨ ਮੰਤਰੀ ਦੇਸ਼ ਦਾ ਬਣੇਗਾ, ਲੇਕਿਨ ਸਾਡਾ ਗੱਠਬੰਧਨ ਕਾਂਗਰਸ ਨਾਲ ਨਹੀਂ ਹੈਗਾ, ਇਹ 25-26 ਪਾਰਟੀਆਂ ਦਾ ਅਲਾਇੰਸ ਹੈਗਾ। ਜੋ ਘਾਣ 10 ਸਾਲ ਦੇ ਵਿੱਚ ਮੋਦੀ ਸਰਕਾਰ ਨੇ ਭਾਰਤ ਦਾ ਕੀਤਾ, ਉਸ ਘਾਣ ਤੋਂ ਭਾਰਤ ਨੂੰ ਬਚਾਉਣ ਦੇ ਲਈ ਇੱਕ 25-26 ਪਾਰਟੀਆਂ ਦਾ ਗੱਠਬੰਧਨ ਹੋਇਆ, ਇਹ ਕਾਂਗਰਸ ਨਾਲ ਗੱਠਬੰਧਨ ਨਹੀਂ ਹੈਗਾ ਜੀ। ਨਕਲੀ ਚਲੋ, ਮੈਂ ਅਕਾਲੀ ਦਲ ਤੋਂ ਸਵਾਲ ਹੈ, ਇੱਕ ਸਵਾਲ ਆਇਆ ਸੀ ਕਿ ਇਸ ਵਾਰੀ ਪਤਾ ਹੀ ਨਹੀਂ ਚੱਲਦਾ ਕਿਹੜਾ ਕੈਂਡੀਡੇਟ ਕਿਹੜੀ ਪਾਰਟੀ ਚਲਾ ਗਿਆ, ਕਈ ਵਾਰੀ ਸਾਡੇ ਵਰਗੇ ਵੀ ਕਨਫਿਊਜ਼ ਹੋ ਜਾਂਦੇ ਆ ਜਦੋਂ ਨਾਮ ਲੈਂਦੇ ਆ ਕਿ ਕਿਹੜੀ ਪਾਰਟੀ ਚ ਹੈ, ਸੋ ਪਬਲਿਕ ਨੂੰ ਤੁਸੀਂ ਉਹ ਚੀਜ਼ ਕਿਵੇਂ ਅਸ਼ੋਰ ਕਰਾਉਂਗੇ ਕਿ ਜੇ ਕੱਲ ਨੂੰ ਤੁਹਾਡਾ ਕੈਂਡੀਡੇਟ ਜਿੱਤ ਵੀ ਜਾਂਦਾ ਕਿ ਉਹ ਛੱਡ ਕੇ ਦੂਜੀ ਪਾਰਟੀ ਚ ਨਹੀਂ ਜਾਏਗਾ? ਦੇਖੋ ਆਹ ਹਾਲਾਤ ਜੋ ਬਣੇ ਨੇ, ਇਹ ਤਾਂ ਜਿਹੜਾ ਮੌਸਮ ਹੈ ਨਾ ਜੀ, ਉਹ ਇਲੈਕਸ਼ਨਾਂ ਦੇ ਵਿੱਚ ਇਸ ਤਰ੍ਹਾਂ ਹਮੇਸ਼ਾ ਹੀ ਹੁੰਦਾ, ਪਰ ਮੈਂ ਸਮਝਦਾ ਕਿ ਅੱਜ ਲੋਕ ਬੜੇ ਸਿਆਣੇ ਨੇ ਔਰ ਜਲੰਧਰ ਦੇ ਖਾਸ ਕਰਕੇ ਲੋਕ ਬਹੁਤ ਸਿਆਣੇ ਨੇ, ਉਹਨਾਂ ਨੇ ਫੈਸਲਾ ਕੀਤਾ ਹੋਇਆ ਵਾ ਕਿ ਕੈਂਡੀਡੇਟਾਂ ਦੇ ਵਿੱਚੋਂ ਕਿਹੜਾ ਬੰਦਾ ਬਹੁਤ ਹੀ ਇਮਾਨਦਾਰ, ਸ਼ਰੀਫ, ਨੇਕ ਇਨਸਾਨ ਹੈ, ਵੋਟ ਉਹਨਾਂ ਨੇ ਉਹਨੂੰ ਹੀ ਪਾਉਣੀ ਹੈ, ਅੱਜ ਭਾਵੇਂ ਜੋ ਮਰਜ਼ੀ ਕੋਈ ਕਹੀ ਜਾਵੇ। ਸ਼੍ਰੋਮਣੀ ਅਕਾਲੀ ਦਲ ਦਾ ਜੋ ਸਟੈਂਡ ਹੈ ਉਹ ਪੂਰਾ ਪੰਜਾਬ ਅੱਜ ਉਹਨਾਂ ਦੇ ਨਾਲ ਖੜਿਆ। ਔਰ ਮੈਂ ਵੀਰ ਜੀ ਦੀ ਗੱਲ ਦਾ ਜਵਾਬ ਦੇ ਦਿਆਂ, ਉਹ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਸੀ, ਤੁਸੀਂ ਵਿੱਚ ਮਿਸ ਹੋ ਗਿਆ ਤੁਹਾਡੇ ਕੋਲ। ਬੰਦੀ ਸਿੰਘਾਂ ਦੀ ਭਾਈ ਰਾਜੋਆਣਾ ਸਾਹਿਬ ਅੱਜ ਜੇਲ੍ਹ ਦੇ ਅੰਦਰ ਨੇ, ਉਹਨਾਂ ਨੂੰ ਫਾਂਸੀ ਦੀ ਸਜ਼ਾ ਤੈਅ ਹੋ ਗਈ ਸੀ ਅਤੇ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ਼ ਕਿੰਨੇ ਕਰਾਈ ਸੀ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ। ਜਿੰਨੇ ਬੰਦੀ ਸਿੰਘਾਂ ਦੀ ਲੜਾਈ ਅੱਜ ਤੱਕ ਲੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੜੀ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ। ਜੋ ਮਰਜ਼ੀ ਕੋਈ ਕਹੀ ਜਾਵੇ, ਸਾਡਾ ਸਟੈਂਡ ਕਲੀਅਰ ਹੈ, ਨਹੀਂ ਤਾਂ ਸਾਨੂੰ ਤਾਂ ਅੱਜ ਤੁਹਾਡੇ ਚੈਨਲ ਵਾਲੇ ਹੀ ਕਹਿ ਰਹੇ ਸੀ ਕਿ ਜੇ ਅਕਾਲੀ ਦਲ ਬੀਜੇਪੀ ਇਕੱਠੇ ਹੋ ਜਾਏ ਤਾਂ 8-10 ਸੀਟਾਂ ਆਉਂਦੀਆਂ ਨੇ, ਪਰ ਅਸੀਂ ਸੀਟਾਂ ਨੰਬਰਾਂ ਨੂੰ ਪਹਿਲ ਨਹੀਂ ਦਿੱਤੀ, ਅਸੀਂ ਪੰਜਾਬ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ, ਪੰਜਾਬ ਦੇ ਲੋਕਾਂ ਨੂੰ ਪਹਿਲ ਦਿੱਤੀ ਹੈ, ਸਿੱਖਾਂ ਨੂੰ ਪਹਿਲ ਦਿੱਤੀ ਹੈ, ਸਿੱਖ ਪੰਥ ਨੂੰ ਪਹਿਲ ਦਿੱਤੀ ਹੈ। ਨਤੀਜੇ ਕੁਝ ਵੀ ਹੋਣ, ਇਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕਲੀਅਰ ਕਰਤਾ, ਭਾਵੇਂ ਸਾਨੂੰ ਸੀਟ ਆਵੇ ਨਾ ਆਵੇ, ਅਗਲੀ ਵਾਰ ਵੀ ਨਾ ਆਵੇ, ਲੇਕਿਨ ਅਸੀਂ ਪੰਜਾਬ ਦੇ ਜਿਹੜੇ ਮੇਨ ਮੁੱਦੇ ਨੇ ਉਹਨਾਂ ਤੋਂ ਪਿੱਛੇ ਨਹੀਂ ਹਟਾਂਗੇ। ਸਵਾਲ ਰੱਖਿਓ ਥੋੜੇ ਘੱਟ ਸ਼ਬਦਾਂ ਦੇ ਵਿੱਚ। ਸਰ ਮੇਰਾ ਨਾਮ ਤੁਸ਼ਾਰ ਜੈਨ ਹੈ,
ਮੈਂ ਜਾਨਕੀ ਨਾਮ ਕਿਉਂ ਕਹਿ ਰਿਹਾ ਕਿਉਂਕਿ ਮੇਰਾ ਸਰਨੇਮ ਜੈਨ ਹੈ। ਅਸੀਂ ਇੱਥੇ ਜ਼ਿਆਦਾਤਰ ਰਾਜਨੀਤੀ ਦੇ ਵਿੱਚ ਦੇਖਦੇ ਹਾਂ ਵੀ ਹਿੰਦੂ ਮੁਸਲਮਾਨ ਦੀ ਗੱਲ ਹੋ ਰਹੀ ਹੈ, ਡਿਵਾਈਡ ਕ੍ਰੀਏਟ ਹੋ ਰਿਹਾ। ਸਾਡੀ ਇੱਕ ਕੌਮ ਹੈ ਜਿਹੜੀ ਕਿਸੇ ਨਾਲ ਨਹੀਂ ਲੜਦੀ, ਨਾ ਕੋਈ ਰਿਜ਼ਰਵੇਸ਼ਨ ਮੰਗਦੀ, ਉਲਟਾ ਟੈਕਸ ਕੰਟਰੀਬਿਊਸ਼ਨ ਹਾਈਐਸਟ ਕਰਦੀ ਹੈ। ਸਰ ਬੀਜੇਪੀ ਕਦੀ ਕੋਈ ਮੈਜੋਰਿਟੀ 'ਚ ਨਹੀਂ ਆਈ ਇਸ ਸਟੇਟ 'ਚ, ਪਰ ਮੇਰਾ ਸਿੱਧਾ ਸਵਾਲ ਬਾਕੀ ਤਿੰਨ ਕੈਂਡੀਡੇਟਸ ਨੂੰ ਹਾਜ਼ਰ ਨਾਜ਼ਰ ਕਰਕੇ ਵਿਦ ਡਿਊ ਰਿਸਪੈਕਟ ਹੈ ਕਿ ਸਰ ਮਾਈਨੋਰਟੀ ਕਮਿਸ਼ਨ ਦੇ ਵਿੱਚ ਵੀ ਇਹ ਰਾਜਨੀਤੀ ਕਿਉਂ ਖੇਲੀ ਜਾਂਦੀ? ਕਦੀ ਕਿਸੇ ਜੈਨ ਨੂੰ ਮਾਈਨੋਰਟੀ ਕਮਿਸ਼ਨ ਦਾ ਹੈਡ ਕਿਉਂ ਨਹੀਂ ਬਣਾਉਂਦੇ? ਠੀਕ ਹੈ, ਚਲੋ ਇੱਕ ਤੁਹਾਡਾ ਸਵਾਲ ਆ ਗਿਆ, ਛੋਟਾ ਸਵਾਲ। ਸਰ ਮੇਰੀ ਇਹ ਸਾਰੇ ਲੀਡਰ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਬੇਰੁਜ਼ਗਾਰੀ ਦਾ ਮੁੱਦਾ ਕਿੱਥੇ ਗਿਆ? ਸਭ ਤੋਂ ਵੱਡਾ ਜਿਹੜਾ ਪੰਜਾਬ ਦੇ ਵਿੱਚ ਮੁੱਦਾ ਹੈ ਉਹ ਬੇਰੁਜ਼ਗਾਰੀ ਦਾ। ਅਸੀਂ ਸਿੱਖਿਆ ਵਿਭਾਗ ਦੇ ਦਫ਼ਤਰਾਂ ਦੇ ਵਿੱਚ ਕੱਚੇ ਮੁਲਾਜ਼ਮ ਕੰਮ ਕਰ ਰਹੇ ਹਾਂ, ਸਰਵ ਸਿੱਖਿਆ ਅਭਿਆਨ ਅਧੀਨ। ਪੰਜਾਬ 'ਚ ਇੱਦਾਂ ਦੇ ਬਹੁਤ ਸਾਰੇ ਨੌਜਵਾਨ ਜੋ ਸਿੱਖਿਆ ਵਿਭਾਗ ਦੇ ਦਫ਼ਤਰਾਂ ਵਿੱਚ ਹੋਰ ਵਿਭਾਗਾਂ 'ਚ ਕੰਮ ਕਰ ਰਹੇ ਨੇ, ਪਰ ਬੜੇ ਅਫਸੋਸ ਦੀ। ਠੀਕ ਹੈ, ਚਲੋ ਕੱਚੇ ਮੁਲਾਜ਼ਮ। ਇੱਕ ਮਿੰਟ ਸਰ, ਇੱਕ ਮਿੰਟ। ਪਹਿਲੇ ਅਕਾਲੀਆਂ ਨੇ ਐਕਟ ਲਿਆਂਦਾ, ਉਸ ਤੋਂ ਬਾਅਦ ਚੰਨੀ ਸਾਹਿਬ ਨੇ ਬੋਰਡ ਲਗਾ ਤੇ 36,000 ਮੁਲਾਜ਼ਮ ਪੱਕੇ ਕਰਤੇ, ਉਸ ਤੋਂ ਬਾਅਦ ਅਸੀਂ ਬਦਲਾਵ ਲਿਆਂਦਾ, ਬਦਲਾਵ ਵਾਲੀ ਸਰਕਾਰ ਨੇ ਵੱਡੇ ਵੱਡੇ ਬੋਰਡ ਲਗਾ ਦਿੱਤੇ ਕਿ 12,500 ਅਧਿਆਪਕ ਪੱਕੇ ਕਰਤੇ, ਇੱਕ ਵੀ ਅਧਿਆਪਕ ਦੱਸਦਾ ਜਿਹੜਾ ਪੱਕਾ ਕੀਤਾ ਹੈ? ਮੈਂ ਦਾਅਵੇ ਨਾਲ ਕਹਿ ਸਕਦਾ ਇੱਕ ਵੀ, ਸਿਰਫ ਬੋਰਡਾਂ ਤੇ। ਠੀਕ ਹੈ, ਚਲੋ। ਬੋਰਡਾਂ ਤੇ ਖੰਭਿਆਂ ਦੇ ਤੇ ਸਫੈਦਿਆਂ ਦੇ ਪੱਕੇ ਕੀਤੇ ਆ। ਹੁਣ ਭਗਵਾਨ ਬੋਰਡ ਤੁਸੀਂ ਆਏ ਵਾਰ ਦਾ ਤੁਹਾਨੂੰ ਯਾਦ ਹੈ, ਭਗਵੰਤ ਮਾਨ ਤੇ ਕੇਜਰੀਵਾਲ ਦੀ ਫੇਰੀ ਹੁੰਦੀ ਹੈ, ਸਭ ਤੋਂ ਪਹਿਲੇ ਸਾਨੂੰ ਨਜ਼ਰਬੰਦ ਕਿਉਂ ਕੀਤਾ ਜਾਂਦਾ? ਅਸੀਂ ਕੋਈ ਕ੍ਰਿਮੀਨਲ ਆ, ਗੈਂਗਸਟਰ ਆ? ਸਾਨੂੰ ਇੱਦਾਂ ਸਨ। ਠੀਕ ਹੈ, ਚਲੋ ਮੈਂ ਸਵਾਲ ਲੈਣਾ, ਹੋਰ ਸਵਾਲ ਲੈਣਾ, ਥੋੜਾ ਛੋਟਾ ਰੱਖਿਓ ਸਵਾਲ। ਮੇਰਾ ਤਿੰਨੇ ਪਾਰਟੀਆਂ ਨੂੰ ਸਵਾਲ ਹੈ। ਬੀਜੇਪੀ ਨੂੰ ਨਹੀਂ ਹੈ? ਬੀਜੇਪੀ ਤੋਂ ਮੈਂ ਆਪ ਆ, ਮੈਨੂੰ ਪੁੱਛ ਲਿਓ। ਪਹਿਲਾਂ ਤਾਂ ਆਮ ਪਾਰਟੀ ਵਾਲਿਆਂ ਨੂੰ ਮੈਂ ਪੁੱਛਦਾ ਤੇ ਕਾਂਗਰਸ ਵਾਲਿਆਂ ਨੂੰ ਮੈਂ ਪੁੱਛਦਾ। ਇਹ ਕਹਿੰਦੇ ਨੇ ਕਿ ਸਾਡਾ ਕਿਸੇ ਨਾਲ ਗਠਬੰਧਨ ਨਹੀਂ। ਕਾਂਗਰਸ ਵਾਲੇ ਦੱਸਦੇ ਰਾਹੁਲ ਜੀ ਨੇ ਵੋਟ ਕਿਹਨੂੰ ਪਾਈ ਆ, ਤੇ ਆਪ ਵਾਲੇ ਦੱਸ ਦੇਣ ਇਹਨਾਂ ਦੇ ਕੇਜਰੀਵਾਲ ਨੇ ਕਿਹਨੂੰ ਵੋਟ ਪਾਈ ਆ। ਉਸ ਤੋਂ ਬਾਅਦ ਮੈਂ ਉਹਨਾਂ ਅਕਾਲੀ ਦਲ ਤੇ, ਅਕਾਲੀ ਦਲ ਦੀ ਗੌਰਮੈਂਟ ਮੈਂ ਵੀ ਇੱਕ ਟਾਈਮ ਹਿੱਸਾ ਰਿਹਾ। ਮੈਂ ਪੁੱਛਣਾ ਚਾਹੁੰਦਾ ਆਪਣੀ SGPC ਦਾ ਸ਼ੁਰੂ ਤੋਂ ਰਾਜ ਆ, ਇੱਕ ਸਕੂਲ ਇੱਕ ਕਾਲਜ ਦੱਸ ਦੇਣ ਕਿਹੜਾ ਬਣਾਇਆ? ਜਲੰਧਰ ਦਾ ਜ਼ਿਕਰ ਕਰ ਰਹੇ, ਪੂਰੇ ਪੰਜਾਬ ਦਾ, ਪੂਰੇ ਪੰਜਾਬ ਦੇ ਵਿੱਚ। ਛੋਟਾ ਜਿਹਾ ਸਵਾਲ ਰੱਖਿਓ। ਮੈਂ ਸਰ ਇੱਕ ਬੀਬੀ ਸ਼ਰਮਾ ਜਲੰਧਰ ਤੋਂ ਹੀ, ਆਪਣੇ ਇੱਥੇ ਨਾਰਮਲ ਆਦਮੀ ਹੈਗਾ, ਮੈਂ ਸਭ ਬੰਦਿਆਂ ਦੀ ਰਿਸਪੈਕਟ ਕਰਦਾ ਹੈਗਾ, ਜਿਸ ਤਰ੍ਹਾਂ ਹੀ ਆਪਣੇ ਬੀਜੇਪੀ ਵਾਲਿਆਂ ਨੇ ਅਕਾਲੀ ਵਾਲਿਆਂ ਨੇ। ਸਵਾਲ ਆ ਜੋ ਥੋੜਾ ਘੱਟ ਸਮ। ਮੈਂ ਇੱਕ ਸਵਾਲ ਇਹੀ ਕਰਦਾ ਹੈਗਾ, ਜਦੋਂ ਵੀ ਕਦੀ ਕੋਈ ਗੱਲ ਹੁੰਦੀ ਹੈਗੀ ਆ, ਇਹ ਇੱਕ ਤੇ ਪਹਿਲੀ ਗੱਲ ਤੇ ਸਾਰੀ ਅੱਜ ਕੱਲ ਦਲ ਬਦਲੂ ਵਾਲੇ ਗੱਲ ਹੈਗੀ ਆ, ਲੋਕਾਂ ਦਾ ਭਰੋਸਾ ਇਹਨਾਂ ਤੋਂ ਉੱਠ ਚੁੱਕਾ ਦਾ ਹੈਗਾ। ਅਸੀਂ ਇਹ ਚਾਹੁੰਦੇ, ਅਸੀਂ ਕਿਉਂ ਇਹਨਾਂ ਤੇ ਭਰੋਸਾ ਕਰੀਏ ਜਦਕਿ ਇਹ ਸਾਡੇ ਉੱਤੇ ਭਰੋਸਾ ਨਹੀਂ ਕਰਦੇ? ਵਰਕਰ ਤੇ ਦਰੀਆਂ ਝਾੜਦੇ ਫਿਰਦੇ ਇਹਨਾਂ ਲੋਕਾਂ ਦੀਆਂ, ਹੈਂ? ਅਸੀਂ ਲੋਕ ਇਹਨਾਂ ਦੇ ਉੱਤੇ ਭਰੋਸਾ ਕਰਕੇ ਬੈਠੇ ਹੁੰਦੇ ਹੈਗੇ ਆ, ਔਰ ਇਹ ਲੋਕ ਸਾਡਾ ਭਰੋਸਾ ਤੋੜ ਕੇ ਦਲ ਬਦਲੂ ਪੈਸੇ ਦੀ ਟੋਕਰੀ ਚੱਕਦੇ ਹੈਗੇ ਆ ਤੇ ਦਲ ਬਦਲੂ ਕਰਕੇ ਚਲੇ ਜਾਂਦੇ ਹੈਗੇ ਆ। ਅਸੀਂ ਕਿਉਂ ਭਰੋਸਾ ਕਰੀਏ ਇਹਨਾਂ ਲੋਕਾਂ ਤੇ? ਰਹੀ ਗੱਲ ਬੰਦੇ, ਮੇਰੇ ਭਾਈ ਸਾਹਿਬ ਨੇ ਕਿਹਾ ਹੈਗਾ ਵੀ ਜਦੋਂ ਵੀ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਜਾਂ ਕਿਸੇ ਦੀ ਵੀ ਕੋਈ ਗੱਲ ਹੁੰਦੀ ਹੈਗੀ ਆ, ਅਸੀਂ ਲੋਕ ਉਹਨਾਂ ਦੇ ਨਾਲ ਖੜੇ ਹੁੰਦੇ ਹੈਗੇ ਆ ਵੀ ਉਹ ਕਿਉਂ ਨਹੀਂ ਹੋਈ, ਮਗਰ ਜਦ ਇਹਨਾਂ ਦੀ ਸਰਕਾਰ ਹੈਗੀ ਸੀ ਇਹਨਾਂ ਨੇ ਕੱਖ ਨਹੀਂ ਕੀਤਾ ਹੈਗਾ ਤੇ ਸਾਡੇ ਕੋਲ ਕੀ ਐਕਸਪੈਕਟ ਕਰਦੇ ਹੈਗੇ ਆ? ਚਲੋ ਮੈਂ ਸਵਾਲ ਦਾ ਜਵਾਬ ਲੈ ਲਵਾਂ, ਮੈਨੂੰ ਲੱਗਦਾ ਕਿ ਕਸ਼ੇਰਗਿੱਲ ਸਾਹਿਬ ਤੁਸੀਂ ਕੁਝ ਜ਼ਰੂਰ ਜਵਾਬ ਦਿਓ। ਕੱਚੇ ਮੁਲਾਜ਼ਮਾਂ ਵਾਲੀ ਵੀ ਗੱਲ ਹੋ ਰਹੀ ਹੈ ਤੇ ਦਲ ਬਦਲਣ ਨੂੰ ਲੈ ਕੇ ਮੈਂ ਦੇਖਿਆ ਕਿ ਜਲੰਧਰ ਦੇ ਲੋਕ ਜਿਹੜੇ ਕਿਸੇ ਪਾਰਟੀ ਨੂੰ ਰਿਪ੍ਰੈਜ਼ੈਂਟ ਇੱਥੇ ਨਹੀਂ ਕਰ ਰਹੇ, ਉਹ ਥੋੜੇ ਔਖੇ ਆ, ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਸ ਵਾਰ ਹੋ ਕੀ ਗਿਆ। ਦੇਖੋ ਜਿਹੜੀ ਗੱਲ ਤੁਸੀਂ ਕੀਤੀ ਆ ਨੌਕਰੀਆਂ ਦੀ, ਮੈਨੂੰ ਲੱਗਦਾ ਇੱਥੇ ਜਿੰਨੇ ਵੀ ਵੀਰ ਬੈਠੇ ਆ, ਮੈਂ ਉਹਨਾਂ ਨੂੰ ਕਹੂੰਗਾ ਕਿ ਕੋਈ ਵੀ ਬੰਦਾ RTI ਪਾ ਲਵੇ, ਇਹ ਪੰਜਾਬ ਦੇ ਵਿੱਚ, ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਪਾਰਟੀ ਹੋਈ ਆ ਜਿਹਨੇ 2 ਸਾਲ ਦੇ ਵਿੱਚ 43,000-46,000 ਨੌਕਰੀਆਂ ਲੋਕਾਂ ਨੂੰ ਦੇ ਦਿੱਤੀਆਂ। ਇਹਨਾਂ ਨੇ 5 ਸਾਲ ਦੇ ਕਾਰਜਕਾਲ ਦੇ ਵਿੱਚ, ਪਹਿਲੀਆਂ ਸਰਕਾਰਾਂ ਨੇ, ਕਿਸੇ ਨੇ 5 ਸਾਲ ਦੇ ਵਿੱਚ ਵੀ ਇੰਨੀਆਂ ਨੌਕਰੀਆਂ ਨਹੀਂ ਦਿੱਤੀਆਂ ਜਿੰਨੀਆਂ ਅਸੀਂ ਦੇ ਚੁੱਕੇ ਹਾਂ। ਸਾਡੀ ਨੀਅਤ ਸਾਫ਼ ਆ, ਆਉਣ ਵਾਲੇ 5 ਸਾਲ ਤੱਕ ਇਹ ਅੰਕੜਾ ਜਿਹੜਾ 2 ਲੱਖ ਤੱਕ ਜਾਊਗਾ। ਠੀਕ ਹੈ, ਚਲੋ ਮੈਨੂੰ ਲੱਗਦਾ ਕਾਂਗਰਸ ਤੋਂ ਜ਼ਰੂਰ ਰਿਐਕਸ਼ਨ ਹੋ ਜਾਵੇ। ਤੁਹਾਡੇ ਵਾਲੇ ਜਿਹੜੇ ਕੈਂਡੀਡੇਟ ਇੱਥੋਂ ਦੇ ਹੈਗੇ ਆ ਉਹਨਾਂ ਦੇ ਦਾਅਵਿਆਂ ਤੇ ਵੀ ਸਵਾਲ ਲੋਕ ਚੁੱਕ ਰਹੇ। ਨਹੀਂ ਦੇਖੋ, ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਨੌਕਰੀ ਦੀ ਕੀਤੀ, 43,000 ਨੌਕਰੀ ਕਰੀ ਆ ਆਮ ਆਦਮੀ ਪਾਰਟੀ। ਇਹਨਾਂ ਦੇ ਅਮਨ ਅਰੋੜਾ ਨੇ ਮਿਨਿਸਟਰ,
ਜਿਹੜੀ ਵਿਧਾਨ ਸਭਾ ਹੁੰਦੀ ਆ ਉਹਦੇ ਵਿੱਚ ਬਿਆਨ ਰਿਕਾਰਡਡ ਹੁੰਦਾ ਨਾ, ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਕਿੰਨੀ ਨੌਕਰੀ ਦਿੱਤੀ ਆ ਤੁਸੀਂ ਪੰਜਾਬ ਨੂੰ। 2500 ਨੌਕਰੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਦਿੱਤੀ ਆ, ਉਸ ਤੋਂ ਬਾਅਦ ਵਿੱਚ ਤੁਸੀਂ 1000 ਨੌਕਰੀ ਹੋਰ ਲਾ ਲਓ 3500 ਦਿੱਤੀ ਹੋਊਗੀ, ਬਾਕੀ ਜਿਹੜੀ 40000 ਨੌਕਰੀ ਉਹ ਤਾਂ ਪਿਛਲੀ ਸਰਕਾਰ ਦੀ ਹੈ, ਉਹਨਾਂ ਦੀਆਂ ਨਿਯੁਕਤੀਆਂ ਕੀਤੀਆਂ ਹੋਈਆਂ। ਉਸ ਤੋਂ ਬਾਅਦ ਵਿੱਚ ਜਿਹੜੀਆਂ ਆਮ ਆਦਮੀ ਪਾਰਟੀ ਆਈ ਹੈ ਤਾਂ ਉਹਦੀ ਨੌਕਰੀ ਹੈ। ਔਰ ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਸਵਾਲ ਸੀਗਾ ਮੇਰੇ ਵੀਰ ਦਾ ਕਿ ਜਿਹੜੇ ਐਜੂਕੇਸ਼ਨ ਆ ਕਿ ਐਜੂਕੇਸ਼ਨ ਦੇ ਲਈ ਕੀ ਕੀਤਾ ਜਾ ਰਿਹਾ ਜਾਂ ਐਜੂਕੇਸ਼ਨ ਦੇ ਵਿੱਚ ਨੌਕਰੀਆਂ ਲਈ ਕੀ ਕੀਤਾ ਜਾ ਰਿਹਾ। ਦੇਖੋ ਸਾਡੀ ਸਰਕਾਰ ਆਉਣ 'ਤੇ ਸੈਂਟਰ ਦੇ ਵਿੱਚ ਨੌਜਵਾਨਾਂ ਨੂੰ ਐਪ੍ਰੈਂਟਿਸਸ਼ਿਪ ਦਿੱਤੀ ਜਾਊਗੀ 1,00,000 ਰੁਪਈਆ ਜਿਹੜੇ ਗ੍ਰੈਜੂਏਟ ਕਰਨਗੇ 1 ਸਾਲ ਲਈ, ਜਾਣ ਕੇ ਟ੍ਰੇਨਿੰਗ ਪੀਰੀਅਡ ਦੇ ਲਈ। ਉਸ ਤੋਂ ਬਾਅਦ ਵਿੱਚ ਜਿਹੜੇ ਪੇਪਰ ਲੀਕ ਹੁੰਦੇ ਨੇ ਜਦੋਂ ਭਰਤੀਆਂ ਦੇ, ਉਹਦੇ ਉੱਤੇ ਪੱਕਾ ਕਾਨੂੰਨ ਬਣਾਇਆ ਜਾਏਗਾ ਸਜ਼ਾ ਦੇ ਲਈ ਕਿ ਜੇ ਪੇਪਰ ਲੀਕ ਹੋਏਗਾ। ਉਸ ਤੋਂ ਬਾਅਦ ਵਿੱਚ ਕਿਸਾਨਾਂ ਦੇ ਲਈ ਅਸੀਂ ਲੈ ਕੇ ਆਏ ਹਾਂ ਕਿ ਉਹਨਾਂ ਦੀ MSP ਦੀ ਗਰੰਟੀ, ਜਿਹੜੇ ਮੇਰੇ ਭਾਜਪਾ ਵਾਲੇ ਵੀਰ ਕਹਿ ਰਹੇ ਸੀ ਨਾ MSP ਵਧੀਆ, MSP ਵੀਰ ਜੀ ਸ਼ੁਰੂ ਤੋਂ ਆਉਂਦੀ ਆ ਰਹੀ ਹੈ, ਹਰ ਸਰਕਾਰ ਹਰ ਸਾਲ MSP ਦੇ ਜਿਹੜੇ ਨੇ ਰੇਟ ਦਿੰਦੀ ਨੇ, ਆਂਕੜੇ ਦਿੰਦੀ ਆ ਕਿ ਆਹ ਫਸਲ ਇੰਨੀ MSP ਆ, ਆਹ ਫਸਲ ਦੀ ਇੰਨੀ MSP ਆ, ਪਰ ਗੱਲ ਹੋ ਰਹੀ ਹੈ ਗਰੰਟੀ ਖਰੀਦ ਦੀ। ਕਾਂਗਰਸ ਪਾਰਟੀ ਗਰੰਟੀ ਖਰੀਦ ਦਾ ਜਿਹੜਾ ਕਾਨੂੰਨ ਲੈ ਕੇ ਆਏਗੀ ਪਹਿਲੀ ਕੈਬਨਿਟ। MSP ਦੀ ਗਰੰਟੀ ਤੁਸੀਂ ਦੇ ਦੋਗੇ? ਮੈਨੂੰ ਲੱਗਦਾ ਕਿ BSP ਦਾ ਬਹੁਤ ਦੇਰ ਹੋ ਗਿਆ, ਪਰ ਰਿਐਕਸ਼ਨ ਨਹੀਂ ਲਿਆ। ਬਿਲਕੁਲ, ਕਿਉਂਕਿ BSP ਤੋਂ ਸਵਾਲ ਇਸ ਲਈ ਵੀ ਹੈ ਕਿ ਕੈਂਡੀਡੇਟ ਦੀ ਰੱਦੋ ਬਦਲੀ ਦੀ ਗੱਲ ਹੋ ਰਹੀ ਹੈ, ਗੱਠਜੋੜ ਦੀ ਗੱਲ ਹੋ ਰਹੀ ਹੈ, BSP ਵੀ ਗੱਠਜੋੜ ਚ ਰਹੀ ਹੈ ਅਕਾਲੀ ਦਲ ਦੇ ਨਾਲ, ਪਰ ਸਡਨਲੀ ਇਕਦਮ ਵੱਖ ਹੋ ਗਏ। ਅਕਾਲੀ ਦਲ ਅੱਜ ਵੀ ਇਹ ਕਹਿੰਦਾ ਕਿ ਅਸੀਂ ਤੇ ਤੋੜਿਆ ਨਹੀਂ ਸੀ ਸਮਝੌਤਾ। ਨਹੀਂ, ਇਹਦੇ ਵਿੱਚ ਇੱਦਾਂ ਸੀਗਾ ਕਿ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਸੀਗੇ ਅਮਿਤ ਸ਼ਾਹ ਜੀ ਓਪਨਲੀ ਕਹਿੰਦੇ ਆ ਕਿ ਅਸੀਂ ਲਗਾਤਾਰ ਜਿਹੜੇ ਅਕਾਲੀ ਦਲ ਦੇ ਟੱਚ ਦੇ ਵਿੱਚ ਔਰ ਸਾਡੀ ਸੀਟ ਸ਼ੇਅਰਿੰਗ ਤੇ ਗੱਲਬਾਤ ਚੱਲ ਰਹੀ ਹੈ, ਬਟ ਸਮੱਸਿਆ ਇਹ ਸੀਗੀ ਕਿ ਜਿਹੜੇ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਉਹਨਾਂ ਨੇ ਇੱਕ ਵਾਰ ਵੀ ਇਸ ਚੀਜ਼ ਨੂੰ ਡਿਨਾਈ ਨਹੀਂ ਕੀਤਾ, ਉਹਨਾਂ ਨੇ ਕਿਸੇ ਵੀ ਪਲੇਟਫਾਰਮ ਤੇ ਇਹ ਨਹੀਂ ਗੱਲ ਨਹੀਂ ਕਹੀ ਕਿ ਸਾਡੀ ਜਿਹੜੀ BJP ਦੇ ਨਾਲ ਕਿ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਇੰਟਰਨਲੀ ਚੱਲ ਰਹੀ ਹੈ। ਸੋ ਉਹ ਇੱਕ ਬਹੁਤ ਵੱਡਾ ਕਾਰਨ ਸੀਗਾ ਕਿ ਅਸੀਂ ਇਹ ਸੋਚਿਆ ਕਿ ਜਿਹੜੀ ਪਾਰਟੀ ਦੇ ਨਾਲ ਸਾਡੀ ਵਿਚਾਰਧਾਰਾ ਹੀ ਨਹੀਂ ਰਲਦੀ, ਅਗਰ ਇਹ ਅਕਾਲੀ ਦਲ ਉਹਨਾਂ ਦੇ ਨਾਲ ਜਾ ਕੇ ਰਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਸਾਨੂੰ ਗੱਠਜੋੜ ਚੋਂ ਬਾਹਰ ਆ ਜਾਣਾ ਚਾਹੀਦਾ ਹੈ। ਔਰ ਦੂਸਰੀ ਗੱਲ ਜਿਹੜੀ ਇੱਥੇ ਬਹੁਤ ਸਾਰੇ ਸਾਥੀ ਕੱਚੇ ਮੁਲਾਜ਼ਮਾਂ ਦੀ ਗੱਲ ਕਰਦੇ ਆ, MSP ਦੀ ਗੱਲ ਕਰਦੇ ਆ, ਦੇਖੋ ਇੱਕ ਗੱਲ ਜਲੰਧਰ ਵਾਸੀਆਂ ਨੂੰ ਮੈਂ ਦੱਸਣੀ ਚਾਹੁੰਦਾ ਹਾਂ, 2007 ਤੋਂ ਲੈ ਕੇ 2012 ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਐਬਸੋਲਿਊਟ ਮੈਜੋਰਟੀ ਦੀ ਸਰਕਾਰ ਜਿਹੜੀ ਆ ਉੱਤਰ ਪ੍ਰਦੇਸ਼ ਦੇ ਅੰਦਰ ਬਣਦੀ ਹੈ, ਔਰ ਉੱਥੇ ਅਸੀਂ ਜਦੋਂ ਸਾਡੀ ਸਰਕਾਰ ਆਉਂਦੀ ਹੈ ਤੇ ਅਸੀਂ ਉੱਥੇ ਠੇਕੇ ਤੇ ਭਰਤੀ ਨਹੀਂ ਕੀਤੀ, ਅਸੀਂ ਤਕਰੀਬਨ 1,08,000 ਜਿਹੜਾ ਕਰਮਚਾਰੀ ਆ ਉਹਨੂੰ ਰੈਗੂਲਰ ਜੋਬ ਦਿੱਤੀ। ਦੇਖੋ ਚਲੋ ਹੁਣ ਤੇ ਅੱਗੇ ਦੀਆਂ ਗੱਲਾਂ ਨੇ, ਅਸਲ ਦੇ ਵਿੱਚ ਸਵਾਲ ਇਹ ਨੇ ਕਿ ਜਿਵੇਂ ਹੁਣ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਕਿ ਸਾਨੂੰ ਵੋਟ ਪਾਓ, ਕਿ ਤੁਸੀਂ ਇਹ ਕਲੀਅਰ ਕਰ ਸਕਦੇ ਹੋ ਵੀ ਜੇ ਕੱਲ ਨੂੰ ਤੁਹਾਡੇ ਨੂੰ ਜਿਤਾਇਆ ਜਾਂਦਾ ਜਿੱਥੋਂ ਵੀ MP ਜਿੱਤਦੇ ਨੇ ਉਹ ਕਿਹਦੇ ਨਾਲ ਖੜਨਗੇ ਜਾ ਕੇ? ਇੱਕ ਪਾਸੇ ਤੇ ਕੇਂਦਰ ਦੇ ਵਿੱਚ ਕਿਸੇ ਨਾਲ ਖੜਨਾ ਹੀ ਪੈਂਦਾ। ਦੇਖੋ ਉਹ ਫੈਸਲੇ ਜਿਹੜੇ ਆ ਇਹ ਫੈਸਲੇ ਸੁਪਰੀਮੋ ਲੈਂਦੇ ਨੇ, ਇਸ ਫੈਸਲੇ ਜਿਹੜੇ ਆ ਜਲੰਧਰ ਦੀ ਜਿਹੜੀ ਲੋਕ ਸਭਾ ਦੇ ਆਧਾਰ ਤੇ ਨਹੀਂ ਹੋ ਸਕਦਾ। ਮੈਂ ਇੱਥੇ ਸਿਰਫ ਜਲੰਧਰ ਦੇ ਲੋਕ ਸਭਾ ਦੇ ਜਿਹੜੇ ਸੰਬੰਧਿਤ ਸਵਾਲ ਹੋਣਗੇ ਮੈਂ ਉਹਨਾਂ ਦੇ ਲਈ ਖੜਾ ਹਾਂ। ਨਹੀਂ ਪਰ ਲੋਕ ਜਦੋਂ ਤੁਸੀਂ ਵੋਟ ਮੰਗਣ ਦੇ ਲਈ ਜਾਂਦੇ ਹੋ ਤਾਂ ਬੰਦਾ ਕੋਸ਼ਿਸ਼ ਤੇ ਕਰਦਾ ਹੈ, ਸਮਝ ਆਉਂਦੀ ਹੈ। ਸਵਾਲ ਅਕਾਲੀ ਦਲ ਤੋਂ ਵੀ ਹੋ ਰਹੇ ਹੈ ਕਿ ਜੇ ਕੱਲ ਨੂੰ ਤੁਹਾਡਾ ਕੈਂਡੀਡੇਟ ਜਿੱਤ ਜਾਂਦਾ ਤਾਂ ਤੁਹਾਨੂੰ, ਕਿਉਂਕਿ ਲੋਕ ਸਭਾ ਦੇ ਇਲੈਕਸ਼ਨ ਹੈ, ਤਾਂ ਕੀ ਸੈਂਟਰ ਦੀ ਕਿਸੇ ਪਾਰਟੀ ਵੱਲ ਤੇ ਝੁਕਾ ਹੋਏਗਾ ਕਿ ਨਹੀਂ? ਦੇਖੋ ਫਿਲਹਾਲ ਤਾਂ ਸਾਡਾ ਇਸ ਤਰ੍ਹਾਂ ਦਾ, ਅਸੀਂ ਸਿਰਫ ਤੇ ਸਿਰਫ ਜਿਹੜਾ ਇਲੈਕਸ਼ਨ ਆ ਜਿਹੜਾ ਲੋਕ ਸਭਾ ਦਾ ਚੱਲ ਰਿਹਾ ਅਸੀਂ ਉੱਤੇ ਕੰਸਨਟ੍ਰੇਟ ਕਰ ਰਹੇ ਹਾਂ, ਔਰ ਇਸ ਤਰ੍ਹਾਂ ਦਾ ਕੋਈ ਵੀ ਸਾਈਨ ਜਿਹੜਾ ਆ, ਸਾਡੇ ਸੁਪਰੀਮੋ ਆਏ ਸੀਗੇ ਪੰਜਾਬ ਦੀ ਧਰਤੀ ਤੇ ਨਵੇਂ ਸ਼ਹਿਰ ਰੈਲੀ ਹੋ ਕੇ ਹਟੀ ਆ, ਕਿਸੇ ਤਰ੍ਹਾਂ ਦਾ ਕੋਈ ਵੀ ਕੋਈ ਕਲੀਅਰ ਨਹੀਂ ਹੈ ਕਿ ਕਿਹਦੇ ਨਾਲ ਜਾਣਾ। ਠੀਕ ਹੈ, ਠੀਕ ਹੈ, ਸਵਾਲ ਲੈ ਲਈਏ। ਮੈਂ ਪਹਿਲਾਂ ਅਕਾਲੀ ਦਲ ਦਾ ਜ਼ਰੂਰ ਰਿਐਕਸ਼ਨ ਲੈਣਾ।
ਬੀਐਸਪੀ ਵਾਲੇ ਤੁਹਾਡੇ ਖੱਬੇ ਪਾਸੇ ਖੜੇ ਆ, ਬੀਜੇਪੀ ਵਾਲੇ ਤੁਹਾਡੇ ਸੱਜੇ ਪਾਸੇ ਖੜੇ ਆ, ਨਾਲ ਕੋਈ ਵੀ ਨਹੀਂ, ਨਾਲ ਪੰਜਾਬ ਹੈ ਜੀ, ਇਹ ਤੁਹਾਨੂੰ ਭੁਲੇਖਾ ਵਾ। ਅੱਜ ਗੱਲ ਪੰਜਾਬ ਦੀ ਹੋ ਰਹੀ ਹੈ, ਮੈਂ ਬਾਰ ਬਾਰ ਇਹੀ ਜ਼ਿਕਰ ਕੀਤਾ ਕਿ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਔਰ ਪੰਜਾਬ ਦੇ ਨਾਲ ਹੀ ਖੜਨਾ। ਜਿਹੜੀ ਗੱਲ ਬੀਐਸਪੀ ਵਾਲਿਆਂ ਨੇ ਕਹੀ ਹੈ ਉਹ 'ਚ ਮੈਂ ਸਮਝਦਾ ਕਸੂਰ ਤੁਹਾਡਾ। ਜੇ ਤੁਸੀਂ ਨਿਊਜ਼ 18 ਦੀ ਟੀਮ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕੋਲ ਲੈ ਲੈਂਦੇ ਤੇ ਉਹ ਗ੍ਰਹਿ ਮੰਤਰੀ ਦਾ ਜਿਹੜਾ ਸੀ ਬਿਆਨ ਉਹਦਾ ਖੰਡਨ ਕਰ ਦੇਣਾ ਸੀ ਜਾਂ ਡਿਨਾਈ ਕਰ ਦਿੰਦੇ, ਕੋਈ ਨਾ ਕੋਈ ਗੱਲ ਕਰ ਦਿੰਦੇ। ਉਹ ਤੁਸੀਂ ਪਤਾ ਨਹੀਂ ਰਾਬਤਾ ਜ਼ਿਆਦਾਤਰ ਹੁਣ ਸਰਕਾਰ ਦੇ ਵਿੱਚ ਨਹੀਂ, ਉਹ ਤਾਂ ਬਾਦਲ ਸਾਹਿਬ ਨਾਲ ਰਾਬਤਾ, ਬਾਕੀ ਪੂਰਾ ਅਕਾਲੀ ਦਲ ਹੈ, ਕੋਈ ਵੀ ਡਿਨਾਈ ਕਰ ਸਕਦਾ ਸੀ ਆ ਕੇ। ਜ਼ਿਆਦਾ ਨੇੜੇ ਤੁਸੀਂ ਅੱਜ ਕੱਲ੍ਹ ਸਰਕਾਰ ਦੇ ਹੋ, ਇਸ ਕਰਕੇ ਮੈਂ ਸਮਝਦਾ ਨੇੜੇ ਤਾਂ ਮੈਂ ਤੁਹਾਡੇ ਖੜਾ, ਉਹ ਮੇਰੇ ਨਾਲ ਨੇੜੇ ਜ਼ਰੂਰ ਖੜੇ ਹੋ, ਅੰਦਰੋਂ ਉਹਨਾਂ ਦੇ ਨਾਲ ਜ਼ਿਆਦਾ ਹੋ। ਪਰ ਮੈਂ ਸਮਝਦਾ ਕਿ ਜਿਹੜੀ ਗੱਲ ਬੀਐਸਪੀ ਵਾਲਿਆਂ ਨੇ ਕਹੀ ਹੈ ਠੀਕ ਹੈ, ਉਹਨਾਂ ਨੇ ਆਪਣਾ ਸਟੈਂਡ ਰੱਖਿਆ, ਅਸੀਂ ਪੰਜਾਬ ਦੇ ਨਾਲ ਖੜੇ ਹਾਂ। ਦੂਸਰੀ ਗੱਲ, ਇੱਕ ਮੇਰੇ ਵੀਰ ਬੀਜੇਪੀ ਵਾਲਿਆਂ ਨੇ ਸਵਾਲ ਪੁੱਛਿਆ ਕਿ ਕੋਈ ਸਕੂਲ ਕਾਲਜ ਐਜੀਪੀਸੀ ਨੇ ਨਹੀਂ ਖੋਲਿਆ। ਮੈਂ ਦੱਸਣਾ ਚਾਹੁੰਦਾ ਬਿਲਕੁਲ ਉਹਦੇ ਘਰ ਦੀ ਬਿਲਕੁਲ ਬੈਕ ਸਾਈਡ ਤੇ ਲੱਦੇਵਾਲੀ ਵਿਖੇ ਸਕੂਲ ਚੱਲ ਰਿਹਾ ਐਜੀਪੀਸੀ ਦਾ, ਜਲੰਧਰ ਦੇ ਵਿੱਚ ਫਤਿਹਗੜ੍ਹ ਸਾਹਿਬ, ਲੁਧਿਆਣੇ, ਅਜਨਾਲੇ, ਅੰਮ੍ਰਿਤਸਰ, ਲੁਧਿਆਣਾ, ਹਰ ਸ਼ਹਿਰ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੂਲ ਕਾਲਜ ਖੋਲਿਆ ਆ। ਮੈਂ ਬੇਨਤੀ ਕਰਾਂਗਾ ਇਸ ਵੀਰ ਨੂੰ ਕਿ ਮੈਂ ਸਵੇਰੇ ਇਹਨੂੰ ਲੈਣ ਆਵਾਂਗਾ ਔਰ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਸਕੂਲ ਕਾਲਜ ਖੁੱਲੇ ਨੇ ਆਪਣੀ ਗੱਡੀ 'ਚ ਬਿਠਾ ਕੇ, ਤੇਲ ਮੇਰਾ ਗੱਡੀ ਮੇਰੀ, ਸਿਰਫ ਇਹਦਾ ਟਾਈਮ ਚਾਹੀਦਾ, ਇਹਨੂੰ ਮੈਂ ਘੁਮਾ ਕੇ ਲਿਆਵਾਂਗਾ ਤਾਂ ਕਿ ਇਹ ਆਪਣੀ ਬੀਜੇਪੀ ਦੇ ਸਾਰੀ ਲੀਡਰਸ਼ਿਪ ਨੂੰ ਦੱਸ ਸਕੇ ਕਿ ਸਕੂਲ ਕਾਲਜ ਕਿਤੇ ਕਿਤੇ ਖੁੱਲੇ। ਠੀਕ ਹੈ, ਚਲੋ ਮੁੱਦੇ ਬਹੁਤ ਸਾਰੇ, ਮੈਨੂੰ ਲੱਗਦਾ ਕਿ ਹੋਰ ਥੋੜੇ ਜਿਹੇ ਲੋਕਾਂ ਦੇ ਨਾਲ ਜ਼ਰੂਰ ਗੱਲਬਾਤ ਹੋ ਜਾਵੇ, ਜਿਹੜੇ ਸਵਾਲ ਸਾਡੇ ਨਾਲ ਜਾਣਨਾ ਚਾਹੁੰਦੇ। ਇੱਕ ਸੈਕਿੰਡ, ਜਲੰਧਰ ਤੋਂ ਇੱਕ ਹੋਰ ਕੈਂਡੀਡੇਟ ਆਏ ਨੇ, ਮੈਂ ਇਹਨਾਂ ਤੋਂ ਇੱਕ ਜ਼ਰੂਰ, ਤੁਸੀਂ ਮਤਲਬ ਇਸ ਵੇਲੇ ਫਿਰ ਚੋਣ ਲੜ ਰਹੇ ਹੋ, ਹਰ ਵਾਰੀ ਚੋਣ ਲੜੀ ਹੈ, ਕੀ ਵਿਜ਼ਰ ਰਹਿੰਦਾ ਹੈ, ਕੀ ਸੋਚ ਕੇ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰਦੇ ਹੋ? ਦੇਖੋ ਜੀ, ਹਰ ਵਾਰੀ ਇੱਕ ਵੱਡਾ ਬੰਦਾ ਲੜਦਾ ਚੋਣ, ਕਦੀ ਛੋਟਾ ਬੰਦਾ ਦੇਖਿਆ? ਲੇਕਿਨ ਐਤਕੀ ਜੇ ਵੋਟਰ ਚਾਹਣ ਇੱਕ ਛੋਟਾ ਬੰਦਾ ਬਣੇਗਾ, ਛੋਟਾ ਬੰਦਾ ਐਸਾ ਕੰਮ ਕਰੇਗਾ ਕਿ ਕਿਸੇ ਵੱਡੇ ਕੋਲ ਕੰਮ ਕੋਈ ਹੋਏਗਾ ਨਹੀਂ। ਮੈਂ ਕਹਿੰਦਾ ਸਿਰਫ ਮੈਨੂੰ ਦੇਸ਼ ਦਾ ਪ੍ਰਧਾਨ ਮੰਤਰੀ 4 ਘੰਟੇ ਵਾਸਤੇ ਬਣਾ ਦਿਓ, ਮੈਂ ਪੂਰਾ ਇੰਡੀਆ ਵੀ ਨਾ ਕਰਾਂ। ਚਲੋ, ਉਹ ਤੇ ਲੋਕਾਂ ਨੇ ਬਣਾਉਣਾ। ਇੱਕ ਮਿੰਟ ਮੇਰੀ ਗੱਲ ਅਸਲ ਦੇ ਵਿੱਚ ਡੀਟੂ ਸੁਣੋ, ਜੇ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਕੇ ਇੰਡੀਆ ਅਮੀਰ ਨਾ ਕਰਾਂ, ਜੁੱਤੀਆਂ ਮਾਰੇ, ਗੋਲੀ ਮਾਰ ਦਿਓ ਮੈਨੂੰ। ਚਲੋ, ਅਸੀਂ ਤੇ ਬਣਾ ਨਹੀਂ ਸਕਦੇ, ਨਾ ਸਾਡੇ ਕੋਲੇ ਪਾਵਰ ਹੈ, ਉਹ ਤੇ ਜਨਤਾ ਨੇ ਬਣਾਉਣਾ। ਤੁਸੀਂ ਹੁਣ ਤੱਕ ਇੰਨੇ, ਇੱਕ ਮਿੰਟ ਜੀ, ਤੁਸੀਂ ਇੰਨੇ ਇਲੈਕਸ਼ਨ ਲੜ ਲੜ ਕੇ ਤਜਰਬਾ ਹੋ ਚੁੱਕਿਆ ਹੁਣ ਇਲੈਕਸ਼ਨ ਲੜਨ ਦਾ? ਉਹ ਸ਼ਾਂਤੀ ਰੱਖੋ ਚਮਚਿਆ, ਮੈਂ ਸ਼ਕਲ ਨੀ ਦੇਖੀ ਤੈਨੂੰ, ਮੈਂ ਉਦਾਂ ਹੀ ਕਹਿਤਾ, ਜੇ ਹੁਣ ਬੋਲਿਆ ਤੇ ਹੁਣ ਤਾਲੀ ਕਹਿ ਦੇਣਾ ਤੈਨੂੰ। ਗੱਲ ਹੈਗੀ ਏਦਾਂ, ਦੇਖੋ ਜੀ, ਜੇ ਮੈਨੂੰ ਕਿਤੇ, ਜੇ ਤੁਸੀਂ ਮੈਨੂੰ ਤੁਸੀਂ ਐਮ ਪੀ ਬਣਾ ਦੋ, ਮੈਂ ਇਸ ਦੇਸ਼ ਦਾ ਦੂਜੇ ਦਿਨ ਹੀ ਮੁੱਲ ਮੋੜ ਦੂੰਗਾ, ਜਲੰਧਰ ਸ਼ਹਿਰ ਦਾ ਨੀ, ਪੂਰੇ ਪੰਜਾਬ, ਹਰ ਕੋਈ ਬੰਦਾ ਵੀਡੀਓ ਪਾ ਕੇਗਾ, ਨੀਟੂ ਸ਼ੱਟਾ ਨੂੰ ਮੈਂ ਐਮ ਪੀ ਬਣਾਇਆ ਸੀਗਾ, ਆਹ ਜਿਹੜਾ ਮੁੱਲ ਮੋੜਿਆ ਇਹ ਮੈਂ ਨੀਟੂ ਸ਼ੱਟਾ ਨੂੰ ਵੋਟ ਪਾਈ ਤੇ ਇਹਨੇ ਮੁੱਲ ਸਾਡਾ ਪਹਿਲੀ ਗੇਂਦ ਤੇ ਪਹਿਲਾ ਬੋਲ, ਦੂਜੇ ਦਿਨ ਹੀ ਮੁੱਲ ਮੋੜ ਦੇਣਾ, ਇੱਕ ਦਿਨ ਐਮ ਪੀ ਬਣਿਆ, ਦੂਜੇ ਦਿਨ ਹੀ ਮੁੱਲ ਮੋੜ ਦੂੰਗਾ ਪੰਜਾਬ ਦਾ, ਜਲੰਧਰ ਦਾ ਨੀ, ਪੰਜਾਬ ਦਾ ਮੁੱਲ ਮੋੜੂੰਗਾ। ਇੱਕ ਵਾਰ ਤੁਸੀਂ ਕਰਕੇ ਤੇ ਦੇਖੋ ਮੈਨੂੰ ਬਜਟ। ਠੀਕ ਹੈ, ਚਲੋ ਅਸੀਂ ਕੁਝ ਹੋਰ ਸਵਾਲ ਲੈਣੇ ਹੈ ਕੁਝ ਕੈਂਡੀਡੇਟਸ, ਇੱਕ ਸੈਕਿੰਡ, ਬਹੁਤ ਛੋਟਾ ਜਿਹਾ ਰੱਖਿਓ। ਔਰ ਮੈਂ ਮੇਰੀ ਇੱਕ ਗੁਜ਼ਾਰਿਸ਼ ਹੈ ਕਿ ਜੇ ਜਲੰਧਰ ਨਾਲ ਰਿਲੇਟਡ ਸਵਾਲ ਜੇ ਕੋਈ ਬੰਦੇ ਜ਼ਿਆਦਾ ਕਰ ਸਕਣ, ਕਿਉਂਕਿ ਅਸੀਂ ਜਲੰਧਰ ਸੀਟ ਤੇ ਆ, ਪੰਜਾਬ ਦੇ ਮੁੱਦੇ ਬਹੁਤ ਹੋ ਗਏ। ਮੇਰਾ ਸਵਾਲ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੂੰ ਆ, ਇਹਨਾਂ ਨੇ, ਮੈਂ ਇੰਡਸਟਰੀ ਨੂੰ ਰਿਪ੍ਰੈਜ਼ੈਂਟ ਕਰਦਾ ਹਾਂ ਜੀ, ਤੇ ਤੁਸੀਂ ਕਹਿੰਦੇ ਹੋ ਜੀ ਤੁਸੀਂ ਇੰਡਸਟਰੀ ਦੇ ਬਹੁਤ ਚਾਹਤੇ, ਇੰਡਸਟਰੀ ਤੁਹਾਡੇ ਬਹੁਤ ਪ੍ਰਾਇਓਰਿਟੀ ਤੇ ਰਹਿੰਦੀ ਆ, ਤੁਸੀਂ ਹੁਣੀ ਇੱਕ ਸਟੈਂਪ ਡਿਊਟੀ ਟੈਕਸ ਲਾਤਾ ਇੰਡਸਟਰੀ ਦੇ ਉੱਪਰ 0.25%, ਕਿ ਜਿਹੜਾ ਵੀ ਬੰਦਾ ਬਾਹਰੋਂ ਆਏਗਾ, ਜਿਹੜਾ ਕਿ ਪਹਿਲਾਂ 1,000 ਰੁਪਏ ਦੇ ਸਟੈਂਪ ਦੇ ਉੱਪਰ ਪਹਿਲਾਂ ਕੰਮ ਜਿਹੜਾ ਹੁੰਦਾ ਸੀਗਾ,
ਕੋਈ ਤੁਸੀਂ ਬੈਂਕ ਤੋਂ ਲੋਨ ਲੈਣ ਜਾਓ ਉਹਦੇ ਉੱਪਰ 0.25 ਤੁਹਾਡਾ ਦੇਣਾ ਪਏਗਾ, ਜੇ ਤੁਸੀਂ ਕੱਲ ਨੂੰ ਕੋਈ ਪ੍ਰੋਪਰਟੀ ਲੈਂਦੇ ਹੋ ਉਹ ਤੇ 0.25 ਦੇਣਾ ਪਏਗਾ। ਫਿਰ ਇਹ ਇੰਡਸਟਰੀ ਦਾ ਤੁਸੀਂ ਕਿੱਦਾਂ ਸਪੋਰਟ ਕਰ ਰਹੇ ਹੋ, ਕਿੱਦਾਂ ਬਾਹਰੋਂ ਨਵੀਂ ਇੰਡਸਟਰੀ ਆਏਗੀ, ਕਿੱਦਾਂ ਪੰਜਾਬ ਦੇ ਵਿੱਚ ਨਵਾਂ ਕੋਈ ਉਦਯੋਗ ਆਏਗਾ। ਔਰ ਸੈਕਿੰਡਲੀ ਤੁਸੀਂ 19 ਸਮਾਰਟ ਮੀਟਰ ਲਾਣੇ ਸ਼ੁਰੂ ਕਰਤੇ ਆ ਜੀ ਇੰਡਸਟਰੀ ਦੇ ਉੱਪਰ, ਤੁਸੀਂ 4 ਲੱਖ ਰੁਪਏ ਦਾ ਨਵਾਂ ਇੱਕ ਸ਼ਗੂਫਾ ਛੱਡਤਾ। ਹਰ ਛੋਟੀ ਤੋਂ ਛੋਟੀ ਇੰਡਸਟਰੀ 4 ਲੱਖ ਰੁਪਏ ਦਾ ਮੀਟਰ ਲਾਏਗੀ, ਉਹ ਕਿੱਥੋਂ ਲੈ ਕੇ ਆਏਗਾ ਜੀ? ਤੁਸੀਂ ਦੱਸੋ ਕਿੱਦਾਂ ਤੁਸੀਂ ਇੰਡਸਟਰੀ ਨੂੰ ਸਪੋਰਟ ਕਰ ਰਹੇ ਹੋ? ਠੀਕ ਹੈ, ਚਲੋ ਜਵਾਬ ਜਵਾਬ ਜੀ ਜਵਾਬ ਨਾਲ ਦੀ ਨਾਲ ਲੈ ਲਈਏ, ਉਸ ਤੋਂ ਬਾਅਦ ਸੋਚ ਸਵਾਲ ਲੈ ਕੇ। ਪਿਛਲੇ ਦਿਨੀ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਸਟਾਂਪ ਪੇਪਰ ਜਿਹੜਾ ਇੱਕ ਕਲਰ ਦਾ ਉਹ ਜਿਹੜਾ ਕੀਤਾ ਸੀਗਾ ਕਿ ਜਿਹੜੀ ਖੱਜਲ ਖੁਆਰੀ ਹੋ ਰਹੀ ਆ ਜਿਹੜੀ ਇੰਡਸਟਰੀ ਵਾਲਿਆਂ ਦੀ, ਉਹਨਾਂ ਨੇ ਕਿਤੇ ਵੀ ਲਾਉਣੀ ਆ ਉਹ ਇੱਕ ਹੀ ਪੇਪਰ ਦੇ ਨਾਲ ਜਿਹੜਾ ਉਹਨਾਂ ਦਾ ਸਾਰਾ ਵਰਕ ਹੋ ਜਾਏਗਾ। ਉਹਨਾਂ ਨੂੰ ਗ੍ਰੀਨ ਸੀ ਆਈ ਥਿੰਕ ਸੋ, ਅਲੱਗ ਅਲੱਗ ਉਹਨਾਂ ਨੂੰ ਜਿਹੜਾ ਦਫ਼ਤਰਾਂ ਦੇ ਵਿੱਚ ਚੱਕਰ ਨਹੀਂ ਕੱਢਣੇ ਪੈਣਗੇ ਔਰ ਖੱਜਲ ਖੁਆਰੀ ਜਿਹੜੀ ਨਹੀਂ ਹੋਏਗੀ। ਦੂਸਰਾ ਨੰਬਰ ਜਿਹੜਾ ਬਿਜਲੀ ਦੀ ਗੱਲ ਕਰ ਰਹੇ ਹਾਂ, ਉਹ ਸਾਡੇ ਸਰਕਾਰ ਦੇ ਧਿਆਨ ਦੇ ਵਿੱਚ ਆਇਆ ਕਿ ਜਿਹੜੀ ਇਹਨਾਂ ਵੀਰਾਂ ਨੂੰ ਜਿਹੜੀ ਬਿਜਲੀ ਥੋੜ੍ਹੀ ਜਿਹੀ ਯੂਨਿਟ ਮਹਿੰਗੀ ਪੈ ਰਹੀ ਆ, ਜਲਦ ਹੀ ਜਿਹੜੀ ਉਹ ਜਿਹੜੀ ਇੰਡਸਟਰੀਅਲ ਦੀ ਯੂਨਿਟ ਵੀ ਜਿਹੜੀ ਸਸਤੀ ਕੀਤੀ ਜਾਊਗੀ, ਜਿੱਦਾਂ ਕਿ ਆਮ ਘਰਾਂ ਨੂੰ ਮਹੀਨੇ ਦੀ 600 ਯੂਨਿਟ ਫ੍ਰੀ ਆ, ਇਹਨਾਂ ਦੀ ਯੂਨਿਟ ਦੀ ਜਿਹੜੀ ਆ ਉਹ ਕੋਸਟ ਜਿਹੜੀ ਘਟਾਈ ਜਾ ਰਹੀ ਆ। ਔਰ ਕੱਲ ਕੁਛ ਨਵੇਂ ਜਿਹੜੇ ਉਹ ਜਿਹੜੀਆਂ ਅਨਾਊਂਸਮੈਂਟ ਸਾਡੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਵਪਾਰੀਆਂ ਦੇ ਨਾਲ ਜਿਹੜੀ ਆ ਮੀਟਿੰਗ ਕਰਨ ਵਾਸਤੇ ਜਲੰਧਰ ਵਿੱਚ ਆ ਰਹੇ ਆ, ਮੈਂ ਆਪਣੇ ਵੀਰ ਜੀ ਨੂੰ ਸੱਦਾ ਦਿੰਦਾ ਕਿ ਉਹ ਵੀ ਕੱਲ ਬਾਥ ਕੈਸਟਲ ਦੇ ਵਿੱਚ ਵੈਲਕਮ ਹੋਣ ਤੇ ਉਹ ਜਿਹੜੀਆਂ ਸਾਡੀਆਂ ਨਵੀਆਂ ਨੀਤੀਆਂ ਉਹਨਾਂ ਨੂੰ ਜਰੂਰ ਪਤਾ ਲੱਗੂ। ਚਲੋ ਹੋਰ ਸਵਾਲ, ਇੱਕ ਦੋ ਸਵਾਲ ਲੈ ਲਈਏ ਅਸੀਂ ਹੋਰ। ਬਰਾੜ ਸਾਹਿਬ, ਪਹਿਲੇ ਤਾਂ ਮੈਂ ਤੁਹਾਡੀ ਸਮੂਹ ਟੀਮ ਦਾ ਬਹੁਤ ਜੀ ਧੰਨਵਾਦ ਹੋ ਗਿਆ, ਟਾਈਮ ਘੱਟ ਹੈ ਸਰ। ਐਕਚੁਅਲੀ ਮੇਰਾ ਸਵਾਲ ਸਰ, ਮੇਰੇ ਬਹੁਤ ਹੀ ਸਤਿਕਾਰਤ ਵੀਰ ਖੜੇ ਨੇ ਆਮ ਆਦਮੀ ਪਾਰਟੀ ਵੱਲੋਂ, ਇਹਨਾਂ ਕੋਲੋਂ ਹੈ। ਪਿਛਲੇ 26 ਮਹੀਨੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਚੁੱਕੀ ਹੈ ਔਰ ਜਲੰਧਰ ਦੇ ਵਿੱਚ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ, ਈਵਨ ਕਿ 16 ਮਹੀਨੇ ਹੋ ਗਏ ਆ। ਪਿਛਲੇ ਸਾਲ 24 ਜਨਵਰੀ 2023 ਤੋਂ ਟੈਨਿਊਰ ਖਤਮ ਹੋ ਚੁੱਕਾ ਕੌਂਸਲਰਾਂ ਦਾ, ਅੱਜ ਤੱਕ ਇਲੈਕਸ਼ਨ ਨਹੀਂ ਹੋਏ ਔਰ ਗਲੀ ਮੁਹੱਲਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਥੇ ਦੀ ਜਨਤਾ ਬੈਠੀ ਜਲੰਧਰ ਸ਼ਹਿਰ ਦੀ, ਤੁਹਾਨੂੰ ਦੱਸੇਗੀ ਕੀ ਹਾਲਾਤ ਨੇ, ਸੀਵਰੇਜ ਵਿਵਸਥਾ ਕਿੱਦਾਂ ਦੀ ਹੈ, ਵਾਟਰ ਸਪਲਾਈ ਦੇ ਕੀ ਹਾਲ ਨੇ। ਠੀਕ ਹੈ, ਜਲੰਧਰ ਨੂੰ ਲੈ ਕੇ ਕੋਈ ਹੋਰ ਸਵਾਲ? ਜਲੰਧਰ ਨੂੰ ਲੈ ਕੇ ਸਰ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ, ਸਰ ਰਣਜੀਤ ਸੰਨੀ ਜੀ ਨੇ ਆਪ ਜਿਹੜੀ ਪਿੱਛੇ ਜੇ ਵੀਡੀਓ ਆ ਰਹੀ ਹੈ, ਦੋ ਤਿੰਨ ਵੀਡੀਓ ਆਈਆਂ, ਇੱਕ ਤੇ ਉਹਨਾਂ ਨੇ ਕਿਸੇ ਲੇਡੀਜ਼ ਦੇ ਹੱਥ ਲਗਾਇਆ ਤੇ ਦੂਸਰਾ ਲੇਟੈਸਟ ਵੀਡੀਓ ਆਈ ਹੈ ਕਿ ਤਿਲਕ ਨਹੀਂ ਲਗਾਇਆ, ਉਸ ਸਾਨੂੰ ਕੀ ਦੱਸ ਦਿਓ ਵੀ ਉਹ ਜੇ ਕੁਝ ਮੁੱਖ ਮੰਤਰੀ ਬਣਦੇ ਆ ਵੀ ਉਹ ਸਪੈਸ਼ਲ ਸਮਾਜ ਨੂੰ ਸਪੋਰਟ ਕਰਨਗੇ ਜਾਂ ਉਸ ਸਪੈਸ਼ਲ ਫੈਸਿਲਿਟੀਜ਼ ਦੇਣਗੇ। ਹੋਰ ਕੋਈ ਸਵਾਲ, ਹੋਰ ਕੋਈ ਜਲੰਧਰ ਨੂੰ ਰਿਲੇਟਡ ਕੋਈ? ਜਲੰਧਰ ਜੀ ਮੇਰਾ, ਹਾਂਜੀ ਕਾਂਗਰਸ ਵਾਲੇ ਭਾਜੀ ਨੂੰ ਸਵਾਲ ਆ ਬਈ, ਚੰਨੀ ਸਾਹਿਬ ਨੇ ਜਦੋਂ ਇਹ ਕਹਿੰਦੇ ਵੀ ਐਜੂਕੇਸ਼ਨ ਤੇ ਡਿਵੈਲਪਮੈਂਟ ਕੀਤੀ ਹੈ, ਜਦੋਂ ਚੰਨੀ ਸਾਹਿਬ ਜੀ ਸਿੱਖਿਆ ਮੰਤਰੀ ਸੀ ਇੱਥੇ ਆਪਣੇ ਬਣੇ, ਇਹਨਾਂ ਨੇ ਜਿਹੜੀ ਮੈਡੀਕਲ ਸਟੂਡੈਂਟ ਜਿਹੜੇ ਗਰੀਬ ਬੱਚੇ ਸੀ ਉਹਨਾਂ ਦੀ ਫੀਸ ਜਿਹੜੀ 70-75 ਲੱਖ ਦੇ ਕਰੀਬ ਕਰ ਦਿੱਤੀ, ਜੋ 25 ਲੱਖ ਸੀਗੀ। ਇਹ ਕਿੱਥੇ ਐਜੂਕੇਸ਼ਨ ਦੀ ਸਪੋਰਟ ਕਰਦੇ ਆ, ਮਾੜਾ ਜਿਹਾ ਜਵਾਬ ਲੈ ਦਿਓ ਮੈਨੂੰ ਟੈਕਨੀਕਲ ਐਜੂਕੇਸ਼ਨ ਦੇ। ਠੀਕ ਹੈ, ਜਵਾਬ ਲੈਣਾ, ਇੱਕ ਦੋ ਸਵਾਲ ਮੈਂ ਵਿਜੇ, ਇੱਕ ਦੋ ਸਵਾਲ ਇੱਧਰੋਂ ਲੈ ਲਵਾਂ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ, ਤੁਸੀਂ ਸਵਾਲ ਤੁਸੀਂ ਪੁੱਛਣਾ, ਤੁਹਾਡਾ ਹੋ ਗਿਆ ਸੀਗਾ। ਮੈਂ ਸਾਰੇ ਨੁਮਾਇੰਦਿਆਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਕੋਈ ਵੀ ਜਿਹੜਾ 35-40 ਦਾ, ਪਹਿਲੀ ਗੱਲ ਤਾਂ ਯੁਵਾ ਵਰਗ ਨਹੀਂ ਹੁੰਦਾ, ਇੱਕ ਅਡਲਟ ਬਣ ਚੁੱਕਾ ਹੁੰਦਾ, ਠੀਕ ਹੈ, ਬਟ ਉਹ ਹਮੇਸ਼ਾ ਅੱਜ ਦੀ ਡੇਟ ਦੇ ਵਿੱਚ ਨੌਕਰੀ ਲੈਣ ਲਈ ਦੌੜ ਰਿਹਾ, ਕੋਈ ਬਿਜ਼ਨਸਮੈਨ ਨਹੀਂ ਬਣਨਾ ਚਾਹ ਰਿਹਾ, ਉਹਨੂੰ ਇੰਨਾ ਡਰ ਲੱਗ ਰਿਹਾ ਪਤਾ ਨਹੀਂ ਕਿਹੜਾ ਹਿੱਸਾ ਪੱਤੀ ਮੰਗਣ ਆ ਜਾਵੇ, ਕਿਹੜਾ ਮੇਰੇ ਘਰ ED ਦਾ ਛਾਪਾ ਪਵਾ ਦੇਵੇ, ਕੌਣ ਮੈਨੂੰ ਕੀ ਕਰ ਦੇਵੇ, ਇਹ ਕਿਉਂ? ਇੱਕ ਤਾਂ ਪਹਿਲੀ ਗੱਲ ਜਲੰਧਰ ਦੇ ਨੁਮਾਇੰਦਿਆਂ ਦਾ ਇੰਨਾ ਬੁਰਾ ਹਾਲ ਚੁੱਕਾ, ਦਲ ਬਦਲੂ, ਨਾ ਜਨਤਾ ਵਿਸ਼ਵਾਸ ਕਰੇਗੀ ਇਹਨਾਂ ਦੇ ਉੱਤੇ, ਨਾ ਹੀ ਕੋਈ ਵੀ ਉਸ ਕੈਂਡੀਡੇਟ ਨੂੰ ਵੋਟ ਪਾਏਗੀ ਜਿਹਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਜਲੰਧਰ ਸ਼ਹਿਰ ਦਾ। ਮੈਂ ਇੱਕ ਦੋ ਸਵਾਲ ਹੋਰ ਲੈਣੇ ਜੀ। ਸਰ ਗੌਰਵ ਜੀ, ਮੈਂ ਇਹ ਕਹਿੰਦਾ ਵੀ ਜਿੰਨੀਆਂ ਖੜੇ ਹਨ ਨੁਮਾਇੰਦੇ, ਇਹ ਆਪਣੇ ਆਪ ਨੂੰ ਲੀਡਰ ਬਣਨਾ ਨਹੀਂ ਦਿੰਦੇ, ਇਹਨਾਂ ਦੇ ਵੱਡੇ ਲੀਡਰ ਜਿਹੜੇ ਆ ਇਧਰੋਂ ਫੜ ਦਿੰਦੇ ਕੰਨ, ਇਧਰੋਂ ਫੜ ਦਿੰਦੇ ਆ, ਜਿੰਨਾ ਚਿਕਰ ਗਰਾਊਂਡ ਤੋਂ ਲੀਡਰ ਉੱਠ ਕੇ ਜਾਊਗਾ ਨਾ, ਉਹ ਕੰਮ ਉਹ ਹੀ ਕਰ ਸਕਦਾ, ਆਮ ਬੰਦਾ ਨਹੀਂ ਕਰੂਗਾ। ਇਹ ਜਿਹੜੇ ਸਾਰੇ ਆ ਤੁਹਾਨੂੰ ਲੱਗਦਾ ਗਰਾਊਂਡ ਤੋਂ ਕੋਈ ਵੀ ਨਹੀਂ ਹੈ? ਗਰਾਊਂਡ ਤੇ ਸਾਰੇ ਪੈਰਾਸ਼ੂਟ ਹੀ ਆ। ਠੀਕ ਹੈ, ਤੁਸੀਂ ਸਵਾਲ ਪੁੱਛਣਾ ਚਾਹ ਰਹੇ? ਇਹ ਸਰ ਕਿਹਾ ਨਾ ਵੀ ਜਲੰਧਰ ਦੇ ਵਿੱਚ ਵਿਕਾਸ ਨਹੀਂ ਹੁੰਦਾ, ਸਾਡੇ ਪਿੰਡਾਂ ਚ ਜਾ ਕੇ ਦੇਖੋ,
ਸੀਵਰੇਜ ਵੀ ਆ ਤੇ ਸੜਕਾਂ ਵੀ ਬਣੀਆਂ। ਤੁਸੀਂ ਆਮ ਆਦਮੀ ਪਾਰਟੀ ਨੂੰ ਰਿਪ੍ਰੈਜ਼ੈਂਟ ਕਰ ਰਹੇ ਹੋ, 2 ਸਾਲ ਚ ਹੋਇਆ ਤੁਸੀਂ ਕਹਿ ਰਹੇ ਹੋ? ਮੈਂ ਸਰ ਕਰਦੀ ਆ ਪਰ ਮੈਂ ਦਿਖਾਉਣਾ ਚਾਹੁੰਦੀ ਹਾਂ ਮੇਰੇ ਸੰਤਾਲਪੁਰ ਪਿੰਡ ਦੇ ਵਿੱਚ ਆ ਜਾਓ, ਮੈਂ ਦਿਖਾਉਣਾ ਚਾਹੁੰਦੀ ਹਾਂ। ਮੈਂ ਸੁਰੇਸ਼ ਗੁਪਤਾ ਚੀਫ ਐਡਮਿਨਿਸਟ੍ਰੇਟਰ, ਸਭ ਤੋਂ ਵੱਡੀ ਗੱਲ ਆ ਜੀ ਪੰਜਾਬ ਦੀ ਜਨਤਾ ਦਾ ਅੱਜ ਵਿਸ਼ਵਾਸ ਟੋਟਲੀ ਖਤਮ ਹੋ ਚੁੱਕਿਆ ਵਾ। ਜੋ ਇਹ ਪੋਲੀਟੀਸ਼ੀਅਨ ਨੇ ਜਿੱਦਾਂ ਇਹ ਦਲ ਬਦਲਦੇ ਨੇ, ਮਤਲਬ ਇਹਨਾਂ ਨੇ ਲੋਕਾਂ ਦਾ ਵਿਸ਼ਵਾਸ ਬਿਲਕੁਲ ਖਤਮ ਕਰਤਾ। ਠੀਕ ਆ ਵੀ 1 ਜੂਨ ਨੂੰ ਵੋਟਾਂ ਜ਼ਰੂਰ ਹੈਗੀਆਂ ਵਾ, ਵੋਟਾਂ ਜ਼ਰੂਰ ਪਾਓ, ਮਤਲਬ ਮੈਂ ਕਹਿੰਦਾ ਵੋਟ ਖਰਾਬ ਨਹੀਂ ਕਰਨੀ ਚਾਹੀਦੀ। ਹੱਸਣ ਖੇਡਣ ਮਨਕਾ ਚਾਹੋ, ਵੋਟ ਜਿੱਥੇ ਮਰਜ਼ੀ ਪਾਓ। ਹਾਂਜੀ ਜੀ, ਸਰ ਮੈਂ ਐਡਵੋਕੇਟ ਬਾਈ ਪ੍ਰੋਫੈਸ਼ਨ ਜਲੰਧਰ ਤੇ ਪ੍ਰੈਕਟਿਸ ਕਰਦਾ। ਮੇਰਾ ਸਵਾਲ ਪਾਰਟਿਕੂਲਰਲੀ ਆਮ ਆਦਮੀ ਪਾਰਟੀ ਨੂੰ ਹੈ ਕਿ ਫਰਵਰੀ 2024 ਦੇ ਵਿੱਚ ਇਹਨਾਂ ਨੇ ਲਾਅ ਆਫਿਸਰ ਦੀ ਅਪਾਇੰਟਮੈਂਟ ਕੀਤੀ ਹੈ, ਮੇਰੇ ਕੋਲ ਡਾਟਾ ਹੈਗਾ ਦੇਖ ਲੈਣ, ਉਹਦੇ ਵਿੱਚ 60-70% ਸਾਰੇ ਪੰਜਾਬ ਤੋਂ ਬਾਹਰ ਅਪੁਆਇੰਟ ਕੀਤੇ, ਚੰਡੀਗੜ੍ਹ ਤੋਂ ਹੈ, ਪੰਚਕੂਲਾ ਤੇ ਯੂਪੀ ਤੋਂ ਹੈ। ਇਹ ਅਸੀਂ ਇਹਨਾਂ ਤੇ ਕਿੱਦਾਂ ਵਿਸ਼ਵਾਸ ਕਰੀਏ ਕਿ ਪੰਜਾਬ ਲਈ ਇਹ ਉਹਨਾਂ ਦਾ ਹੱਕ ਨਹੀਂ ਖਾਣਗੇ? ਮੈਨੂੰ ਇਹ ਸਵਾਲ ਦਾ ਜਵਾਬ ਦੇਣ। ਠੀਕ ਹੈ ਜੀ, ਤੁਸੀਂ ਕੁਝ ਕਹਿਣਾ? ਆਮ ਆਦਮੀ ਪਾਰਟੀ ਦੇ ਰਿਪ੍ਰੈਜ਼ੈਂਟੇਟਿਵ ਨੂੰ ਪੁੱਛਣਾ ਚਾਹਾਂਗਾ ਕਿ 2 ਸਾਲ ਤੋਂ ਉੱਪਰ ਹੋ ਗਏ ਆ, ਨੁਮਾਇੰਦੇ ਕਰ ਰਹੇ ਨੇ। ਪਹਿਲਾਂ ਤੁਸੀਂ ਬਹੁਤ ਸਾਰੇ ਸਵਾਲ ਆਏ ਹੈ, ਉਹਨਾਂ ਦੇ ਵਿੱਚ ਦਲ ਬਦਲੋ ਵਾਲਾ ਵੀ ਹੈ, ਉਹਦਾ ਜਵਾਬ ਦਿਓ। ਸਰ ਦਲ ਬਦਲੂ ਵਾਲੀ ਗੱਲ ਪਹਿਲੇ ਹੋ ਗਈ, ਮੈਂ ਡਿਵੈਲਪਮੈਂਟ ਦੀ ਗੱਲ ਕਰਨਾ ਚਾਹੁੰਦਾ। ਡਿਵੈਲਪਮੈਂਟ ਲੋਕਾਂ ਨੇ ਕਿਹਾ ਕਿ ਅਸੀਂ ਬਹੁਤ ਕੀਤੀ, ਜਲੰਧਰ ਦੇ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ 700 ਕਰੋੜ ਰੁਪਿਆ ਮੋਦੀ ਸਾਹਿਬ ਨੇ ਬਿਨਾਂ ਕੋਈ ਭੇਦਭਾਵ ਕਰਦੇ ਹੋਏ, ਨਾ ਤਾਂ ਜਲੰਧਰ ਸਾਡਾ ਮੇਅਰ ਸੀਗਾ ਨਾ ਪੰਜਾਬ 'ਚ ਸਾਡੀ ਸਰਕਾਰ ਸੀਗੀ, ਲੇਕਿਨ ਮੋਦੀ ਸਰਕਾਰ ਨੇ 700 ਕਰੋੜ ਰੁਪਿਆ ਜਲੰਧਰ 'ਚ ਭੇਜਿਆ। ਆ ਜਲੰਧਰ ਦੇ ਸਾਰੇ ਲੋਕ ਬੈਠੇ ਆ, ਵਿਭਿੰਨ ਪਾਰਟੀਆਂ ਤੋਂ ਬੈਠੇ ਆ, ਮੈਨੂੰ ਕੋਈ ਇੱਕ ਵੀ ਹੱਥ ਖੜਾ ਕਰਕੇ ਦਿਖਾ ਦੇਵੇ ਕਿਤੇ 7 ਕਰੋੜ ਵੀ ਲੱਗਾ ਨਜ਼ਰ ਆਉਂਦਾ? ਨਹੀਂ, ਇੱਕ ਸੈਕਿੰਡ, 700 ਕਰੋੜ ਕਿੰਨੇ ਸਾਲ ਦੇ ਵਿੱਚ ਹੈ? ਮੈਂ ਦੱਸਦਾ ਜੀ, ਜਦੋਂ ਮੋਦੀ ਸਰਕਾਰ ਬਣੀ ਹੈ 2014 ਤੋਂ 24 ਤੱਕ, 2019 ਤੋਂ ਬਾਅਦ, 2019 ਤੋਂ ਬਾਅਦ 700 ਕਰੋੜ ਆਇਆ। ਪਹਿਲੇ ਕਾਂਗਰਸ ਦੀ ਸਰਕਾਰ ਸੀਗੀ, ਉਹਨਾਂ ਨੇ ਘੁਟਾਲਾ ਕੀਤਾ, 700 ਕਰੋੜ ਰੁਪਿਆ ਜਲੰਧਰ ਦਾ ਖੁਰਦ ਬੁਰਦ ਕਰਤਾ। ਜਦੋਂ ਬਦਲਾਅ ਵਾਲੇ ਝਾੜੂ ਵਾਲੇ ਆਏ, ਲੋਕਾਂ ਨੂੰ ਉਮੀਦ ਸੀਗੀ ਕਿ ਇਹ ਉਹਦੇ ਘੁਟਾਲੇ ਦੀ ਜਾਂਚ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਅੰਦਰ ਕਰਨਗੇ, ਇਹਨਾਂ ਨੇ ਉਹਨਾਂ ਨੂੰ ਅੰਦਰ ਨਹੀਂ ਕੀਤਾ। ਉਸ ਤੋਂ ਵੱਡੀ ਗੱਲ, ਕਿਸੇ ਵੀ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਕਰਨ ਦੇ ਲਈ ਮਿਊਂਸੀਪਲ ਕਾਰਪੋਰੇਸ਼ਨ ਜ਼ਰੂਰੀ ਹੈ। ਝਾੜੂ ਵਾਲਿਆਂ ਨੂੰ ਇੰਨਾ ਡਰ ਸੀਗਾ ਕਿ ਉਹਨਾਂ ਨੇ ਜਲੰਧਰ ਦੇ ਵਿੱਚ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਵੋਟਾਂ ਨਹੀਂ ਕਰਾਈਆਂ। ਇੱਕ ਮਿੰਟ, ਇੱਕ ਲਾਸਟ ਮੈਂ ਗੱਲ ਕਰਨਾ ਚਾਹੁੰਦਾ, ਜਲੰਧਰ ਦੇ ਲੋਕ ਜਿਹੜੇ ਇੱਥੇ ਬੈਠੇ ਆ, ਮੈਂ ਤੁਹਾਨੂੰ 5 ਚੀਜ਼ਾਂ ਗਿਣਾਨਾ। ਮੈਨੂੰ ਤੁਸੀਂ ਉਹ ਭਾਈ ਸਾਹਿਬ ਕਹਿ ਰਹੇ ਆ ਚੰਨੀ ਸਾਹਿਬ 111 ਦਿਨ ਮੁੱਖ ਮੰਤਰੀ ਰਹੇ, ਉਹਨਾਂ ਨੇ ਬਹੁਤ ਡਿਵੈਲਪਮੈਂਟ ਕੀਤੀ। ਜਲੰਧਰ 'ਚ ਸਿਵਲ ਹਸਪੀਟਲ ਦੀ ਬਿਲਡਿੰਗ ਬਣੀ ਜਦੋਂ ਮਨੋਰੰਜਨ ਕਾਲੀਆ ਸਾਹਿਬ ਹੈਲਥ ਮਿਨਿਸਟਰ ਸੀਗੇ, ਜਲੰਧਰ 'ਚ 6 ਫਲਾਈਓਵਰ ਬਣੇ ਜਦੋਂ ਮਨੋਰੰਜਨ ਕਾਲੀਆ ਸਾਹਿਬ ਲੋਕਲ ਬਾਡੀ ਮਿਨਿਸਟਰ ਸੀਗੇ, ਜਲੰਧਰ ਵਿੱਚ ਪੀਮਸ ਆਇਆ ਜਦੋਂ ਕਾਲੀਆ ਸਾਹਿਬ ਮੈਡੀਕਲ ਐਜੂਕੇਸ਼ਨ ਮਿਨਿਸਟਰ ਸੀਗੇ, ਜਲੰਧਰ ਦਾ ਬੱਸ ਸਟੈਂਡ ਬਣਿਆ ਜਦੋਂ ਮਾਸਟਰ ਮੋਹਨ ਲਾਲ ਟਰਾਂਸਪੋਰਟ ਮੰਤਰੀ ਸੀਗੇ, ਜਲੰਧਰ ਦਾ ਟੀਵੀ ਸੈਂਟਰ ਬਣਿਆ ਜਦੋਂ ਨੋਨ ਗਵਰਨਮੈਂਟ ਬੀਜੇਪੀ ਸੀਗੀ। ਇਹ ਸਾਰੀਆਂ ਚੀਜ਼ਾਂ ਜਲੰਧਰ ਨੂੰ ਬੀਜੇਪੀ ਗਵਰਨਮੈਂਟ ਦੀਆਂ ਦੇਣ ਨੇ। ਮੈਨੂੰ ਦੱਸੋ, ਕਾਂਗਰਸ ਗਵਰਨਮੈਂਟ ਨੇ ਜਾਂ ਆਮ ਆਦਮੀ ਪਾਰਟੀ ਨੇ 2 ਸਾਲਾਂ ਦੇ ਵਿੱਚ ਜਲੰਧਰ ਨੂੰ ਕੀ ਦਿੱਤਾ ਹੈ? ਇਹਨਾਂ ਲੋਕ ਵੋਟ ਕਿਉਂ ਪਾਉਣ? ਤਨੇਜਾ ਸਭ ਹਿਸਾਬ ਲੈ ਲਈਏ, 700 ਕਰੋੜ ਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਕਹਿੰਦੇ 700 ਕਰੋੜ ਰੁਪਇਆ ਆ ਗਿਆ, ਦੱਸ ਦੋ 700 ਕਰੋੜ ਆਇਆ ਤੁਹਾਡੇ ਕੋਲ? ਐਮਪੀ ਵੀ ਕਾਂਗਰਸ ਦੇ ਸੀ, ਕਾਂਗਰਸ ਦੇ ਐਮਪੀ ਨੇ ਜਾ ਕੇ ਦਰਖਾਸਤ ਕੀਤੀ ਆ ਤਾਂ 700 ਕਰੋੜ ਜਿਹੜਾ ਸਮਾਰਟ ਸਿਟੀ ਪ੍ਰੋਜੈਕਟ ਆਇਆ। ਦੂਸਰੀ ਗੱਲ, ਉਹਦੇ ਅਲੱਗ ਅਲੱਗ ਜਿਹੜੇ ਫੇਸਿਸ ਆ, ਦਿੱਤਾ ਤਾਂ ਸੈਂਟਰ ਗਵਰਨਮੈਂਟ ਨੇ ਨਾ। ਸੈਂਟਰ ਗਵਰਨਮੈਂਟ ਜਦੋਂ ਗਵਰਨਮੈਂਟ ਬਣ ਜਾਂਦੀ ਉਹ ਪਾਰਟੀ ਦੀ ਹੁੰਦੀ ਹੈ ਜਾਂ ਸਰਕਾਰ ਦੇਸ਼ ਦੀ ਹੁੰਦੀ ਹੈ?
ਜੇ ਮੇਰੀ ਸਾਡੀ ਸਰਕਾਰ ਬਣ ਜਾਵੇ, ਜੇ ਅਸੀਂ ਇੱਕ ਸਟੇਟਾਂ ਵਿਤਕਰਾ ਕਰਨ ਲੱਗ ਪਈ, ਉਹਦਾ ਮਤਲਬ ਕੀ ਹੋਇਆ? ਉਹ ਦਾਵਾ ਕਰਨ ਦਾ ਹੱਕ ਰੱਖਦੇ ਆ, ਦਾਵਾ ਕਰਨ ਦੀ ਗੱਲ ਇਹ ਤਾਂ ਮੰਨਦੇ ਆ, ਵਿਤਕਰਾ ਨਹੀਂ ਕੀਤਾ, 700 ਕਰੋੜ ਦਿੱਤਾ, ਵਿਤਕਰਾ ਨਹੀਂ ਕੀਤਾ, ਮੰਨ ਰਹੇ ਹੋ ਨਾ ਤੁਸੀਂ? ਵਿਤਕਰਾ ਨਹੀਂ ਕੀਤਾ ਸੀ, ਤੁਸੀਂ ਕਹਿੰਦੇ ਵਿਤਕਰਾ ਨਹੀਂ ਕਰਦਾ ਸੀ, ਵਿਤਕਰਾ ਨਹੀਂ ਕੀਤਾ, 700 ਕਰੋੜ ਰੁਪਏ ਦਾ ਹਿਸਾਬ ਦਿਓ। ਕਾਂਗਰਸ ਨੇ 5 ਸਾਲ ਦੇ ਵਿੱਚ, ਕਾਂਗਰਸ ਗੁਨਾਹਗਾਰ ਹੈ, ਜਲੰਧਰ ਦਾ 700 ਕਰੋੜ ਰੁਪਇਆ ਖਾ ਗਈ, 700 ਕਰੋੜ ਰੁਪਇਆ ਕਾਂਗਰਸ ਖਾ ਗਈ, ਆਮ ਆਦਮੀ ਪਾਰਟੀ ਉਹਦੇ ਗੁਨਾਹਗਾਰ ਹੈ। ਜਿਹੜਾ ਕਹਿੰਦੇ ਬਾਅਦ ਵਿੱਚ ਚਲੋ ਜਵਾਬ ਦੇ ਜੀ, ਬੀਐਸਪੀ ਵੱਲੋਂ ਕੁਐਸਚਨ ਆਇਆ ਕਿ ਦੱਸੋ ਕਿ ਚੰਨੀ ਸਾਹਿਬ ਨੇ ਐਜੂਕੇਸ਼ਨ ਲਈ ਕੀ ਕੀਤਾ। ਬਾਬੂ ਕਾਂਛੀ ਰਾਮ ਜਿਹੜੇ ਨੇ ਬੀਐਸਪੀ ਦੇ ਬਣੇ ਨੇ, ਬਿਨਾਂ ਕੋਈ ਭੇਦਭਾਵ ਬਾਬੂ ਕਾਂਛੀ ਰਾਮ ਦੇ ਨਾਮ ਦੇ ਉੱਤੇ ਆਦਮਪੁਰ ਦੇ ਵਿੱਚ 4 ਏਕੜ ਅਕਵਾਇਰ ਕਰਕੇ ਉੱਥੇ ਡਿਗਰੀ ਕਾਲਜ ਬਣਾਉਣ ਦਾ ਜਿਹੜਾ ਕਿਹਨੇ ਕੀਤਾ ਕੰਮ? ਚਰਨਜੀਤ ਸਿੰਘ ਚੰਨੀ ਨੇ ਕੀਤਾ। ਉਸ ਤੋਂ ਇਲਾਵਾ ਡਾਕਟਰ ਅੰਬੇਦਕਰ ਜੀ ਦੇ ਨਾਮ ਦੇ ਉੱਤੇ ਡਿਗਰੀ ਕਾਲਜ ਬਣਾਉਣ ਦਾ ਜਲੰਧਰ ਚ ਕੰਮ ਕਿਹਨੇ ਕੀਤਾ? ਚਰਨਜੀਤ ਸਿੰਘ ਚੰਨੀ ਨੇ ਕੀਤਾ। ਸਾਥੀ ਕਹਿੰਦੇ ਆ ਕਿ ਕਾਂਛੀ ਰਾਮ ਜੀ ਦੇ ਨਾਮ ਤੇ ਇਹਨਾਂ ਨੇ ਕੋਈ ਸੰਸਥਾ ਖੜਾ ਕੀਤੀ ਆ, ਤੇ ਉਹ ਸਾਡੇ ਧਿਆਨ ਦੇ ਵਿੱਚ ਤਾਂ ਹੈ ਨਹੀਂ ਕਿ ਉਹਨਾਂ ਨੇ ਕੋਈ ਜੇ ਕੋਈ ਬਿਲਡਿੰਗ ਜੇ ਤੁਹਾਡੇ ਜਿਹੜਾ ਹੈਗਾ ਕਿ ਉਹ ਪ੍ਰੋਜੈਕਟ ਚਰਨਜੀਤ ਸਿੰਘ ਚੰਨੀ ਨੇ ਹੁਣ ਕੀਤਾ ਸੀ? ਨਹੀਂ ਦੇਖੋ, ਚਰਨਜੀਤ ਸਿੰਘ ਹੋ ਸਕਦਾ ਤੁਹਾਡੀ ਨੌਲੇਜ ਚ ਨਾ ਹੋ? ਨਹੀਂ, ਏਦਾਂ ਨਹੀਂ ਹੈਗਾ। ਚਰਨਜੀਤ ਸਿੰਘ ਚੰਨੀ ਨੇ ਇੱਕ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਿਹੜੇ ਰਿਸਰਚ ਸੈਂਟਰ ਵਾਸਤੇ 25 ਕਰੋੜ ਵੀ ਦਿੱਤਾ ਸੀਗਾ, ਉਹ ਜਿਹੜਾ ਕੋਲੈਪਸ ਹੋ ਗਿਆ ਸੀਗਾ, ਹੈ ਨਾ। ਗੱਲ ਇਹ ਆ ਕਿ ਦੇਖੋ, ਠੀਕ ਹੈ, ਕੰਪਲੀਟ ਕਰ ਲਓ, ਕੰਪਲੀਟ ਕਰ ਲਓ ਤੁਸੀਂ ਗੱਲ। ਚਰਨਜੀਤ ਸਿੰਘ ਚੰਨੀ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਬਾਣੀ ਦੇ ਅਧਿਐਨ ਕੇਂਦਰ ਲਈ 100 ਕਰੋੜ ਰੁਪਇਆ ਕਿਹਾ ਸੀ, ਤੇ 100 ਏਕੜ ਜ਼ਮੀਨ ਜਿਹੜੀ ਆ ਕਿ ਅਕਵਾਇਰ ਕਰਨੀ ਸੀ। 25 ਕਰੋੜ ਦੀ ਪਹਿਲੀ ਕਿਸ਼ਤ ਉਹਨਾਂ ਨੇ ਡੇਰਾ ਬੱਲਾ ਸੱਚਖੰਡ ਜਿਹੜੀ ਆ ਉਹ ਪ੍ਰੋਵਾਈਡ ਕੀਤੀ, ਔਰ ਉਸ ਤੋਂ ਬਾਅਦ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੀ ਇਹਨਾਂ ਨੇ ਵਾਪਸ ਲਈ। ਉਸ ਤੋਂ ਬਾਅਦ ਜੋ ਜਲੰਧਰ ਦੀ ਬਾਈ ਇਲੈਕਸ਼ਨ ਹੋਈ ਤਾਂ ਇਹ ਜਿਹੜੇ ਕੇਜਰੀਵਾਲ ਸਾਹਿਬ ਤੇ ਆਪਣੇ ਭਗਵੰਤ ਮਾਨ ਜੀ ਉੱਥੇ ਲੈਣ ਕੇ ਉੱਥੇ ਦੁਬਾਰਾ ਫੇਰ ਉਹ ਚੈੱਕ ਦੇਣ ਗਏ ਨੇ, ਔਰ ਪੋਸਟਰ ਆਲੇ ਦੁਆਲੇ ਸਾਰੇ ਹਿੰਦੀ ਚ ਲਵਾਈ ਸੀ, ਪੰਜਾਬੀ ਚ ਵੀ ਨਹੀਂ ਲਵਾਈ ਸੀ, ਤੁਹਾਨੂੰ ਚਾਹੀਦਾ ਤਾਂ ਮੈਂ ਫੋਟੋਆਂ ਵੀ ਦੇ ਸਕਦਾ। ਔਰ ਉਸ ਤੋਂ ਇਲਾਵਾ ਉਹ 25 ਕਰੋੜ ਰੁਪਏ ਤੋਂ ਬਾਅਦ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਸਰਕਾਰ ਦੇ ਅੰਡਰ ਬੜੇਗਾ, ਔਰ ਡੇਰੇ ਨੇ ਜਿਹੜਾ ਕਿਉਂਕਿ ਗੁਰੂ ਮਹਾਰਾਜ ਦੀ ਉਹਨਾਂ ਨੇ ਵਿਆਜਬੀ ਜਾਣੀ ਨਹੀਂ ਸੀ ਸਰਕਾਰ ਤੋਂ, ਇਸ ਕਰਕੇ ਉਹਨਾਂ ਨੇ ਜਿਹੜਾ ਕਿ ਉਹ ਪ੍ਰੋਜੈਕਟ ਸਰਕਾਰ ਨੂੰ ਕਿਹਾ ਨਹੀਂ ਸਾਨੂੰ ਨਹੀਂ ਚਾਹੀਦਾ, ਸਾਡੇ ਜੇ ਮਤ ਹੋਊਗੀ ਅਸੀਂ ਬਣਾ ਲਾਂਗੇ, ਉਹਦੇ ਵਿੱਚ ਗਲਤੀ ਕਿਹਦੀ ਹੈ? ਮੌਜੂਦਾ ਸਰਕਾਰ ਦੀ। ਠੀਕ ਹੈ, ਚਲੋ ਜਵਾਬ ਆਮ ਆਦਮੀ ਪਾਰਟੀ ਤੋਂ, ਆਮ ਆਦਮੀ ਪਾਰਟੀ ਤੋਂ। ਤੁਸੀਂ ਸਵੇਰੇ ਹੀ ਜਾ ਕੇ ਡੇਰੇ ਤੋਂ ਬਿਆਨ ਲੈ ਸਕਦੇ ਆ, ਇਹਦੇ ਵਿੱਚ ਆਮ ਆਦਮੀ ਪਾਰਟੀ ਦੀ ਕੋਈ ਇੰਟਰਫੇਰੈਂਸ ਨਹੀਂ ਹੈਗੀ। ਡੇਰੇ ਦੀ ਕਮੇਟੀ ਬਣ ਚੁੱਕੀ ਆ, ਜ਼ਮੀਨ ਰਿਕੁਆਇਰ ਹੋ ਚੁੱਕੀ ਆ, 25 ਕਰੋੜ ਮਾਨਯੋਗ ਡੀਸੀ ਸਾਹਿਬ ਦੇ ਖਾਤੇ 'ਚ ਪਿਆ, ਔਰ ਇਲੈਕਸ਼ਨ ਤੋਂ ਬਾਅਦ ਕੰਮ ਸ਼ੁਰੂ ਹੋ ਰਿਹਾ। ਇੱਕ ਸਵਾਲ ਮੈਂ ਧਰਮ ਦੇ ਨਾਂ ਤੇ ਪੁੱਛਣਾ ਨਹੀਂ ਸੀ ਚਾਹੁੰਦਾ, ਮੈਂ ਆਪਣੇ ਬੀਜੇਪੀ ਦੇ ਵੀਰ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ। ਪਿਛਲੇ ਦਿਨੀ ਪਟਿਆਲੇ ਦੇ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇੱਕ ਬਿਆਨ ਦਿੱਤਾ ਕਿ ਸਿੱਖ ਕੌਮ ਦੇ ਨਾਲ ਮੇਰਾ ਖੂਨ ਦਾ ਰਿਸ਼ਤਾ ਆ, ਕਿ ਜਿਹੜੇ 5 ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਜੇ ਸੀ ਉਹਦੇ ਵਿੱਚੋਂ ਮੇਰਾ ਇੱਕ ਖੂਨ ਦੇ ਰਿਸ਼ਤੇਦਾਰ ਸੀ। ਮੈਂ ਕਹਿੰਦਾ ਜੇ ਤੁਹਾਡਾ ਰਿਸ਼ਤਾ ਹੈਗਾ, ਤੁਸੀਂ ਕਹਿੰਦੇ ਅਸੀਂ ਤੁਹਾਨੂੰ ਕਰਤਾਰਪੁਰ ਦਾ ਲਾਂਘਾ ਦਿੱਤਾ, ਉਹ ਕਰਤਾਰਪੁਰ ਦਾ ਲਾਂਘਾ ਲੋਕਾਂ ਦੀਆਂ ਸੰਗਤਾਂ ਦੀਆਂ ਅਰਦਾਸਾਂ ਨੇ ਦਿੱਤਾ, ਜੇ ਤੁਸੀਂ ਕੁਛ ਦੇਣਾ ਨਾ ਅਸੀਂ ਝੋਲੀ ਅੱਡ ਕੇ ਤੁਹਾਡੇ ਕੋਲੋਂ ਹਰਿਦੁਆਰ ਦੇ ਵਿੱਚ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਆ, ਤੁਹਾਡੀ ਸਰਕਾਰ ਆ, ਅਸੀਂ ਜਗ੍ਹਾ ਮੰਗਦੇ, ਸਾਨੂੰ ਦੇ ਦਿਓ ਜੀ। ਠੀਕ ਹੈ, ਚਲੋ ਆਪਾਂ ਸਵਾਲ ਲੈਣੇ, ਉਸ ਤੋਂ ਬਾਦ ਆਪਾਂ ਵਾਈਂਡ ਵਾਲੇ ਪਾਸੇ ਜਾਵਾਂਗੇ। ਸਵਾਲ ਕੁਝ ਆ ਚੁੱਕੇ ਸੀ, ਤੁਹਾਡਾ ਸਵਾਲ ਆ ਗਿਆ ਸੀ, ਤੁਹਾਡਾ ਸਵਾਲ ਆ ਗਿਆ ਸੀ ਅੱਗੇ ਤੋਂ, ਮੈਨੂੰ ਲੱਗਦਾ ਕਿ ਜੀ ਇੱਕ ਮਿੰਟ ਤੁਸੀਂ ਜਵਾਬ ਦੇ ਦਿਓ। ਚਲੋ ਇੱਕ ਮਿੰਟ ਗੌਰਵ, ਠੀਕ ਹੈ, ਜਵਾਬ ਲੈ ਲਓ ਤੁਸੀਂ। ਨਹੀਂ ਨਹੀਂ, ਇਹ ਮੇਰੇ ਆਮ ਆਦਮੀ ਪਾਰਟੀ
ਕਹਿ ਰਹੇ ਸੀਗੇ ਕਿ ਜਿਹੜਾ ਲਾਂਘਾ ਖੁੱਲਿਆ ਉਹ ਪਰਮਾਤਮਾ ਦੀ ਜਿਹੜੀ ਲੋਕਾਂ ਨੇ ਦੁਆਵਾ ਕੀਤੀ ਉਹ ਖੁੱਲਿਆ ਤੇ ਇਹਨਾਂ ਨੇ ਜੋ ਕੀਤਾ ਉਹ ਇਹਨਾਂ ਨੇ ਕਰਤਾ ਤੇ ਜੇ ਮੋਦੀ ਸਾਹਿਬ ਨੇ ਲਾਂਘਾ ਖੋਲਤਾ ਤੇ ਪਰਮਾਤਮਾ ਦੀਆਂ ਦੁਆਵਾਂ। ਦੂਸਰੀ ਗੱਲ ਮੈਂ ਡੇਰਾ ਬੱਲਾ ਦੀ ਗੱਲ ਨੀ ਕਰਨਾ ਚਾਹੁੰਦਾ ਸੀਗਾ ਕਿਉਂਕਿ ਧਰਮ ਦੀ ਗੱਲ ਨੀ ਕਰਨਾ ਚਾਹੁੰਦਾ ਸੀਗਾ। ਇਹ ਫਰੈਂਡਲੀ ਮੈਚ ਖੇਲ ਰਹੇ ਆ, ਪਹਿਲੇ ਮੈਚ ਚੈੱਕ ਦੇ ਦਿੱਤਾ, ਮੈਨੂੰ ਦੱਸੋ ਉਹਨਾਂ ਦੇ ਖਾਤੇ ਚ ਆਏ ਪੈਸੇ ਵਾਪਸ ਜਾ ਸਕਦੇ ਆ? ਕਾਂਗਰਸ ਕਹਿੰਦੇ ਜੀ ਪਹਿਲੇ ਪੈਸੇ ਅਸੀਂ ਪਾਤੇ ਸੀਗੇ, ਆਮ ਆਦਮੀ ਪਾਰਟੀ ਨੇ ਕੱਢ ਲਏ। ਆਮ ਆਦਮੀ ਪਾਰਟੀ ਕਹਿਤੀ ਅਸੀਂ ਪਾਤੇ, ਡੀਸੀ ਸਾਹਿਬ ਕੋ ਪਏ ਆ, ਉਹ ਕਿੱਥੋਂ ਪੈਸੇ ਆਣੇ ਆ? ਪ੍ਰਧਾਨ ਮੰਤਰੀ ਸਾਹਿਬ ਨੇ 700 ਕਰੋੜ ਭੇਜਿਆ, ਦੂਜੇ ਦਿਨ ਜਲੰਧਰ ਆ ਗਿਆ, ਤੁਸੀਂ ਕਿਹੜਾ 25 ਕਰੋੜ? 3 ਸਾਲ ਹੋ ਗਏ ਖੇਲ ਖੇਲੀ ਜਾਂਦੇ ਹੋ, ਕਿਹੜਾ ਡੀਸੀ ਕੋਲ ਹੀ ਪਿਆ? ਚਲੋ ਸਵਾਲ ਲੈਂਦੇ ਸਵਾਲ ਛੋਟੇ ਛੋਟੇ। ਹਾਂਜੀ ਭਾਜੀ ਮੈਂ ਆਮ ਆਦਮੀ ਸਵਾਲ ਪੁੱਛਣਾ ਚਾਹੁੰਦਾ। ਜਦੋਂ ਕੇਜਰੀਵਾਲ ਜੀ ਆਏ ਸੀ ਕਹਿੰਦੇ ਸੀ 1 ਮਹੀਨੇ ਦੇ ਵਿੱਚ ਨਸ਼ਾ ਦੂਰ ਹੋ ਜਾਏਗਾ, 2.5 ਸਾਲ ਹੋ ਗਏ, ਬੇੜਾ ਗਰਕ ਹੋ ਗਿਆ ਪੰਜਾਬ ਦਾ ਨਸ਼ੇ ਨੂੰ। ਅਗਲਾ ਭਾਜੀ ਮੈਂ ਇਹ ਚਾਹੁੰਦਾ ਕਿ ਜਲੰਧਰ ਦੀ ਗੱਲ ਕਰੀਏ, ਜਲੰਧਰ ਦੇ ਵਿੱਚ ਅੱਜ ਤੱਕ ਵਾਟਰ ਸੀਵਰੇਜ ਰੋਡ ਅੱਜ ਤੱਕ ਆਮ ਪਾਰਟੀ ਦੇ ਸਕੀ? ਠੀਕ ਹੈ ਸਥਾਨਕ ਮੁੱਦਾ ਹੈ। ਹਾਂਜੀ ਬੋਲੋ, ਬੈਠੇ ਬੋਲ ਦੋ ਸੀ, ਕੋਈ ਗੱਲ। ਮੈਂ ਕਾਂਗਰਸ ਤੇ ਆਮ ਆਦਮੀ ਨੂੰ ਪੁੱਛਣਾ ਚਾਹੁੰਦਾ ਹਾਂ, ਜੇ ਇਹਨਾਂ ਦਾ ਬੰਦਾ ਜਿੱਤ ਦੇਵੇ ਇਹਨਾਂ ਦਾ ਪ੍ਰਧਾਨ ਮੰਤਰੀ ਕੌਣ ਹੋਏਗਾ? ਠੀਕ ਹੈ, ਇਹ ਵੀ ਸਵਾਲ ਹੈ, ਬਹੁਤ ਸਾਰੇ ਸਵਾਲ ਮੈਨੂੰ ਲੱਗਦਾ ਕਿ ਹੱਥ ਖੜਾ ਕਰ ਰਹੇ ਨੇ, ਜੇਕਰ ਮੈਂ ਪਿੱਛੋਂ ਲੈ ਸਕਾਂ ਤੁਸੀਂ ਕੀ ਸਵਾਲ? ਸਭ ਬ੍ਰੇਨ ਡਰੇਨ ਜਿਹੜਾ ਹੋ ਰਿਹਾ ਹਲੇ ਤੱਕ ਰੁਕਿਆ ਨਹੀਂ। ਉਹਨਾਂ ਨੇ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਆਪਾਂ ਗੋਰੇ ਲਿਆਵਾਂਗੇ, ਆਪਣੇ ਉਹਦਾ ਕੁਝ ਕਰ ਦੋ ਇੱਥੇ ਆ ਕੇ। ਠੀਕ ਹੈ ਚਲੋ, ਸਵਾਲ ਬਹੁਤ ਸਾਰੇ ਆ ਗਏ, ਮੈਂ ਜਵਾਬ ਲੈਣਾ। ਉਸ ਤੋਂ ਪਹਿਲਾਂ ਨੀਟੂ ਜੀ, ਤੁਸੀਂ ਬਹੁਤ ਸਾਰਿਆਂ ਜ਼ਿਕਰ ਕਰ ਰਹੇ ਹੋ, ਪਰ ਇਹ ਸ਼ਕਤੀਮਾਨ ਵਾਲੀ ਡਰੈਸ ਦਾ ਵੀ ਜ਼ਿਕਰ ਦੱਸ ਦਿਓ, ਕਿਉਂ ਪਾ ਕੇ ਆਏ ਹੋ? ਕਿਉਂਕਿ ਇਸ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਮੈਨੂੰ ਇੱਕ MP ਦਿਖਾ ਦਿਓ ਕਿ ਜਿਹੜਾ ਇਮਾਨਦਾਰ ਹੋਵੇ। 5 ਕਰੋੜ ਰੁਪਈਆ 1 ਸਾਲ ਦਾ ਮਿਲਦਾ, 25 ਕਰੋੜ ਰੁਪਈਆ 1-5 ਸਾਲਾਂ ਦਾ ਮਿਲਦਾ। ਇਹਨਾਂ ਨੇ MPਾਂ ਨੇ ਕੀ ਕੀਤਾ? ਆਪਣੇ ਘਰ ਦੇ ਬੰਗਲੇ ਬਣਾ ਲਏ ਆ, ਆਪਣੇ ਘਰ ਦੀਆਂ ਕੋਠੀਆਂ ਬਣਾ ਲਈਆਂ, ਗਰੀਬ ਵਾਸਤੇ ਕੁਝ ਸੋਚਿਆ, ਸੜਕਾਂ ਟੁੱਟੀਆਂ ਪਈਆਂ, ਨਸ਼ੇ ਦਾ ਬੁਰਾ ਹਾਲ ਆ। ਜਿਹੜਾ MP ਬਣਦਾ ਉਹੀ ਨਸ਼ਾ ਵੇਚਣ ਲੱਗ ਪੈਂਦਾ, ਜਿਹੜਾ ਪੁਲਿਸ ਦੇ ਨਾਲ ਦੋਸਤੀ ਕਰਦਾ, ਇਹ ਲੋਕ ਆਪਣੇ, ਇਹ ਮੇਰਾ ਬੰਦਾ ਯਾਰ ਛੱਡ ਦੇ ਇਹਨੂੰ, ਇਹ ਮੇਰਾ ਬੰਦਾ ਵਾ। ਇਹ 1 ਕਰੋੜ ਰੁਪਈਆ ਨਸ਼ਾ, ਇਹ ਜਿਹੜੇ ਲੀਡਰ ਆ ਇਹੀ ਨਸ਼ਾ ਵਿਕਾ ਰਹੇ ਆ ਇਹਨਾਂ ਦੇ ਪਿੱਛੇ। ਮੇਰਾ ਵੀ ਸਵਾਲ ਸੀ, ਤੁਸੀਂ ਜਿਹੜੀ ਡਰੈਸ ਪਾ ਕੇ ਆਏ ਹੋ, ਇਸ ਦੇ ਪਿੱਛੇ ਰਾਜ਼ ਕੀ ਹੈ, ਵਜ੍ਹਾ ਕੀ ਹੈ? ਇਹਦੇ ਪਿੱਛੇ ਰਾਜ਼ ਆ, ਲੋਕੀ ਮੈਨੂੰ ਦੇਖਣ ਤਾਂ ਕਿ ਮੈਂ ਇਹਨਾਂ ਦੀ ਸਹੀ ਪੋਲ ਖੋਲ ਸਕਾਂ, MP ਬਣ ਕੇ ਇਹਨਾਂ ਦੇ ਕਾਲੇ ਚੱਠੇ ਪੂਰੇ ਨਿਲ ਕਰ ਸਕਾਂ। ਚਲੋ ਠੀਕ ਹੈ, ਸਮਾਂ ਬਹੁਤ ਘੱਟ ਹੈ, ਮੈਂ ਲੱਗਦਾ ਇੱਕ ਰਿਐਕਸ਼ਨ ਲਵਾਂਗਾ। ਦੇਖੋ ਬਹੁਤ ਜ਼ਿਆਦਾ ਸਵਾਲ ਤੁਹਾਡੇ ਕੋਲ ਆ ਗਏ, ਮੇਰੇ ਖਿਆਲ ਤੁਸੀਂ ਪੁੱਛ ਨਹੀਂ ਪਾਉਣੇ। 5 ਸਾਲ ਤਾਂ ਪਹਿਲਾਂ ਚੰਨੀ ਸਾਹਿਬ ਪੱਚ ਲਾਉਂਦੇ ਰਹਿ ਗਏ, 2.5 ਸਾਲ ਤੋਂ ਉੱਤੇ ਸਰਕਾਰ ਹੋ ਗਈ ਇਹਨਾਂ ਦੀ ਆਈ ਨੂੰ, ਕੋਈ ਇੱਕ ਕੰਮ ਦੱਸ ਦੇਣ ਕਿ ਇੱਕ ਡਿਵੈਲਪਮੈਂਟ ਦਾ ਕੰਮ ਦੱਸ ਦੇਣ ਕਿ ਅਸੀਂ ਆਹ ਕੰਮ ਕੀਤਾ। 25 ਮੈਡੀਕਲ ਕਾਲਜ ਦੀ ਗਰੰਟੀ ਦਿੱਤੀ ਸੀ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੇ, ਕੋਈ ਇੱਕ ਦਾ ਨੀਂਹ ਪੱਥਰ ਕਿਤੇ ਰੱਖਿਆ ਹੋਵੇ ਉਹ ਦੱਸ ਦੇਣ। ਦੂਜੀ ਗੱਲ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ ਬਹੁਤ ਵਧੀਆ ਢੰਗ ਨਾਲ ਦੱਸਿਆ ਕਿ ਅਸੀਂ ਆਹ ਡਿਵੈਲਪਮੈਂਟ ਕੀਤੀ, ਪਰ ਸੂਬੇ ਦਾ ਮੁਖੀਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਨੇ ਗਰਾਂਟਾਂ ਦੇ ਗੱਫੇ 100-100 ਕਰੋੜ ਰੁਪਏ ਦੀਆਂ ਗਰਾਂਟਾਂ ਦਿੱਤੀਆਂ, ਕਦੀ ਵਿਤਕਰਾ ਨਹੀਂ ਕੀਤਾ, ਚਾਹੇ ਕਾਂਗਰਸ ਦਾ MLA ਜਾਂਦਾ ਸੀ ਚਾਹੇ ਕਿਸੇ ਹੋਰ ਪਾਰਟੀ ਦਾ। ਇਸ ਕਰਕੇ ਮੈਂ ਕਹਿਣਾ ਚਾਹੁੰਦਾ, ਜਿੰਨੀ ਡਿਵੈਲਪਮੈਂਟ ਹੋਈ ਹੈ ਪੰਜਾਬ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਈ ਹੈ। ਅੱਜ ਤੁਸੀਂ ਜਿੰਨੇ ਵੀ ਪ੍ਰਬੰਧੇ ਸੱਜਣ ਇੱਥੇ ਬੈਠੇ ਨਾ, ਜਿਹੜੀ ਰੋਡ ਤੋਂ ਆਏ ਹੋ ਜਾਂ ਜਿਹੜੇ ਪੁਲ ਤੋਂ ਆਏ ਹੋ, ਉਹ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ, ਉਸੇ ਪੁਲ ਦੇ ਥੱਲੋਂ ਤੁਸੀਂ ਲੰਘ ਕੇ ਆਇਓ। ਮੇਰੀ ਏਜ 36 ਸਾਲ ਆ, ਮੈਂ 25 ਸਾਲ ਇਹਨਾਂ ਦੋਨਾਂ ਦਾ ਰਾਜ ਦੇਖਿਆ। ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਨਾ ਤੇ ਸਾਨੂੰ ਪਾਰਟੀ ਬਣਾਉਣ ਦੀ ਲੋੜ ਹੀ ਨਾ ਪੈਂਦੀ, ਅਸੀਂ ਸੱਤਾ 'ਚ ਨਾ ਆਉਂਦੇ। ਇਹਨਾਂ ਨੇ ਕੁਛ ਨਹੀਂ ਕੀਤਾ, ਇਹਨਾਂ ਨੇ ਬੇੜਾ ਗਰਕ ਕੀਤਾ, ਪੰਜਾਬ ਦਾ ਬੇੜਾ ਗਰਕ ਕੀਤਾ।
ਪਾਰਟੀਆਂ ਜੜਾਂ ਪੁੱਟੀਆਂ ਗਈਆਂ ਅਸੀਂ ਕਰਕੇ ਦਿਖਾਵਾਂਗੇ ਹਰ ਗਏ ਕਰ ਰਹੇ ਆ ਸਾਡੀ ਜਿਹੜੀ ਸਾਹ ਹੈ ਬਣੇ ਪਏ ਅਸੀਂ ਕੀਤਾ ਕਿ ਤੁਹਾਨੂੰ ਕਰਕੇ ਦਿਖਾਵਾਂਗੇ 5 ਸਾਲ ਬਾਅਦ ਹਰ ਆਪਣੇ ਰਿਪੋਰਟ ਕਰਕੇ ਵੋਟ ਮੰਗਾਂਗੇ ਨਹੀਂ ਲੋਕਾਂ ਤੋਂ ਵੋਟ ਸ਼ੇਰਗਿੱਲ ਸਾਹਿਬ ਜਿਹੜੀ ਰਵਾਇਤੀ ਪਾਰਟੀਆਂ ਦੇ ਵਿੱਚ ਇੱਕੋ ਪਾਰਟੀ ਵੀ ਹੈਗੀ ਹੈ ਜਿਹੜੀ ਤੁਹਾਡੇ ਨਾਲ ਪੰਜਾਬ ਤੋਂ ਬਾਹਰ ਭਾਈਵਾਲ ਅੱਜ ਜਿਹੜੇ ਸਰ ਮੈਂ ਫਿਰ ਕਹਿੰਦਾ ਇਹ ਅਲਾਈਅੰਸ 25-26 ਪਾਰਟੀਆਂ ਦਾ ਨਾ ਕਿ ਕਾਂਗਰਸ ਦਾ ਉਹ ਤਾਂ ਫਿਰ ਐਨਡੀਏ ਵਾਲੀ ਗੱਲ ਹੋ ਗਈ ਨਾ ਐਨਡੀਏ ਚ ਕੋਈ ਹੋਏਗਾ ਤਾਂ ਅਲਾਈਅੰਸ ਦਾ ਪਾਰਟੀ ਨੇ ਉਹ ਅੱਜ ਕਿਵੇਂ ਪ੍ਰਚਾਰ ਕਰ ਰਹੇ ਨੇ ਜਿਹੜੇ 3 ਮੰਤਰੀਆਂ ਨੂੰ ਤੁਸੀਂ ਅਸਤੀਫੇ ਦੇ ਕੇ ਘਰ ਬਾਤਾ ਅੱਜ ਉਹ ਕਿਉਂ ਪ੍ਰਚਾਰ ਕਰ ਰਹੇ ਜਦੋਂ ਤੁਸੀਂ ਉਹਨਾਂ ਤੇ ਕਰਪਸ਼ਨ ਦੇ ਕਰਪਸ਼ਨ ਦੇ ਇਲਜ਼ਾਮ ਲਾਏ ਨੇ ਕਿ ਆਹ ਬੰਦਿਆਂ ਨੇ ਕਰਪਸ਼ਨ ਕੀਤੀ ਸੀ ਤੁਸੀਂ ਅੱਜ ਉਹ ਪ੍ਰਚਾਰ ਕਰ ਰਹੇ ਨੇ ਸਰਦਾਰ ਬਲਕਾਰ ਸਿੰਘ ਜੀ ਦੀ ਵੀਡੀਓ ਇੰਨੀ ਵਾਇਰਲ ਹੋਈ ਪਈ ਆ ਕਿ ਇਹੋ ਜਿਹੇ ਬੰਦੇ ਤੁਸੀਂ ਪਾਰਟੀਆਂ 'ਚ ਰੱਖੋਗੇ ਕਿ ਆਹ ਪੰਜਾਬ ਦੇ ਲੋਕ ਇਹਨਾਂ ਦੇਖਣਗੇ ਚਲੋ ਮੈਂ ਛੋਟਾ ਜਿਹਾ ਕਮੈਂਟ ਗੱਲ ਇਸ ਤਰ੍ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਵਿੱਚ ਮੋਦੀ ਸਰਕਾਰ ਕਿਉਂ ਜ਼ਰੂਰੀ ਹੈ ਸਾਰਿਆਂ ਨੂੰ ਯੂਪੀ ਦੀ ਬਦਹਾਲੀ ਪਤਾ ਸੀਗੀ ਦੁਪਹਿਰ ਦੇ ਵਿੱਚ ਵੀ ਲੋਕ ਬਾਹਰ ਨਹੀਂ ਨਿਕਲ ਸਕਦੇ ਸੀਗੇ ਅੱਜ ਉੱਥੇ ਮਾਡਲ ਸਟੇਟ ਬਣਾ ਦਿੱਤੀ 25 ਤੋਲੇ ਸੋਨਾ ਪਾ ਕੇ ਅੱਜ ਗੈਂਗਸਟਰ ਮਿੰਤਾ ਪਾਉਂਦੇ ਆ ਕਿ ਸਾਨੂੰ ਜੇਲ੍ਹ ਦੇ ਅੰਦਰ ਕਰ ਦਿਓ ਪੰਜਾਬ ਦੇ ਵਿੱਚ ਲੁੱਟ ਖੋਹ ਗੈਂਗਸਟਰ ਦਾ ਹਾਲ ਹੋ ਗਿਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਡਬਲ ਇੰਜਨ ਦੀ ਸਰਕਾਰ ਪੰਜਾਬ ਦੇ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਦੇਖੋ ਕਿਸ ਤਰੀਕੇ ਨਾਲ ਬੀਜੇਪੀ ਦੇ ਜਿਹੜੇ ਆਏ ਆ ਹੂਟਿੰਗ ਕਰ ਰਹੇ ਨੇ ਗਲਤ ਗੱਲ ਹੈ ਦੂਸਰੀ ਗੱਲ ਕਾਂਗਰਸ ਪਾਰਟੀ ਅੱਜ ਪੰਜਾਬ ਦੇ ਭਾਰਤ ਦੇ ਲੋਕਾਂ ਦੇ ਲਈ ਆ 5 ਨਿਆਏ ਲੈ ਕੇ ਆਈ ਆ ਚਾਹੇ ਮਹਿਲਾ ਨਿਆਏ ਆ ਨੌਜਵਾਨ ਨਿਆਏ ਆ ਕਿਸਾਨ ਨਿਆਏ ਆ ਮਜ਼ਦੂਰ ਨਿਆਏ ਆ ਤੁਸੀਂ ਇੱਕ ਚੀਜ਼ ਦੱਸੋ ਕਿ ਇੱਥੇ ਇਹਨਾਂ ਨੇ ਗੱਲ ਕੀਤੀ ਧਰਮ ਦੇ ਵੱਲ ਨੂੰ ਰਾਜਨੀਤੀ ਲਿਜਾਣ ਦੀ ਗੱਲ ਕੀਤੀ ਕਿ ਜਿਹੜੇ ਸਾਡੇ ਜਿਹੜੇ ਚੰਨੀ ਸਾਹਿਬ ਨੇ ਟਿੱਕਾ ਨਹੀਂ ਲਾਇਆ ਪਰ ਇਹ ਭੁੱਲ ਗਏ ਕਿ ਪ੍ਰਾਚੀਨ ਹਨੂਮਾਨ ਮੰਦਿਰ 'ਚ ਜਾ ਕੇ ਉਹਨਾਂ ਨੇ ਜਾ ਕੇ ਉੱਥੇ ਪੂਜਾ ਕੀਤੀ ਹੈ ਸਭ ਤੋਂ ਪਹਿਲਾਂ ਸਵੇਰ ਨੂੰ ਫਿਰ ਤੁਰੇ ਨੇ ਸੋ ਇਸ ਕਰਕੇ ਕੋਈ ਵੀ ਚੀਜ਼ ਆ ਪੰਜਾਬ ਦੇ ਲਈ ਤੇ ਭਾਰਤ ਦੇ ਲਈ ਆਹ 5 ਚੀਜ਼ਾਂ ਦੀ ਜ਼ਰੂਰਤ ਹੈ ਕਿਸਾਨਾਂ ਦੇ ਲਈ ਨੌਜਵਾਨਾਂ ਦੇ ਲਈ ਚਾਹੇ ਤੁਸੀਂ ਸਾਰਿਆਂ ਦਾ ਜ਼ਿਕਰ ਆ ਗਿਆ ਸਮਾਂ ਖਤਮ ਹੈ ਇੱਕ ਬਹੁਤ ਛੋਟਾ ਜਿਹਾ ਫਾਈਨਲ ਕਮੈਂਟ ਤੁਹਾਡਾ ਚਾਹਾਂਗਾ ਦੇਖੋ ਮੈਂ ਜਲੰਧਰ ਵਾਸੀਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਸਾਡੇ ਕੋਲ ਅਗਲੇ 5 ਸਾਲ ਜਿਹੜੇ ਆ ਆਪਾਂ ਕਿਸੇ ਦੇ ਹੱਥ ਦੇ ਵਿੱਚ ਦੇਣੇ ਨੇ ਔਰ ਅਗਲੇ 5 ਸਾਲਾਂ ਦੇ ਲਈ ਅਸੀਂ ਇੱਕ ਵਿਜ਼ਨਰੀ ਲੀਡਰ ਚੁਣੀਏ ਜਿਹਦੇ ਕੋਲ ਸਾਡੇ ਬਿਹਤਰ ਭਵਿੱਖ ਦੇ ਲਈ ਇੱਕ ਪਲੈਨਿੰਗ ਹੋਵੇ ਔਰ ਸਾਡੇ ਬਿਹਤਰੀ ਦੇ ਲਈ ਸਾਡੇ ਜਲੰਧਰ ਦੀ ਬਿਹਤਰੀ ਦੇ ਲਈ ਕੰਮ ਇੱਕ ਪਲਾਨ ਹੋਣਾ ਚਾਹੀਦਾ ਦੇਖੋ ਬਹੁਤ ਸਾਰੇ ਮੁੱਦਿਆਂ ਦੇ ਵਿਚਾਲੇ ਅਸੀਂ ਜ਼ਿਕਰ ਕੀਤਾ ਔਰ ਕੋਸ਼ਿਸ਼ ਕੀਤੀ ਹੈ ਕਿ ਗੱਲਬਾਤ ਹੋ ਸਕੇ ਜਲੰਧਰ ਦੇ ਲੋਕ ਇਸ ਦੇ ਹੱਕ ਦੇ ਵਿੱਚ ਵੋਟ ਪਾਉਂਦੇ ਨੇ 1 ਜੂਨ ਨੂੰ ਪਤਾ ਲੱਗੇਗਾ ਉਸ ਤੋਂ ਬਾਅਦ ਇਹ ਪਿਕਚਰ ਕਲੀਅਰ ਹੋਏਗੀ 4 ਜੂਨ ਨੂੰ ਪਰ ਗੱਲ ਇਹ ਹੈ ਕਿ ਇੱਥੇ ਮਾਹੌਲ ਜ਼ਰੂਰ ਤਲਖ ਹੁੰਦਾ ਆਖਿਰ ਦੇ ਵਿੱਚ ਨਜ਼ਰ ਆਇਆ ਵਿਜੇ ਬਿਲਕੁਲ ਦੇਖੋ ਮੁੱਦੇ ਜਦੋਂ ਹੁੰਦੇ ਨੇ ਲੋਕ ਐਕਸਾਈਟਡ ਹੁੰਦੇ ਨੇ ਉਸ ਚੀਜ਼ ਨੂੰ ਲੈ ਕੇ ਸਵਾਲਾਂ ਨੂੰ ਲੈ ਕੇ ਹਜੇ ਵੀ ਬਹੁਤ ਸਾਰੇ ਸਵਾਲ ਹੈ ਜਿਹੜੇ ਪੈਂਡਿੰਗ ਹੋਣਗੇ ਪਰ ਕਿਉਂਕਿ ਹੁਣ ਸਮਾਂ ਖਤਮ ਹੋ ਗਿਆ ਸੋ ਅਸੀਂ ਕੋਸ਼ਿਸ਼ ਕੀਤੀ ਹੈ ਨਵੇਂ ਟਟੋਲਨ ਦੀ ਬਸ ਇਸ ਸ਼ੋਅ ਨੂੰ ਅਸੀਂ ਇੱਥੇ ਹੀ ਖਤਮ ਕਰਦੇ ਹਾਂ ਧੰਨਵਾਦ ਧੰਨਵਾਦ